ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦਾ ਪ੍ਰੋਗਰਾਮ ਹੈ ਸਾਡਾ ਯੂਥ ਬੋਲਦਾ। ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸਿੱਖ ਪੰਥਕ ਪੋਲੀਟਿਕਸ। ਸਿੱਖ ਪੰਥਕ ਪੋਲੀਟਿਕਸ ਜਿਹਦੀ ਖਾਸੀਅਤ ਹੈ, ਜਿਹਦੇ ਵਿੱਚ ਧਾਰਮਿਕ ਔਰ ਰਾਜਨੀਤਿਕ ਪ੍ਰਵਚਨ ਪੈਰਲਰ ਚੱਲਦਾ ਹੈ, ਮੀਰੀ ਔਰ ਪੀਰੀ ਦੇ ਸਿਧਾਂਤ ਦੇ ਅਧੀਨ। ਮਾਡਰਨ ਡੇ ਸਿੱਖ ਪੋਲੀਟਿਕਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਰੀਸੈਂਟਲੀ, ਪਿਛਲੇ 2 ਜਾਂ 3 ਸਾਲਾਂ ਤੋਂ ਲਗਾਤਾਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਨੰਬਰਸ ਦੇ ਵਿੱਚ ਵੀ ਵਾਧਾ ਹੋ ਰਿਹਾ, ਨਵੀਆਂ ਜਥੇਬੰਦੀਆਂ ਬਣ ਰਹੀਆਂ ਨੇ ਔਰ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਨੂੰ ਵੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਇੱਕ ਮਕਸਦ ਲੱਗਦਾ ਹੈ ਕਿ ਯੂਥ ਨੂੰ ਅਟਰੈਕਟ ਕਰਨਾ ਹੈ। ਇਹ ਸਾਰਾ ਵਰਤਾਰਾ ਕੀ ਵਾਪਰ ਰਿਹਾ, ਇਹਨੂੰ ਡਿਸਕਸ ਕਰਨ ਦੇ ਲਈ ਅੱਜ ਇੱਕ ਬਹੁਤ ਵੱਡਾ ਪੈਨਲ ਮੇਰੇ ਨਾਲ ਹੈ। ਮੇਰੇ ਪੈਨਲ ਦੇ ਵਿੱਚ ਲੋਕ ਨੇ ਆਕਾਸ਼ਦੀਪ ਸਿੰਘ ਵਿਰਕ, ਜਿਹੜੇ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਆ, ਰੋਬਿਨਦੀਪ ਸਿੰਘ ਭੁੱਲਰ, ਜਿਹੜੇ ਕਿਸੇ ਵੀ ਜਥੇਬੰਦੀ ਨਾਲ, ਪੋਲੀਟੀਕਲ ਜਥੇਬੰਦੀ ਨਾਲ ਸੰਬੰਧ ਨਹੀਂ ਰੱਖਦੇ। ਤੀਸਰੇ ਨੇ ਪ੍ਰਭਜੋਤ ਧਾਲੀਵਾਲ, ਜੋ ਯੂਥ ਅਕਾਲੀ ਦਲ ਦੇ ਲੁਧਿਆਣਾ ਤੋਂ ਪ੍ਰਧਾਨ ਨੇ, ਔਰ ਨਾਲ ਨੇ ਕੰਵਰ ਚੜ੍ਹਤ ਸਿੰਘ, ਜਿਨ੍ਹਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਲਾਇਆ ਗਿਆ। ਔਰ ਕੰਵਰ ਚੜ੍ਹਤ ਸਿੰਘ ਜੀ ਉਹ ਨੇ ਜਿਨ੍ਹਾਂ ਦੇ ਜਦੋਂ ਪੰਜਾਬ ਦੇ ਵਿੱਚ ਸ਼ਹਾਦਤ ਦਾ ਨਾਮ ਆਉਂਦਾ ਹੈ ਤਾਂ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਦਾ ਵੀ ਨਾਮ ਆਉਂਦਾ ਹੈ। ਉਹਨਾਂ ਦੇ ਫੈਮਿਲੀ ਦੇ ਵਿੱਚੋਂ ਨੇ, ਉਹਨਾਂ ਦੇ ਭਤੀਜੇ ਨੇ, ਕਰਤਾਰ ਸਿੰਘ ਪਿੰਡਰਾਂਵਾਲੇ ਜੋ ਸੰਤ ਸੀਗੇ ਉਹਨਾਂ ਦੇ ਪੋਤਰੇ ਨੇ, ਉਹਨਾਂ ਦੇ ਗ੍ਰੈਂਡ ਸਨ ਨੇ। ਸੋ ਅੱਜ ਦੀ ਬਹਿਸ ਨੂੰ ਸ਼ੁਰੂ ਕਰਦੇ ਹਾਂ। ਛੋਟੀ ਜਿਹੀ ਇੰਟਰੋਡਕਸ਼ਨ ਸੀ, ਮੈਂ ਸਭ ਤੋਂ ਪਹਿਲਾਂ ਸਵਾਲ ਹੀ ਤੁਹਾਡੇ ਵਾਲੇ ਲੈ ਕੇ ਆਵਾਂਗੀ ਕਿ ਰੀਸੈਂਟਲੀ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਅਸੀਂ ਵੇਖਿਆ ਇੱਕ ਨਵੇਂ ਤਰ੍ਹਾਂ ਦਾ ਜੋਸ਼ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਉੱਭਰਿਆ। ਉਹ ਜੋਸ਼ ਨੇ ਨਵੀਆਂ ਜਥੇਬੰਦੀਆਂ ਦੀ ਸਥਾਪਨਾ ਕੀਤੀ ਹੈ। ਜਥੇਬੰਦੀਆਂ ਸਿੱਖਾਂ ਦੇ ਵਿੱਚ ਵੈਸੇ ਸਭ ਤੋਂ ਸ਼੍ਰੋਮਣੀ SGPC, ਦੈਨ ਸ਼੍ਰੋਮਣੀ ਅਕਾਲੀ ਦਲ, ਦੈਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹਦੇ ਗ੍ਰਾਫ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ। ਨਾਲ ਹੀ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਬਣੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਇੱਦਾਂ ਦੀਆਂ ਜਥੇਬੰਦੀਆਂ ਬਣੀਆਂ ਜਿਨ੍ਹਾਂ ਨੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਾਂ ਪੂਰੇ ਪੰਜਾਬ ਪੱਧਰ 'ਤੇ ਆਪਣੇ ਆਪ ਇੱਕ ਇੱਦਾਂ ਦੇ ਮੋਰਚੇ ਸ਼ੁਰੂ ਕੀਤੇ ਜਿਹਦੇ ਨਾਲ ਉਹ ਯੂਥ ਨੂੰ ਅਟਰੈਕਟ ਕਰ ਸਕਣ। ਮੇਰਾ ਪਹਿਲਾ ਹੀ ਸਵਾਲ ਤੁਹਾਡੇ ਵੱਲ ਇਹ ਹੈ, ਜੋ ਮੈਂ ਪਹਿਲਾ ਸਵਾਲ ਲੈ ਕੇ ਆਵਾਂਗੀ ਪ੍ਰਭਜੋਤ ਧਾਲੀਵਾਲ ਜੀ ਤੁਹਾਡੇ ਕੋਲ, ਕਿ ਇਹ ਨਵੀਆਂ ਜਥੇਬੰਦੀਆਂ ਕਿਉਂ ਬਣ ਰਹੀਆਂ ਨੇ, ਕੀ ਇਸ ਕਰਕੇ ਬਣ ਰਹੀਆਂ ਨੇ ਕਿਉਂਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪਾਵਰ 'ਚੋਂ ਬਾਹਰ ਆ ਗਿਆ ਔਰ ਇੱਕ ਸਪੇਸ ਬਣਾ ਦਿੱਤੀ ਹੈ ਤੁਸੀਂ? ਮੈਮ, ਪਹਿਲੀ ਗੱਲ ਤਾਂ ਇਹ ਜਥੇਬੰਦੀਆਂ ਜੋ ਵੀ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਬੜੀਆਂ ਪੁਰਾਣੀਆਂ ਜਥੇਬੰਦੀਆਂ ਨੇ, ਬੜੇ ਪੁਰਾਤਨ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਦੀਆਂ ਹੁੰਦੀਆਂ ਸੀ। ਜੋ ਵੀ ਸਿੱਖ ਪੰਥ ਵਿੱਚ ਵੱਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਤੇ ਜਿੰਨੇ ਵੀ ਲੜਾਈਆਂ ਜਾਂ ਮੋਰਚੇ ਲੜਿਆ, ਮੋਹਰੀ ਰੋਲ ਨਿਭਾਇਆ ਇਸ ਫੈਡਰੇਸ਼ਨ ਨੇ, ਸਟੂਡੈਂਟ ਯੂਨੀਅਨ ਨੇ। ਸੋ ਚੰਗੀ ਗੱਲ ਆ, ਅੱਜ ਦੁਬਾਰਾ ਤੋਂ ਅਸੀਂ ਪੰਥਕ ਰਵਾਇਤਾਂ 'ਚ ਜਿਹਨਾਂ ਚੀਜ਼ਾਂ ਨੂੰ ਅਸੀਂ ਭੁਲਾ ਚੁੱਕੇ ਸੀ, ਮੈਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਤੇ ਨਾ ਕਿਤੇ ਗੁਨਾਹਗਾਰ ਮੰਨਦਾ ਵੀ ਹੋਰ ਸਟੂਡੈਂਟਸ ਆਰਗਨਾਈਜੇਸ਼ਨ ਬਣ ਗਈਆਂ, ਜਿਹੜੇ ਪੰਥਕ ਸਾਡੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਆ ਗਈ, ਜਿੱਥੇ ਬੰਦੀਆਂ ਜਦੋਂ ਪਿੱਛੇ ਰਹਿ ਗਈਆਂ ਸੀ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀਗਾ। ਸੋ ਅੱਜ ਦੁਬਾਰਾ ਸੁਰਜੀਤ ਹੋਈ, ਚੰਗੀ ਗੱਲ ਆ। ਤੇ ਨੌਜਵਾਨਾਂ ਨੂੰ ਇਹਨਾਂ ਦੇ ਨਾਲ ਆਪਣੇ ਲੱਗਣਾ ਵੀ ਚਾਹੀਦਾ, ਕਿਉਂਕਿ ਜਦੋਂ ਇੱਕ ਕਿਸਾਨੀ ਅੰਦੋਲਨ ਦੇ ਵਿੱਚ ਆਪਾਂ ਸਾਰੇ ਗਏ, ਭਾਵੇਂ ਕਿ ਦੇਸ਼ ਦਾ ਫੈਸਲਾ ਸੀਗਾ, ਪਰ ਸਭ ਤੋਂ ਪਹਿਲਾਂ ਜੇ ਆਵਾਜ਼ ਕਿਤੋਂ ਬੁਲੰਦ ਹੋਈ ਆ, ਉਹ ਪੰਜਾਬ ਤੋਂ ਬੁਲੰਦ ਹੋਈ ਆ। ਜੇ ਮੂਹਰੇ ਹੋ ਕੇ ਲੜਾਈ ਲੜੀ ਆ ਤਾਂ ਪੰਜਾਬ ਨੇ ਲੜੀ ਆ। ਉਸ ਲੜਾਈ ਦੇ ਵਿੱਚ ਬੜੇ ਜਿਹੜੇ ਪੰਜਾਬ ਦੇ ਉੱਤੇ ਬਲੇਮ ਲੱਗਦੇ ਸੀ ਵੀ ਪੰਜਾਬ ਦਾ ਨੌਜਵਾਨ ਨਸ਼ੇੜੀ ਆ ਜੀ, ਪੰਜਾਬ ਦਾ ਨੌਜਵਾਨ ਸਾਰਾ ਬਾਹਰ ਚਲੇ ਗਿਆ ਜੀ, ਇੱਥੇ ਪੰਜਾਬ ਨਾਲ ਕਿਸੇ ਤੋਂ ਮੋਹ ਨਹੀਂ ਰਿਹਾ ਜੀ, ਇਹ ਸਾਰੇ ਕਈ ਵੱਡੇ ਵੱਡੇ ਦਾਗ ਸੀ ਜੋ ਧੋਤੇ ਗਏ, ਕਿਉਂਕਿ ਉਸ ਲੜਾਈ ਦੇ ਵਿੱਚ ਨੌਜਵਾਨਾਂ ਨੇ ਹੀ ਮੂਹਰੇ ਹੋ ਕੇ ਰੋਲ ਨਿਭਾਇਆ। ਹਾਲਾਂਕਿ ਜਦੋਂ ਕੋਈ ਕ੍ਰੈਡਿਟ ਲੈਣ ਦੀ ਗੱਲ ਆਉਂਦੀ ਹੈ, ਕੁਛ ਹੋਰ ਸਿਆਸੀ ਬੰਦੇ ਕਈ ਲਾਹੇ ਲੈ ਜਾਂਦੇ ਆ, ਲਏ ਵੀ ਗਏ ਇਸ ਅੰਦੋਲਨ ਦੇ ਲਾਹੇ, ਨੌਜਵਾਨ ਕਿਤੇ ਨਾ ਕਿਤੇ ਇਸ ਗੱਲ 'ਚ ਪਿੱਛੇ ਰਹਿ ਜਾਂਦੇ ਆ। ਇਸ ਕਰਕੇ ਜਥੇਬੰਦੀਆਂ ਦਾ ਹੋਣਾ, ਕਿਉਂਕਿ ਨੌਜਵਾਨ ਦਾ ਜੋਸ਼ ਬੜਾ ਜ਼ਿਆਦਾ, ਪਰ ਉਹਨਾਂ ਨੂੰ ਇੱਕ ਤਰੀਕੇ ਨਾਲ ਸਿਵਲਾਈਜ਼ ਤਰੀਕੇ ਨਾਲ ਪਰ ਇਕੱਠੇ ਕਰਕੇ ਰੱਖਣਾ ਵੀ ਇਹ ਜਿਹੜਾ ਪੜ੍ਹ ਜਾਂਦਾ। ਜੋਸ਼ ਹੈ ਨਾ ਧਾਲੀਵਾਲ ਜੀ, ਐਵੇਂ ਲੱਗਦਾ ਕਿ ਅਕਾਲੀ ਦਲ ਕੈਚ ਨਹੀਂ ਕਰ ਪਾਇਆ, ਇਸ ਕਰਕੇ ਨਵੀਆਂ ਜਥੇਬੰਦੀਆਂ ਜਨਮ ਲੈ ਰਹੀਆਂ ਨੇ। ਕੁੰਵਰ ਚੜ੍ਹਤ ਸਿੰਘ ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਨੇ, ਤੁਸੀਂ ਨਵੇਂ ਪ੍ਰਧਾਨ ਲਗਾਏ ਗਏ ਆ ਔਰ ਕਾਫੀ ਜ਼ੋਰਦਾਰ ਐਂਡ ਜੋਸ਼ ਵਾਲਾ ਤੁਹਾਡਾ ਭਾਸ਼ਣ ਸੀਗਾ। ਮੈਂ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੀ ਜਾਣਕਾਰੀ ਦੇ ਚੁੱਕੀ ਹਾਂ, ਦੈਟਸ ਓਬਵੀਅਸ, ਜਿਹਦੇ ਕਰਕੇ ਉਹ ਜੋਸ਼ ਜਿਹੜਾ ਸੀ ਉਹ ਆਉਣਾ ਸੀ। ਕਿਉਂ ਅੱਜ ਲੋੜ ਪਈ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਰਿਵਾਈਵ ਕਰ ਰਹੀ ਹੈ? ਇਹਦੇ ਵਿੱਚ ਬਹੁਤ ਧੜੇਬਾਜ਼ੀਆਂ ਨੇ, ਇਹਦੇ ਵਿੱਚ ਏਕਤਾ ਨਹੀਂ ਹੈਗੀ, ਕੀ ਜ਼ਰੂਰਤ ਪਈ ਅੱਜ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੱਥੇ ਤੱਕ ਗੱਲ ਮੈਡਮ ਜੀ ਆਉਂਦੀ ਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ, ਫੈਡਰੇਸ਼ਨ ਕਦੇ ਵੀ ਖਤਮ ਨਹੀਂ ਹੋਈ।
ਮੈਂ ਸਮਝਦਾ ਹਾਂ ਕਿ ਸਮਾਂ ਜਦੋਂ ਕਰਵਟ ਲੈਂਦਾ ਹੈ ਉਦੋਂ ਕਈ ਜਿਹੜੇ ਆ ਚੇਂਜਸ ਆਉਂਦੇ ਆ। ਹੁਣ ਆਪਾਂ ਵੇਖ ਲਈਏ ਕਿ 1944 ਦੇ ਵਿੱਚ ਜਦੋਂ ਆਗਾਜ਼ ਹੁੰਦਾ ਹੈ ਉਦੋਂ ਸਮੇਂ ਸਮੇਂ 'ਤੇ ਯੂਥ ਦੀ ਸਹਾਇਤਾ ਦੇ ਨਾਲ ਇਹ ਜਥੇਬੰਦੀ ਜਿਹੜੀ ਹੈ ਉਹ ਮੋਰਚੇ ਵੀ ਲਗਾਉਂਦੀ ਆ, ਸੰਘਰਸ਼ ਵੀ ਕਰਦੀ ਆ, ਜਿਹੜਾ ਪੰਜਾਬ ਦਾ ਯੂਥ ਹੈ ਉਹਨੂੰ ਸਿੱਖੀ ਦੇ ਲੜ ਵੀ ਲਾਉਂਦੀ ਹੈ। ਅਤੇ ਇੰਨੇ ਰਫਤਾਰ ਫੜੀ 1978 ਦੇ ਵਿੱਚ ਜਦੋਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਲੱਤੇ ਜਿਗਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਇਸ ਜਥੇਬੰਦੀ ਦੀ ਕਮਾਨ ਸੰਭਾਲਦੇ ਨੇ। ਇਸ ਤੋਂ ਪਹਿਲਾਂ ਵੀ ਵਧੀਆ ਵਧੀਆ ਜਿਹੜੇ ਬੁਲਾਰੇ ਸੀ, ਵਧੀਆ ਲੀਡਰ ਸੀ, ਆਗੂ ਸੀ, ਜਿਨ੍ਹਾਂ ਵਿੱਚ ਪੰਥਕ ਜੋਸ਼ ਸੀ, ਉਹਨਾਂ ਨੇ ਫੈਡਰੇਸ਼ਨ ਦੀ ਅਗਵਾਈ ਕੀਤੀ। ਪਰ ਸਮੇਂ ਦੇ ਨਾਲ ਜਦੋਂ ਇੱਕ ਚੋਟੀ ਦਾ ਲੀਡਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਰੂਪ ਦੇ ਵਿੱਚ ਆਉਂਦਾ ਹੈ ਤੇ ਇੱਕ ਲਹਿਰ ਖੜੀ ਹੋ ਜਾਂਦੀ। ਅੱਛਾ, ਉਦੋਂ ਵੀ ਹਾਲਾਤ ਜੋ ਨੇ ਪੰਜਾਬ ਦੇ ਅੱਜ ਵਰਗੇ ਨੇ, ਕਿਉਂਕਿ ਭੇਸ ਬਦਲ ਸਕਦੇ ਆ, ਰਾਈਟ? ਜੋ ਰਿਟਾਇਰ ਹੁੰਦੀ ਹੈ ਗਵਰਨਮੈਂਟ ਦੀ ਚਾਲਾਂ ਦੇ ਭੇਸ ਬਦਲਦੇ ਨੇ, ਬਟ ਹਾਲਾਤ ਉਹੀ ਰਹਿੰਦੇ ਨੇ। ਤੇ ਉਦੋਂ ਵੀ ਕਈ ਕੌਮਰੇਡ ਸੋਚ ਵਾਲੇ ਜਾਂ ਕੋਈ ਐਂਟੀ ਸਿੱਖ ਸੋਚ ਵਾਲੇ, ਕੋਈ ਗਵਰਨਮੈਂਟ ਦੇ ਜਿਹੜੀ ਏਜੰਸੀਜ਼ ਦੇ ਕਰਿੰਦੇ ਹੁੰਦੇ ਨੇ, ਉਹਨਾਂ ਨੇ ਇੱਕ ਐਂਟੀ ਸਿੱਖ ਐਲੀਮੈਂਟ ਨੂੰ ਪੈਦਾ ਕਰਕੇ ਇੱਕ ਲਹਿਰ ਚਲਾਈ ਹੋਈ ਸੀ। ਉਸ ਚੀਜ਼ ਦਾ ਦੇਖੋ, ਮੈਂ ਹੁਣ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ, ਬਿਕੋਜ਼ ਆਪਾਂ ਸੋ ਉਸ ਚੀਜ਼ ਨੂੰ ਇੱਕ ਠੋਕਵਾਂ ਜਵਾਬ 'ਚ ਦਿੱਤਾ ਹੈ। ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਇੱਕ ਲਹਿਰ ਖੜੀ ਕਰਕੇ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹਨਾਂ 'ਚ ਜਿੰਨੀ ਊਰਜਾ ਭਰੀ ਹੋਈ, ਆਪਣੇ ਵੀਰ ਜੀ ਦੱਸ ਰਹੇ ਸੀਗੇ ਧਾਲੀਵਾਲ ਸਾਹਿਬ, ਕਿ ਜਦੋਂ ਜਦੋਂ ਇਸ ਧਰਤੀ 'ਤੇ ਸੰਘਰਸ਼ ਹੋਇਆ ਹੈ ਅਤੇ ਉਹਦਾ ਮੁੱਢ ਜਿਹੜਾ ਹੈ ਉਹ ਪੰਜਾਬ ਨੇ ਬੰਨਿਆ ਹੈ, ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੇ ਬੰਨਿਆ ਹੈ। ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਿੱਖ ਕੌਮ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਘਰ ਮੰਨਦੀ ਹੈ, ਅਨੰਦਪੁਰ ਨੂੰ ਅਸੀਂ ਆਪਣਾ ਘਰ ਮੰਨਦੇ, ਅਨੰਦਪੁਰ ਸਾਹਿਬ ਨੂੰ। ਅਤੇ ਪੰਜਾਬ ਜਿਹੜਾ ਹੈ ਇਹਨੇ ਸਮੇਂ ਸਮੇਂ 'ਤੇ ਸੰਤਾਪ ਹੰਡਾਇਆ, ਸਮੇਂ ਸਮੇਂ 'ਤੇ ਇਹਨੇ ਲੜਾਈਆਂ ਜਿਹੜੀਆਂ ਹੈ ਉਹ ਆਜ਼ਾਦੀ ਦੀਆਂ ਵੀ ਲੜੀਆਂ ਨੇ, ਇਹਨੇ ਸੰਘਰਸ਼ ਵੀ ਕੀਤਾ ਹੈ, ਭਾਵੇਂ ਮੁਗਲਾਂ ਦੇ ਟਾਈਮ ਸੀ 'ਤੇ ਸੀ, ਭਾਵੇਂ ਅਫਗਾਨਾਂ ਦੇ ਟਾਈਮ 'ਤੇ ਸੀ, ਇਸ ਕੌਮ ਨੇ ਜਿਹੜਾ ਸੰਘਰਸ਼ ਲੜਿਆ ਹੈ। ਅਤੇ ਸੰਘਰਸ਼ ਦੇ ਪਿੱਛੇ ਜੋ ਸੰਵਿਧਾਨ ਸੀ, ਜੋ ਸਟਰਗਲ 'ਤੇ ਪਿੱਛੇ ਸੰਵਿਧਾਨ ਸੀ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਡਰਾਈਵ ਜਿਹੜਾ ਕੀਤਾ ਜਾਂਦਾ ਸੀ। ਗੱਲ ਆਉਂਦੀ 84 ਤੱਕ ਭਾਈ ਅਮਰੀਕ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਨਾਲ ਬਹੁਤ ਮੋਢੇ ਨਾਲ ਮੋਢਾ ਲਗਾ ਕੇ, ਮੈਂ ਸਮਝਦਾ ਕਿ ਨੌਜਵਾਨਾਂ ਨੂੰ ਸਹੀ ਰਾਹ 'ਤੇ ਲੈ ਕੇ ਆਉਣਾ, ਇੱਕ ਸੰਤ ਸਿਪਾਹੀ ਕੋਲ ਲੈ ਕੇ ਆਉਣਾ ਅਤੇ ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਲੈ ਕੇ ਆਉਣਾ, ਅਤੇ ਜਿਹੜੇ ਪਤਿਤ ਪੁਣੇ ਵੱਲ ਤੁਰ ਪਏ ਸੀ, ਜਿਨ੍ਹਾਂ ਦੇ ਮੂੰਹ ਅਨੰਦਪੁਰ ਚੱਲ ਗਏ ਸੀ, ਕਬਰ ਚੜ੍ਹ ਸਿੰਘ ਜੀ, ਮੈਂ ਜਾਣਦੀ ਹਾਂ 84 ਦੇ ਵਿੱਚ ਸਭ ਤੋਂ ਵੱਧ ਗਤੀਸ਼ੀਲਤਾ ਇਹਦੇ ਵਿੱਚ ਆਈ, ਪਰ ਉਸ ਤੋਂ ਬਾਅਦ ਇਹ ਤੁਸੀਂ ਸਿੱਖ ਸੰਵਿਧਾਨ ਇਹਨੂੰ ਦੱਸ ਰਹੇ ਹਾਂ, ਪਰ ਉਸ ਤੋਂ ਬਾਅਦ ਲੀਡਰਸ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਮ ਆਪਣੇ ਨਾਮਾਂ ਤੇ ਰੱਖ ਲਿਆ, ਇਹ ਵੀ ਤਾਂ ਆਪਣੇ ਸੰਵਿਧਾਨ ਤੋਂ ਤਾਂ ਕਿੱਥੇ। ਦੇਖੋ ਮੈਮ, ਕਿ ਸਮੇਂ ਦੀ ਰੀਤ ਦੇ ਵਿੱਚ ਸਾਡਾ ਇਤਿਹਾਸ ਅੱਜ ਦਫ਼ਨ ਹੋਇਆ ਪਿਆ ਹੈ, ਤਾਂ ਉਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਵੀ ਹਾਂ। ਥੋੜ੍ਹੀ ਜਿਹੀ ਬਰੀਫਿੰਗ ਦੇਣੀ ਅੱਜ ਦੇ ਯੂਥ ਨੂੰ ਬਹੁਤ ਜ਼ਰੂਰੀ ਸੀ। ਖੈਰ, ਗੱਲ 84 ਤੋਂ ਬਾਅਦ ਦੀ ਆਉਂਦੀ, 92 ਤੱਕ ਇਹ ਬੁਲੰਦੀਆਂ 'ਚ ਔਰਗਨਾਈਜੇਸ਼ਨ ਰਹਿੰਦੀ ਹੈ, ਬਟ ਆਪਾਂ ਦੇਖਦੇ ਹਾਂ ਕਿ ਸਾਡੇ ਪੰਥਕ ਧਿਰਾਂ ਨੇ ਹੀ ਆਪਣੇ ਯੂਥ ਵਿੰਗ ਬਣਾ ਕੇ, ਹੁਣ ਭਾਈ ਸਾਹਿਬ ਨੇ ਦਰੁਸਤ ਫਰਮਾਇਆ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਕਾਲੀ ਦਲ ਨੂੰ ਵੀ ਲੀਡਰਸ਼ਿਪ ਜਿਹੜੀ ਹੈ ਉਹ ਦਿੰਦੀ ਰਹੀ ਹੈ। ਬੁਲਾਰੇ ਪੈਦਾ ਹੋਏ ਨੇ, ਪ੍ਰਚਾਰਕ ਪੈਦਾ ਹੋਏ ਨੇ, ਲੀਡਰ ਪੈਦਾ ਹੋਏ ਨੇ। ਅੱਜ ਕਈ ਬੁਲਾਰੇ, ਕਈ ਲੀਡਰ ਵੱਖਰੀ ਵੱਖਰੀ ਪਾਰਟੀਜ਼ ਦੇ ਵਿੱਚ ਵੀ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੈਦਾ ਕੀਤੇ ਹੋਏ ਨੇ, ਬਟ ਕਿਤੇ ਨਾ ਕਿਤੇ ਆਪਾਂ ਕਿਸੇ ਨਾ ਕਿਸੇ ਪੋਲੀਟੀਕਲ ਸਾਜਿਸ਼ ਦੇ ਅਧੀਨ ਜਦੋਂ ਆਪੋ ਆਪਣੇ ਯੂਥ ਜਥੇਬੰਦੀਆਂ ਬਣਾ ਲਈਆਂ, ਇੱਕ ਆਲਰੇਡੀ ਸਮਰੱਥ ਲੀਡਰਸ਼ਿਪ ਚੱਲ ਰਹੀ ਹੈ, ਇੱਕ ਆਲਰੇਡੀ ਸਿੱਖ ਸੁਹਿਰਦ ਲੀਡਰਸ਼ਿਪ ਚੱਲ ਰਹੀ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੇਜ ਦੇ ਵਿੱਚ, ਜਾਂ ਉਹਨੂੰ ਕਹਿ ਲਓ ਕਿ ਉਸਦੇ ਰੂਪ ਦੇ ਵਿੱਚ, ਬਟ ਆਪਾਂ ਉਸ ਚੀਜ਼ ਨੂੰ ਟੋਰਪੀਡੋ ਕਰਕੇ ਕਿ ਇੱਕ ਯੂਨੀਲੈਟਰਲ ਕੰਟਰੋਲ ਲੈਣ ਦੇ ਲਈ ਅਤੇ ਹੋਰ ਆਪਾਂ ਜਥੇਬੰਦੀਆਂ ਜਿਹੜੀਆਂ ਹੈ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੋਲੀਟਿਕਸ ਦਾ ਇੰਨਾ ਭਾਰਾ ਪ੍ਰਭਾਵ ਆਇਆ, ਇੱਕ ਬਿਰਤੀ ਜੋ ਹੁੰਦੀ ਸੀ ਕਿ ਪੰਥ ਵਸੇ ਮੈਂ ਉੱਜੜਾਂ, ਉਸ ਨੂੰ ਸਾਈਡਲਾਈਨ ਕਰਕੇ ਅਤੇ ਆਪਾਂ ਪਹਿਲਾਂ ਕਰਕੇ ਅਤੇ ਵੱਖਰੇ ਵੱਖਰੇ ਜਿਹੜੀਆਂ ਉਹ ਧੜੇਬੰਦੀਆਂ ਜਿਹੜੀਆਂ ਬਣੀਆਂ, ਠੀਕ ਹੈ ਕਈਆਂ ਨੇ ਕੰਮ ਕੀਤਾ ਵੀ ਹੈ, ਬਟ ਜਿਸ ਪੱਧਰ ਦੇ ਉੱਤੇ ਇੱਕ ਯੂਨਿਟੀ ਦੇ ਨਾਲ ਸਿੱਖ ਕੰਮ ਕਰ ਸਕਦੇ ਸੀਗੇ, ਮੇਰੇ ਖਿਆਲ ਨਾਲ ਅੱਜ ਉਹ ਨਹੀਂ ਹੋ ਰਿਹਾ। ਅਤੇ ਉਸੇ ਚੀਜ਼ ਨੂੰ ਰਿਵਾਈਵ ਕਰਨ ਦੇ ਲਈ ਪਿਛਲੇ ਸਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਿਹੜਾ ਉਹ ਪੁਨਰ ਸੁਰਜੀਤੀ ਸਮਾਗਮ ਰੱਖਿਆ ਗਿਆ ਸੀਗਾ। ਜਸਟ ਕਿ ਜੇ ਆਪਾਂ ਰਾਜ ਦੀ ਗੱਲ ਕਰਨੀ ਹੈ, ਜੇ ਅਸੀਂ ਪੋਲੀਟਿਕਸ ਦੀ ਗੱਲ ਕਰਨੀ ਹੈ, ਰਾਜਨੀਤੀ ਦੀ ਗੱਲ ਕਰਨੀ ਹੈ, ਤਾਂ ਸਿੱਖ ਰਾਜਨੀਤੀ ਦੇ ਵਿੱਚ ਪਹਿਲਾਂ ਪੰਥ ਪ੍ਰਥਮ ਰੱਖਿਆ ਗਿਆ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਥਮ ਰੱਖਿਆ ਗਿਆ। ਨੀਂਹ ਜਿਹੜੀ ਸੀ, ਜੇ ਇਮਾਰਤ ਰਾਜਨੀਤੀ ਦੀ ਤਾਂ ਉਹਦੀ ਨੀਂਹ ਧਰਮ ਦੀ ਹੋਣੀ ਚਾਹੀਦੀ ਸੀ। ਜਦੋਂ ਆਪਾਂ ਨੀਂਹ ਧਰਮ ਦੀ ਕੱਢ ਦਿੱਤੀ ਤਾਂ ਆਪਾਂ ਸਿੱਖ ਪੋਲੀਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਰੀਸੈਂਟ ਹਿਸਟਰੀ ਦੇ ਵਿੱਚ ਡਿਕਲਾਈਨ ਆਉਂਦਾ ਜਿਹੜਾ ਹੈ ਉਹ ਵੇਖਿਆ ਹੈ। ਬਿਕੋਜ਼ ਸ਼੍ਰੀ ਮੁਖਵਾਕ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ,
ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅੱਜ ਬੇਸ ਤੋਂ ਸ਼ੁਰੂ ਕਰਨ ਦੀ ਲੋੜ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਹੁਣ ਮੈਮ ਤੁਸੀਂ ਵੇਖੋ ਕਿ ਖਾਲਸਾ ਰਾਜ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਰੈਫਰੈਂਸ ਦੇ ਲਈ, ਕੋਡ ਆਫ ਕੰਡਕਟ ਦੇ ਲਈ, ਐਥਿਕਸ ਮੋਰਲਸ ਹਰ ਇੱਕ ਕੋਡ ਦੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਰੈਫਰੈਂਸ ਸੀ। ਕੀ ਅੱਜ ਸਾਡੇ ਕੋਲ ਹੈ? ਪ੍ਰੈਕਟੀਕਲ ਫਾਰਮ ਦੇ ਵਿੱਚ ਬਹੁਤ ਮੁਸ਼ਕਲ ਹੈ ਮੌਜੂਦਾ ਮਾਡਰਨ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਇੱਕ ਸੈਕੂਲਰ ਕਨਸੈਪਟ ਆਪਣੀ ਸਟੇਟ ਦਾ। ਖੈਰ ਇਹਨੂੰ ਆਪਾਂ ਕਿਸੇ ਅਲੱਗ ਬਹਿਸ ਦੇ ਲਈ ਰੱਖਾਂਗੇ ਕਿ ਇਹਨੂੰ ਪ੍ਰੈਕਟੀਕਲੀ ਕਿਵੇਂ ਪੋਸੀਬਲ ਕੀਤਾ ਜਾ ਸਕਦਾ। ਪਰ ਜਿਹੜੇ ਸਾਡੇ ਲੀਡਰ ਨੇ, ਚਾਹੇ ਯੂਥ ਲੀਡਰ ਨੇ, ਜਿੰਨੇ ਵੀ ਨੇ, ਉਹ ਸਿੱਖ ਫਲਸਫੇ ਤੇ ਚੱਲਣ, ਉਹਦੇ ਤੋਂ ਆਪਣੇ ਕਿਰਦਾਰ ਬਿਲਡ ਕਰਨ, ਤਾਂ ਇੱਕ ਵਧੀਆ ਗੱਲ ਹੋ ਜਾਏਗੀ। ਮੈਂ ਹੁਣ ਬਾਕੀਆਂ ਨੂੰ ਵੀ ਮੌਕਾ ਦੇਣਾ ਇਸ ਕਰਕੇ ਤੁਹਾਨੂੰ ਰੋਕਿਆ। ਰੋਬਿਨ ਜੀ, ਤੁਸੀਂ ਕੀ ਦੇਖਦੇ ਹੋ ਭੁੱਲਰ ਸਾਹਿਬ, ਨਵੀਆਂ ਜਥੇਬੰਦੀਆਂ, ਛੋਟੀਆਂ ਛੋਟੀਆਂ ਜਥੇਬੰਦੀਆਂ ਜਿਨ੍ਹਾਂ 'ਚ ਕਾਫੀ ਹੌਟ ਹੈਡਡਨੈਸ ਹੈਗੀ ਆ, ਪੰਥ ਦੇ ਨਾਮ 'ਤੇ ਆਪਣੇ ਉਹ ਆਪਣੇ ਜੋਸ਼ ਭਰੇ ਭਾਸ਼ਣ ਦਿੰਦੇ ਨੇ, ਨੌਜਵਾਨੀ ਉਹਨਾਂ ਦੇ ਨਾਲ ਤੁਰ ਰਹੀ ਹੈ, ਕਿਤੇ ਕਿਤੇ ਐਕਸਟ੍ਰੀਮ ਸ਼ਬਦਾਂ ਦੀ ਵੀ ਵਰਤੋਂ ਹੁੰਦੀ ਹੈ, ਕਿਤੇ ਕਿਤੇ ਇੱਕ ਥੋਪਿਆ ਵੀ ਜਾ ਰਿਹਾ ਵਿਚਾਰ, ਤੁਸੀਂ ਕੀ ਦੇਖ ਰਹੇ ਹੋ, ਇਹ ਕਿਉਂ ਨਵੀਆਂ ਨਵੀਆਂ ਜਥੇਬੰਦੀਆਂ ਆ ਰਹੀਆਂ ਨੇ? ਮਨਵੀਰ ਜੀ, ਜਿੱਥੋਂ ਤੱਕ ਇਹ ਚਰਚਾ ਹੈ, ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕੀਤੀ, ਜਿਹੜੀਆਂ ਨਵੀਆਂ ਜਥੇਬੰਦੀਆਂ, ਨਵੀਆਂ ਆਰਗਨਾਈਜੇਸ਼ਨ ਆ ਰਹੀਆਂ, ਇਹਨਾਂ ਦੀ ਗੱਲ ਕੀਤੀ। ਅਸਲ 'ਚ ਇਹਨਾਂ ਨਵੀਆਂ ਜਥੇਬੰਦੀਆਂ ਨੂੰ ਸਪੇਸ ਕਿੱਥੋਂ ਮਿਲੀ? ਇਹਨਾਂ ਨੂੰ ਇੱਕ ਐਸਾ ਵੈਕਿਊਮ ਬਣਿਆ ਪਿਛਲੇ ਸਮੇਂ ਦੇ ਵਿੱਚ, ਜੇ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰਦੇ ਹਾਂ, ਇੱਕ ਐਸੀ ਜਥੇਬੰਦੀ ਹੈ ਜਿਸਨੂੰ ਅਕਾਲੀ ਦਲ ਦਾ ਯੂਥ ਵਿੰਗ ਮੰਨਿਆ ਜਾਂਦਾ ਸੀ ਜਿਸ ਟਾਈਮ 'ਤੇ ਇਹ ਸਥਾਪਿਤ ਹੋਈ ਸੀ। ਇਹਦੀ ਬੁਨਿਆਦ ਕਿੱਥੇ ਹੈ? ਇਹਦੀ ਬੁਨਿਆਦ ਹੈ ਇੱਕ ਚੰਗੀ ਸਭਾ, ਖਾਲਸਾ ਕਲੱਬ, ਜਿਨ੍ਹਾਂ ਨੇ ਸਿੱਖ ਧਰਮ ਦੀ, ਸਿੱਖ ਪੰਥ ਦੀ ਜਿਹੜੀਆਂ ਕਦਰਾਂ ਕੀਮਤਾਂ ਨੂੰ ਪ੍ਰਮੋਟ ਕੀਤਾ, ਸਿੱਖ ਨੌਜਵਾਨ ਮੈਗਜ਼ੀਨ ਕੱਢਿਆ ਪੂਰੀ ਦੁਨੀਆ ਦੇ ਵਿੱਚ, ਪੂਰੇ ਸਿੱਖ ਪੰਥ ਨੂੰ ਮਤਲਬ ਐਸੇ ਲੈਵਲ ਤੱਕ ਪ੍ਰਮੋਟ ਕੀਤਾ। ਪਰ ਇਹ ਯੂਥ ਵਿੰਗ ਮੰਨਿਆ ਜਾਂਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਗੱਲ ਕਰੀਏ, ਕੀ ਦੇਖੋ ਧਾਲੀਵਾਲ ਸਾਹਿਬ ਦੀ ਧਾਲੀਵਾਲ ਸਾਹਿਬ ਨੇ ਫਰਾਕ ਦਿਲੀ ਦਿਖਾ ਕੇ ਇਸ ਚੀਜ਼ ਨੂੰ ਅਕਸੈਪਟ ਕੀਤਾ ਹੈ, ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਮੈਂ ਸਵਾਗਤ ਕਰਦਾ ਇਹਨਾਂ ਦੇ ਇਸ ਗੱਲ ਦਾ ਕਿ ਅਕਾਲੀ ਦਲ ਨੇ ਕਿਤੇ ਨਾ ਕਿਤੇ ਇਸ ਆਰਗਨਾਈਜੇਸ਼ਨ ਨੂੰ ਨਕਾਰਿਆ ਜਾਂ ਇਹਦਾ ਪਾਰਟੀ ਦਾ ਗੁਨਾਹ ਮੰਨਿਆ ਜਾਂਦਾ, ਠੀਕ ਹੈ ਜੀ। ਧਾਲੀਵਾਲ ਸਾਹਿਬ ਵੀ ਜਿੱਥੋਂ ਤੱਕ ਜੇ ਮੈਂ ਗਲਤ ਨਾ ਹੋਵਾਂ, ਜਿਸ ਲੀਡਰ ਨਾਲ ਇਹ ਐਸੋਸੀਏਟਿਡ ਨੇ, ਉਹਨਾਂ ਨੇ ਵੀ ਪਿਛਲੇ ਸਮੇਂ ਜਦੋਂ ਰਾਸ਼ਟਰਪਤੀ ਚੋਣ ਹੋ ਕੇ ਹਟੀ ਹੈ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੱਕਿਆ, ਉਹਨਾਂ ਨੇ ਇਲੈਕਸ਼ਨ ਦਾ ਵੀ ਬਾਇਕਾਟ ਕੀਤਾ। ਸੋ ਮੈਂ ਉਹਨਾਂ ਗੱਲਾਂ 'ਚ, ਚਲੋ ਆਪਾਂ ਜਿਹੜੀਆਂ ਹੋਰ ਸਿਆਸੀ ਗੱਲਾਂ ਉਹਨਾਂ 'ਚ ਮੈਂ ਪੈਣਾ ਨਹੀਂ ਚਾਹੁੰਦਾ, ਜੇ ਅਸੀਂ ਗੱਲ ਕਰਦੇ ਹਾਂ ਹੁਣ ਜਿਹੜੇ 13 ਪੁਆਇੰਟ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਵਿੱਚ ਜਾਰੀ ਕੀਤੇ ਹੈ, ਉਹਦੇ ਵਿੱਚ ਬੜੇ ਸਮੇਂ ਬਾਅਦ ਮੈਂ ਸਮਝਦਾ, ਮੈਂ ਦੇਖੋ SOI ਹੈ, ਯੂਥ ਅਕਾਲੀ ਦਲ ਹੈ, ਠੀਕ ਹੈ, ਪ੍ਰੋਮੀਨੈਂਟ ਅਕਾਲੀ ਦਲ ਦੀਆਂ ਯੂਥ ਤੇ ਸਟੂਡੈਂਟ ਆਰਗਨਾਈਜੇਸ਼ਨ ਹੈ, ਪਰ ਮੈਂ ਸਮਝਦਾ ਜੋ ਅਕਾਲੀ ਦਲ ਦਾ, ਅਕਾਲੀ ਦਲ ਦੀ ਬੁਨਿਆਦ ਕਿੱਥੇ ਸੀ? ਸਿੱਖ ਪੰਥ ਨੂੰ ਪ੍ਰਮੋਟ ਕਰਨਾ ਨਾਲ ਪੋਲੀਟਿਕਸ। ਪਰ ਅੱਜ ਦੇ ਸਮੇਂ ਦੇ ਵਿੱਚ ਮੇਰਾ ਪਰਸਨਲ ਓਪੀਨੀਅਨ ਹੈ ਕਿ ਅਕਾਲੀ ਦਲ ਸਿਰਫ ਤੇ ਸਿਰਫ ਪੋਲੀਟਿਕਸ ਐਂਡ ਧਰਮ ਦਾ ਮੇਰਾ ਖਿਆਲ ਰਿਹਾ ਨਹੀਂ, ਜੋ ਇਹਨਾਂ ਦੇ ਇੰਟਰਨਲ, ਦੇਖੋ ਇੰਟਰਨਲ ਜੋ ਪੋਲੀਟਿਕਸ ਚੱਲ ਰਹੀ ਹੈ ਅੱਜ ਅਕਾਲੀ ਦਲ ਦੇ ਵਿੱਚ, ਰੌਲਾ ਹੀ ਇਸੇ ਗੱਲ ਦਾ ਸਾਰਾ। ਜੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰ ਲੈਂਦੇ ਹਾਂ, ਅੱਛਾ ਉਹਦੇ ਵਿੱਚ 13 ਪੁਆਇੰਟਸ ਦੇ ਵਿੱਚ ਪਹਿਲੀ ਵਾਰ ਸਾਨੂੰ ਦੇਖਣ ਨੂੰ ਮਿਲਿਆ ਹੈ ਪਿਛਲੇ ਮੇਰਾ ਖਿਆਲ 20-25 ਸਾਲਾਂ ਬਾਅਦ ਕਿ SOI ਯੂਥ ਅਕਾਲੀ ਦਲ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਕੱਠਾ ਜਿਹੜਾ ਵਰਣਨ ਅਕਾਲੀ ਦਲ ਨੇ ਕੀਤਾ। ਅੱਛਾ ਫਿਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਜੇ ਅਸੀਂ SOI ਦੀ ਗੱਲ ਕਰਦੇ ਹਾਂ, ਯੂਥ ਅਕਾਲੀ ਦਲ ਦੀ ਗੱਲ ਕਰਦੇ ਹਾਂ, ਠੀਕ ਹੈ ਇਹ ਪੋਲੀਟੀਕਲ ਵਿੰਗਸ ਹੈ ਪਾਰਟੀ ਦੇ, ਪਰ ਕਿਉਂ ਨਹੀਂ ਇਹਨੇ ਦੇਖੋ 2019 ਦੇ ਵਿੱਚ ਜਾ ਕੇ ਪੀਰ ਮੁਹੰਮਦ ਸਾਹਿਬ ਨੇ ਰਿਜ਼ਾਈਨ ਕੀਤਾ ਹੈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨਗੀ ਛੱਡੀ ਹੈ, ਜਿਹੜੇ ਚੀਫ ਸਪੋਕਸਪਰਸਨ ਹੈ ਸ਼੍ਰੋਮਣੀ ਅਕਾਲੀ ਦਲ ਦੇ। ਇੰਨਾ ਲੰਮਾ ਸਮਾਂ ਕਿਸੇ ਨੇ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਜਿਸ ਪਾਰਟੀ ਦੀ ਇਹ ਇੱਕ ਬ੍ਰਾਂਚ ਸੀ, ਜਿਸ ਪਾਰਟੀ ਦੀ ਇੱਕ ਸ਼ਾਖਾ ਸੀ, ਕਿਉਂ ਨਹੀਂ ਬਾਤ ਪੁੱਛੀ ਗਈ ਇਸ ਗੱਲ ਦਾ ਸਾਰੇ ਸਮੂਹ ਸਿੱਖ ਪੰਥ ਦੇ ਵਿੱਚ, ਸਿੱਖ ਨੌਜਵਾਨਾਂ ਦੇ ਵਿੱਚ ਇਸ ਗੱਲ ਦਾ ਰੰਗ ਹੈ? ਤੇ ਮੈਂ ਇਸ ਗੱਲ ਦੀ ਮੈਂ ਅੱਜ ਸਵਾਗਤ ਵੀ ਕਰਦਾ, ਧਾਲੀਵਾਲ ਸਾਹਿਬ ਨੇ ਵੀ ਜੋ ਗੱਲ ਕਹੀ ਹੈ, ਜੇ ਅਕਾਲੀ ਦਲ ਵੀ ਇਸ ਗੱਲ ਬਾਰੇ ਥੋੜਾ ਸੋਚਣ ਲੱਗਿਆ ਤਾਂ ਮੇਰਾ ਖਿਆਲ ਸਭ ਤੋਂ ਪਹਿਲਾਂ ਤਰਜੀਹ ਦੇਖੋ ਧਰਮ ਦਾ ਜਿਹੜੀ ਪ੍ਰਮੋਸ਼ਨ ਹੈ, ਨਾਲ ਨਾਲ ਜਿਹੜੇ ਸਿੱਖ ਬਲੀਫ ਦੀ ਪ੍ਰਮੋਸ਼ਨ ਹੈ, ਉਹ ਅਕਾਲੀ ਦਲ ਦਾ ਇੱਕ ਮੁੱਢਲਾ ਸਿਧਾਂਤ ਸੀ ਜਿਹਨੂੰ ਅਕਾਲੀ ਦਲ ਸ਼ਾਇਦ ਵਿਸਾਰ ਚੁੱਕਿਆ ਸੀ। ਜੇ ਅੱਜ ਉਹਨਾਂ ਨੂੰ ਇਸ ਗੱਲ ਦਾ ਖਿਆਲ ਆਉਂਦਾ ਤਾਂ ਮੈਂ ਕਹਿੰਦਾ ਉਹਨਾਂ ਦਾ ਸਵਾਗਤ ਕਰਦਾ, ਪਰ ਸਿਆਸੀ ਮੁਫਾਦਾਂ ਨੂੰ ਪਿੱਛੇ ਛੱਡ ਕੇ
ਭਾਵੇਂ ਨਾਲ ਲੈ ਕੇ ਪਰ ਖਿਆਲ ਜ਼ਰੂਰ ਆਉਂਦਾ, ਇਸ ਗੱਲ ਦਾ ਸਵਾਗਤ ਹੈ। ਆਕਾਸ਼ ਰੋਬਿਨ ਨੇ ਕਿਹਾ ਕਿ ਸੋਈ ਯੂਥ ਅਕਾਲੀ ਦਲ ਐਂਡ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਤਿੰਨੋਂ ਹੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਨੇ। ਆਪਾਂ ਗੱਲ ਕਰਦੇ ਹਾਂ ਪੰਥਕ ਏਕਤਾ ਦੀ, ਪੰਥਕ ਏਕਤਾ ਤਾਂ ਅਕਾਲੀ ਦਲ ਦੇ ਵਿੱਚ ਇਟਸੈਲਫ ਨਹੀਂ ਹੈਗਾ, ਇਹਨਾਂ ਦੀਆਂ ਤਿੰਨ ਅਲੱਗ ਅਲੱਗ ਆਰਗੇਨਾਈਜੇਸ਼ਨਸ ਨੇ। ਕਿਉਂ ਨਾ ਇਹਨਾਂ ਨੂੰ ਕਲੱਬ ਕਰ ਦਿੱਤਾ ਜਾਵੇ, ਕਿਉਂ ਨਹੀਂ ਅਕਾਲੀ ਦਲ ਇਸ ਟਾਈਮ ਇਸ ਗੱਲ ਨੂੰ ਮੰਨਦਾ ਕਿ ਜਸਟ ਬਿਕੋਜ਼ ਯੂਥ ਅਕਾਲੀ ਦਲ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਇਆ, ਸੋਈ ਅੱਛੀ ਤਰ੍ਹਾਂ ਕੰਮ ਨਹੀਂ ਕਰ ਪਾਇਆ। SGPC ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਸਾਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕਰਨਾ ਪਏਗਾ ਜਦੋਂ ਜੰਮੂ ਕਸ਼ਮੀਰ ਗਏ ਸੀ ਪਿਛਲੇ ਮਹੀਨੇ। ਤਾਂ ਇੱਥੇ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਡਿਨਾਈ ਵੀ ਕਰ ਰਹੀ ਹੈ ਇਸ ਚੀਜ਼ ਨੂੰ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਈਆਂ, ਇਸ ਚੀਜ਼ ਤੇ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੈਗੇ? ਮੈਮ, ਮੇਰਾ ਇੱਕ ਪਰਸਨਲ ਓਪੀਨੀਅਨ ਹੈ ਕਿ ਜੋ ਯੂਥ ਵਿੰਗਸ ਨੇ, ਜਿਵੇਂ ਸੋਈ ਹੋ ਗਈ ਜਾਂ ਕਿਸੇ ਹੋਰ ਪਾਰਟੀ ਦੇ ਵੀ ਆਪਾਂ ਯੂਥ ਵਿੰਗ ਲਾ ਲਈਏ, ਜਿਵੇਂ ਅੱਜ ਆਪਾਂ ਡਿਸਕਸ਼ਨ ਕਰ ਰਹੇ ਹਾਂ ਕਿ ਸਿੱਖ ਧਰਮ ਦੇ ਮੁੱਦਿਆਂ ਨੂੰ ਉਹ ਅੱਗੇ ਕਿਵੇਂ ਵਧਾ ਸਕਦੇ ਆ, ਉਹਨਾਂ ਦੇ ਵਿੱਚ ਬੈਟਰਮੈਂਟ ਕਿਵੇਂ ਲਾ ਸਕਦੇ। ਪਰ ਅਸਲ ਦੇ ਵਿੱਚ ਇਹ ਆਪਾਂ ਹੁਣ ਸਾਰਿਆਂ ਨੂੰ ਯੂਨੀਵਰਸਿਟੀ ਦਾ ਵੀ ਪਤਾ, ਇਹਨਾਂ ਸਾਰੀਆਂ ਥਾਵਾਂ ਦਾ ਪਤਾ, ਇਹ ਪਾਰਟੀਸ ਕਿਤੇ ਨਾ ਕਿਤੇ ਸਿਰਫ ਯੂਨੀਵਰਸਿਟੀ ਤੇ ਕਾਲਜ ਪੋਲੀਟਿਕਸ ਤੱਕ ਸੀਮਿਤ ਰਹਿ ਚੁੱਕੀਆਂ, ਤੇ ਜਿਹੜੀ ਇੱਕ ਇੰਟਰਨਲ ਫਰੈਗਮੈਂਟੇਸ਼ਨ ਆ ਜੋ ਅੰਦਰ ਹੀ ਅੰਦਰ ਕਿਸੇ ਨਾ ਕਿਸੇ ਹਿਸਾਬ ਨਾਲ ਚੱਲਦੀ ਰਹਿੰਦੀ ਹੈ। ਜੇ ਹੁਣ ਅੱਜ ਹੁਣ ਯੂਨੀਵਰਸਿਟੀ ਇਲੈਕਸ਼ਨ ਆਉਣ ਵਾਲੀਆਂ, ਜੇ ਆਪਾਂ SOI ਦੀ ਗੱਲ ਕਰੀਏ ਤਾਂ ਉਹ ਇੱਕ ਕਲੈਕਟਿਵ ਯੂਨਿਟੀ ਨਹੀਂ ਗੀ। ਮੈਂ ਯੂਨੀਵਰਸਿਟੀ ਦੇ ਵਿੱਚ ਆ, ਮੈਂ ਆਪਣੇ ਅੱਖੀ ਦੇਖਦਾ ਕਿ ਇੱਕੋ ਕਲੈਕਟਿਵ ਐਫਰਟ ਹੈ ਨਹੀਂ ਗਾ, ਇੱਕ ਇੰਟਰਨਲ ਫਰੈਗਮੈਂਟੇਸ਼ਨ ਆ। ਲੋਕਾਂ ਨੂੰ ਸ਼ਾਇਦ ਪ੍ਰਧਾਨਗੀਆਂ ਚਾਹੀਦੀਆਂ ਪਰ ਮੁੱਦਿਆਂ ਤੇ ਗੱਲ ਕਰਨ ਨੂੰ ਉਹ ਤਿਆਰ ਨਹੀਂ ਗਏ। ਹੁਣ ਜਿਵੇਂ ਭੁੱਲਰ ਸਾਹਿਬ ਨੇ ਵੀ ਗੱਲ ਕਹੀ ਕਿ ਧਾਲੀਵਾਲ ਸਾਹਿਬ ਨੇ ਕਿਹਾ ਕਿ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਇਸ ਚੀਜ਼ ਦਾ ਦੋਖੀ ਮੰਨਦੇ ਆ ਵੀ ਉਹ ਸਿੱਖ ਪੋਲੀਟਿਕਸ ਨੂੰ, ਸਿੱਖ ਧਰਮ ਦੇ ਮੁੱਦਿਆਂ ਨੂੰ ਅੱਗੇ ਨਹੀਂ ਲਿਆ ਸਕੇ। ਜਿਹੜਾ ਜਿਵੇਂ ਭੁੱਲਰ ਸਾਹਿਬ ਨੇ ਗੱਲ ਕੀਤੀ ਕਿ ਜਿਹੜਾ ਇੱਕ ਵੈਕਿਊਮ ਰਿਹਾ ਇੰਨੇ ਲੰਬੇ ਟਾਈਮ ਤੱਕ, ਉਹ ਸ਼ਾਇਦ ਕਿਤੇ ਨਾ ਕਿਤੇ ਰਿਸਪੋਂਸੀਬਲ ਆ ਇਹਨਾਂ ਚੀਜ਼ਾਂ ਦਾ। ਤੇ ਅੱਜ ਜੇ ਓਬਵੀਅਸਲੀ ਵੈਲਕਮ ਕਰਨਾ ਚਾਹੀਦਾ ਇਹੋ ਜਿਹੇ ਸਟੈਪਸ ਨੂੰ ਵੀ ਜੇ ਸਿੱਖ ਧਰਮ ਦੇ ਮੁੱਦਿਆਂ ਨੂੰ ਅੱਗੇ ਲਿਆਉਣ ਦੀ ਕੋਈ ਗੱਲ ਹੁੰਦੀ ਹੈ, ਇੱਕ ਕੋਈ ਕਲੈਕਟਿਵ ਓਪੀਨੀਅਨ ਹੁੰਦਾ, ਕੋਈ ਆਵਾਜ਼ ਹੁੰਦੀ ਹੈ ਪਾਰਟੀਆਂ ਨੂੰ ਛੱਡ ਕੇ, ਸਟੂਡੈਂਟ ਆਰਗਨਾਈਜੇਸ਼ਨ ਨੂੰ ਛੱਡ ਕੇ, ਜੇ ਇਕੱਠੇ ਹੋ ਕੇ ਇੱਕ ਕੋਈ ਵਿਚਾਰ ਰੱਖਿਆ ਜਾਂਦਾ, ਮੁੱਦਾ ਰੱਖਿਆ ਜਾਂਦਾ, ਤਾਂ ਉਹ ਡੈਫੀਨੇਟਲੀ ਇੱਕ ਵੈਲਕਮ ਸਟੈਪ ਹੈ। ਪਰ ਉਹ ਹੁੰਦਾ ਦਿਖਦਾ ਨਹੀਂ ਕਿਉਂਕਿ ਪਾਰਟੀਜ਼ ਦੇ ਵਿੱਚ ਇੰਟਰਨਲ ਫਰੈਗਮੈਂਟੇਸ਼ਨ ਹੀ ਇੰਨੀ ਹੈ। ਜੇ ਤੁਸੀਂ ਯੂਨੀਵਰਸਿਟੀ ਆ ਕੇ ਦੇਖ ਲਓ, ਤੁਸੀਂ ਭਾਵੇਂ NSUI ਦੀ ਗੱਲ ਕਰ ਲਓ, ਭਾਵੇਂ ਤੁਸੀਂ SOI ਦੀ ਗੱਲ ਕਰ ਲਓ, ਜਿਹੜੀਆਂ ਵੀ ਪਾਰਟੀਜ਼ ਹੈਗੀਆਂ ਨੇ ਇਹਨਾਂ 'ਚ ਇੰਟਰਨਲ ਫਰੈਗਮੈਂਟੇਸ਼ਨ ਹੀ ਇੱਦਾਂ। ਜੇ ਸੋਪੂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਪਣੀ ਪੁਰਾਣੀ ਲੈਗੇਸੀ ਤੋਂ ਲਹਿਦਾ ਹੋ ਕੇ ਅੱਜ ਯੂਨੀਵਰਸਿਟੀ ਪੋਲੀਟਿਕਸ ਦੇ ਵਿੱਚ ਆਉਣਾ ਪਿਆ। ਕੀ ਅਕਾਲੀ ਦਲ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾ ਰਿਹਾ ਕਿ ਸਾਡੀਆਂ ਜਿਹੜੀਆਂ ਨਵੀਆਂ ਮਾਡਰਨ ਸਿੱਖ ਯੂਥ ਜਥੇਬੰਦੀਆਂ ਬਣਾਈਆਂ ਸੀ ਉਹ ਸਫੀਸ਼ੀਐਂਟ ਇੱਕ ਇਫੈਕਟਿਵ ਢੰਗ ਨਾਲ ਕੰਮ ਨਹੀਂ ਕਰ ਪਾਈਆਂ? ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਨਕਾਰ ਹੀ ਦਿੱਤਾ, ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਿਹੜੀ ਨਰਸਰੀ ਸੀ ਅਕਾਲੀ ਦਲ ਵਾਲਿਆਂ ਦੀ। ਸੋ ਕੀ ਇੱਥੇ ਅਕਾਲੀ ਦਲ ਐਕਸੈਪਟ ਵੀ ਨਹੀਂ ਕਰ ਪਾ ਰਿਹਾ ਕਿ ਸਾਡੀਆਂ ਜਥੇਬੰਦੀਆਂ ਨੇ ਸਹੀ ਢੰਗ ਦੇ ਨਾਲ ਉਹ ਜੋ ਅਕਾਲੀ ਦਲ ਦੇ ਬੇਸਿਕ ਸੰਵਿਧਾਨ ਹੈ ਉਹਦੇ ਹਿਸਾਬ ਨਾਲ ਕੰਮ ਨਹੀਂ ਕੀਤਾ? ਔਰ ਹੁਣ ਅਕਾਲੀ ਦਲ ਕਿਵੇਂ ਟੋਲਰੇਟ, ਤੁਸੀਂ ਕਿਹਾ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਡੀ ਆ, ਇਨ ਦਾ ਸੈਂਸ ਵੀ ਸਿੱਖਾਂ ਦੀ ਆ, ਸਾਡੀ ਸੰਵਿਧਾਨਿਕ ਇੱਕ ਜਥੇਬੰਦੀ ਆ SGPC ਅਕਾਲੀ ਦਲ ਐਂਡ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹਦੇ ਵਿੱਚ ਯੂਥ ਅਕਾਲੀ ਦਲ ਐਂਡ ਸੋਈ ਦੀ ਜਗ੍ਹਾ ਕਿੱਥੇ ਆ? ਦੇਖੋ ਮੈਮ, ਜਦੋਂ ਆਪਾਂ ਸਿਆਸਤ ਤੇ ਧਰਮ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਨਾਲ, ਸਾਨੂੰ ਸਿੱਖ ਰਵਾਇਤਾਂ ਦੇ ਅਨੁਸਾਰ ਨਾਲ ਨਾਲ ਲੈ ਕੇ ਜਾਣਾ ਬੜਾ ਜ਼ਰੂਰੀ ਹੈ ਕਿਉਂਕਿ ਮੀਰੀ ਪੀਰ ਦਾ ਸਿਧਾਂਤ ਆ। ਸਾਨੂੰ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਦੋਨੇ ਚੀਜ਼ਾਂ ਨਾਲ ਨਾਲ ਚਾਹੀਦੀਆਂ, ਵੀ ਸਿੱਖਾਂ ਨੇ ਇਕੱਲਾ ਇਹ ਨਹੀਂ ਵੀ ਖੁਸ਼ਾਮਦ ਹੀ ਕਰੀ ਜਾਣੀ ਆ, ਸਿੱਖਾਂ ਨੇ ਰਾਜ ਵੀ ਕਰਨਾ। ਹਰੇਕ ਵਾਰੀ ਇਹ ਥੋੜ੍ਹਾ ਵੀ ਹਾਂਜੀ ਅਸੀਂ ਇਕੱਲਾ ਪਾਠ ਕਰਨਾ, ਰਾਜ ਕਰਨਾ, ਰਾਜ ਕੋਈ ਹੋਰ ਕਰਨਾ, ਸਾਡੇ ਤੇ ਰਾਜ ਕਰਨਾ ਬੜਾ ਜ਼ਰੂਰੀ ਹੈ। ਪਰ ਜਦੋਂ ਆਪਾਂ ਸਿੱਖ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਮਤਲਬ ਸਭ ਤੋਂ ਔਖਾ ਸਾਡੀ ਕੌਮ ਦੇ ਉੱਤੇ ਰਾਜ ਕਰਨਾ ਕਿਉਂਕਿ ਕੰਡਿਆਂ ਦੀ ਸੇਜ ਗੱਲ ਕਹੀ ਜਾਂਦੀ ਹੈ। ਸਾਡੇ ਬੰਦੇ ਦਾ ਇੱਕ ਸੁਭਾਅ ਆ, ਸ਼ੁਰੂ ਤੋਂ ਤੁਸੀਂ ਦੇਖਦੇ ਹੋਵੋਗੇ, ਮੈਂ ਤਾਂ ਤੁਸੀਂ ਸਹਿਮਤ ਵੀ ਹੋਵੋਗੇ ਵੀ ਜਦੋਂ ਕਿਸੇ ਨੂੰ ਆਪਾਂ ਚੱਕਣ ਲੱਗਦੇ ਹਾਂ ਉਦੋਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ, ਆਪਾਂ ਚੱਕ ਕੇ ਸਿਰ ਤੇ ਭਾਲ ਦਿੱਤੇ। ਜਦੋਂ ਕੋਈ ਉਹਦੀ ਕੋਈ ਮਾੜੀ ਗੱਲ ਆ ਜਾਵੇ ਫਿਰ ਉਹਦੀਆਂ ਚੰਗੀਆਂ ਗੱਲਾਂ ਵੀ ਆਪਾਂ ਲਾਂਭੇ ਕਰ ਦਿੰਦੇ ਹਾਂ। ਸੋ ਇਹ ਦੋਨਾਂ ਚੀਜ਼ਾਂ ਨੂੰ ਜੇ ਆਪਾਂ ਅਕਾਲੀ ਦਲ ਦੇ ਉੱਤੇ ਬਲੇਮ ਲਾਉਂਦੇ ਹਾਂ ਕਿ ਅਸੀਂ ਸਾਂਭ ਨਹੀਂ ਸਕੇ, ਅਸੀਂ ਐਂ ਨਹੀਂ ਕਰ ਸਕੇ, ਜੇ ਅੱਜ ਤੱਕ ਪੰਜਾਬ ਦੇ ਵਿੱਚ ਕਿਤੇ ਆਪਾਂ ਯਾਦਗਾਰਾਂ ਸਿੱਖਾਂ ਦੀਆਂ ਪੜ੍ਹਾਈਆਂ ਨੇ ਜਾਂ ਕੋਈ ਲੜਾਈ ਲੜੀ ਆ ਅਸੀਂ ਆਪਦੀ ਕੌਮ ਵਾਸਤੇ, ਤਾਂ ਉਹ ਵੀ ਅਕਾਲੀ ਦਲ ਦੇ ਹਿੱਸੇ ਆਉਂਦੀ ਆ। ਉਹ ਅਕਾਲੀ ਦਲ ਨੇ ਲੜੀ ਆ, ਠੀਕ ਆ ਅਸੀਂ ਘੱਟ ਗਿਣਤੀ ਜਾਂ ਅਸੀਂ ਸਾਡੇ ਕੋਲ ਸੀਟਾਂ ਮੈਂਬਰ ਪਾਰਲੀਮੈਂਟ ਦੇ 13, ਉਹਦੇ ਵਿੱਚੋਂ 4-5 ਆਉਂਦੀਆਂ, ਜਿੰਨੀ ਕਿ ਲੜਾਈ ਲੜ ਸਕਦੇ, ਜਿੰਨਾ ਕੁ ਅਸੀਂ ਰੌਲਾ ਪਾ ਸਕਦੇ ਹਾਂ। ਜਦੋਂ ਸਾਡੀ ਸ਼ਕਤੀ ਸੀ ਅਸੀਂ ਇਕੱਠੇ ਸੀ, ਦਿੱਲੀ ਡਰਦੀ ਹੁੰਦੀ ਸਾਡੇ ਤੋਂ ਜਦੋਂ ਪੰਜਾਬ ਤੋਂ ਵੀ ਕਾਲ ਦਿੱਤੀ ਜਾਂਦੀ ਸੀਗੀ
ਵੀ ਕਹਿੰਦੇ ਸੀ ਵੀ ਅਕਾਲੀ ਦਲ ਵਾਲੇ ਸਾਰੇ ਕਿਸਾਨ ਅਕਾਲੀ ਦਲ ਨਾਲ ਆ, ਸਾਰਾ ਸਿੱਖ ਪੰਥ ਅਕਾਲੀ ਦਲ ਦੇ ਨਾਲ ਆ, ਵੀ ਇਹਨਾਂ ਨੂੰ ਕਿਤੇ ਗੁੱਸੇ ਨਾ ਕਰ ਲਿਓ। ਕੋਈ ਸਮਾਂ ਸੀਗਾ ਜਦੋਂ ਅਸੀਂ ਪੰਜਾਬ ਤੋਂ ਕੌਲ ਦਿੱਤੀ ਜਾਂਦੀ ਹੈ ਦਿੱਲੀ ਦੇ ਤੱਕ ਚੱਲ ਜਾਂਦਾ ਸੀਗਾ, ਤੇ ਅੱਜ ਤੁਸੀਂ ਦੇਖੋ ਵੀ ਸਾਨੂੰ ਕੋਈ ਤੇ ਮਿਲਣ ਨੂੰ ਤਿਆਰ ਨਹੀਂ, ਸਾਨੂੰ ਕੋਈ ਸੁਣਨ ਨੂੰ ਤਿਆਰ ਨਹੀਂ। ਕਿਉਂ? ਉਹਦੀ ਵਜ੍ਹਾ ਵੀ ਸਾਨੂੰ ਵੰਡ ਦਿੱਤਾ ਗਿਆ, ਸਾਡੇ ਵਿੱਚ ਇਹੋ ਜਿਹੇ ਬੰਦੇ ਵਾੜ ਦਿੱਤੇ ਗਏ ਆ ਜਿਹਨਾਂ ਦਾ ਚਿਹਰਾ ਮੂਹਰਾ ਸਾਡੇ ਵਰਗਾ ਹੀ ਆ, ਉਹ ਭੁਲੇਖਾ ਪਾਉਂਦੇ ਵੀ ਅਸੀਂ ਹੈਗੇ ਸਾਡੇ ਹੀ ਆ, ਪਰ ਜਦੋਂ ਅਸੀਂ ਉਹਨਾਂ ਨੂੰ ਕਿਤੇ ਰਾਜਗੱਦੀ ਦੇ ਦਿੰਦੇ ਹਾਂ ਜਾਂ ਸੱਤਾ ਤੇ ਬਿਠਾ ਦਿੰਦੇ ਹਾਂ, ਉਸ ਤੋਂ ਬਾਅਦ ਉਹਨਾਂ ਦਾ ਅਸਲ ਚਿਹਰਾ ਬਾਹਰ ਆਉਂਦਾ ਵਾ। ਸੋ ਚੰਗੇ ਤੇ ਮਾੜੇ ਦੀ ਪਛਾਣ ਕਰਨੀ ਇਹ ਬੜੀ ਜ਼ਰੂਰੀ ਆ। ਇਹ ਸਾਡੀ ਕਿਤੇ ਨਾ ਕਿਤੇ ਅਸੀਂ ਇਸ ਗੱਲ ਤੇ ਕਮੀ, ਸ਼੍ਰੋਮਣੀ ਅਕਾਲੀ ਦਲ ਵੀ ਬਦਲਿਆ, ਪੰਜਾਬ ਪੰਜਾਬੀ ਐਂਡ ਪੰਜਾਬੀਅਤ ਤੇ ਆਇਆ, ਨਵੀਆਂ ਆਰਗੇਨਾਈਜੇਸ਼ਨ ਉਭਰੀਆਂ, ਸੋਈ ਯੂਥ ਅਕਾਲੀ ਦਲ, ਜ਼ਰੂਰਤ ਸੀ ਇਹਨਾਂ ਨੂੰ ਇਸ ਮਾਡਰਨਾਈਜੇਸ਼ਨ ਦੇ ਵਿੱਚ। ਸਾਬਤ ਸਰੂਪ ਸਿੱਖ ਅਲੱਗ ਚਿਹਰੇ ਹੁੰਦੇ ਨੇ, ਇੱਕ ਹੁੰਦੇ ਨੇ ਜਿਹੜੇ ਥੋੜੇ ਸੈਕੂਲਰ ਐਂਡ ਥੋੜੇ ਲਿਬਰਲ ਸਿੱਖੀਜ਼ਮ ਦੇ ਵਿੱਚ ਆ ਜਾਂਦੇ ਨੇ, ਜਿਵੇਂ ਮੈਂ ਵੀ ਇੱਕ ਉਹਨਾਂ ਦੇ ਵਿੱਚੋਂ ਇੱਕ ਹਾਂ। ਸੋ ਉਹਨਾਂ ਨੂੰ ਵੀ ਤਾਂ ਐਡਜਸਟ ਕਰਨਾ ਆਪਣੇ ਆਪ 'ਚ ਬਹੁਤ ਜ਼ਰੂਰੀ ਆ, ਹੈ ਨਾ? ਆਪਾਂ ਫੰਡਾਮੈਂਟਲਿਜ਼ਮ ਜਾਂ ਉਹ ਬੁਨਿਆਦ ਪ੍ਰਸਤੀ ਦੇ ਵਿੱਚ ਜਾ ਕੇ ਤੁਹਾਨੂੰ ਲੱਗਦਾ ਹੈ ਕੀ ਵਾਪਰਿਆ ਪਿਛਲੇ ਸਾਲਾਂ ਦੇ ਵਿੱਚ? ਔਰ ਜਿਹੜੇ ਸੈਕੂਲਰ ਸਿੱਖ ਆ, ਸੈਕੂਲਰ ਇਨ ਦਾ ਸੈਂਸ ਵੀ ਜਿਹੜੇ ਕਟਿੰਗ ਰੱਖਦੇ ਆ ਹੇਅਰਸ ਦੀ ਔਰ ਸਾਬਤ ਸਰੂਪ ਸਿੱਖ ਨਹੀਂ ਆ, ਉਹਨਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਿਵੇਂ ਐਡਜਸਟ ਕਰੇਗੀ? ਤੁਸੀਂ ਕਿਵੇਂ ਐਡਜਸਟ ਕਰੋਗੇ ਸੋਈ ਔਰ ਯੂਥ ਅਕਾਲੀ ਦਲ ਦੇ ਨਾਲ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇਸ ਵੇਲੇ ਆਜ਼ਾਦ ਹਸਤੀ ਹੈ, ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਫੀਲੀਏਟਿਡ ਨਹੀਂ ਹੈਗੇ। ਕਈ ਪਾਰਟੀਜ਼ ਨੂੰ ਇਹਦਾ ਮਾੜਾ ਲੱਗਦਾ, ਕਈ ਯੂਥ ਲੀਡਰਸ ਨੂੰ ਮਾੜਾ ਲੱਗਦਾ, ਬਟ ਮੈਮ ਚੇਂਜ ਇਜ਼ ਦੀ ਓਨਲੀ ਕੋਂਸਟੈਂਟ ਥਿੰਗ। ਬਟ ਜਿਹੜੀ ਚੀਜ਼ ਸਮੇਂ ਦੇ ਨਾਲ ਚੇਂਜ ਨਹੀਂ ਸੀ ਹੋਣੀ ਚਾਹੀਦੀ, ਉਹ ਸੀਗੇ ਸਾਡੇ ਪੋਲੀਟੀਕਲ ਲੀਡਰਸ ਦੇ ਕਿਰਦਾਰ। ਜਦੋਂ ਜਦੋਂ ਆਪਾਂ ਫਿਰ ਉਹੀ ਗੱਲ ਆ ਜਾਂਦੀ, ਜਦੋਂ ਸਾਡੇ ਕਿਰਦਾਰ ਡਗਮਗਾਏ ਨੇ, ਮੈਂ ਨਹੀਂ ਕਹਿੰਦਾ ਕਿ ਕੋਈ ਕਰੈਕਟਰ ਦਾ ਲੂਜ਼ ਬੰਦਾ ਆ ਗਿਆ, ਨਹੀਂ, ਬਟ ਜਦੋਂ ਜਦੋਂ ਆਪਾਂ ਆਪਣੇ ਸਿਧਾਂਤਾਂ ਤੋਂ ਫਿਸਲੇ ਹਾਂ, ਉਹਨਾਂ ਤੋਂ ਤਿਲਕੇ ਹਾਂ, ਉਦੋਂ ਸਾਡਾ ਜਿਹੜਾ ਇਹ ਡਿਕਲਾਈਨ ਆਇਆ। ਅਤੇ ਜਿੱਥੇ ਤੱਕ ਗੱਲ ਆ ਜਾਂਦੀ ਆ, ਆਪਾਂ ਇੱਕ ਟਰਮ ਵਰਤਦੇ ਹਾਂ ਸਹਿਜਧਾਰੀ ਸਿੱਖ, ਜਿਹੜੇ ਹੁਣ ਕਟਿੰਗ ਦੇ ਵਿੱਚ ਨੇ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਨੇ, ਜੇ ਸੰਤਾਂ ਦਾ ਆਪਾਂ ਨਾਮ ਲੈ ਲਈਏ ਤਾਂ ਬਹੁਤ ਜੋਸ਼ ਦੇ ਨਾਲ ਉਹ ਹਾਮੀ ਭਰਦੇ ਆ ਪੰਥਕ ਟੇਕੇ ਦੀ। ਉਹਨਾਂ ਵੇਖੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਜਦੋਂ ਆਪਾਂ ਵੇਖਾਂਗੇ, ਪਹਿਲਾਂ ਸਾਨੂੰ ਫਿਜ਼ੀਕਲ ਤੌਰ ਦੇ ਉੱਤੇ ਖਤਮ ਕਰਨ ਦਾ ਕੋਸ਼ਿਸ਼ ਜਿਹੜੀ ਆ ਸਰਕਾਰਾਂ ਦੀ ਰਹੀ ਆ, ਉਹ ਭਾਵੇਂ 84 ਲੈ ਲਈਏ, ਆਪਾਂ ਓਪਰੇਸ਼ਨ ਬਲੂ ਸਟਾਰ, ਓਪਰੇਸ਼ਨ ਬਲੈਕ ਥੰਡਰ 1 and 2 ਲੈ ਲਈਏ, ਓਪਰੇਸ਼ਨ ਵੁੱਡ ਰੋਜ਼ ਲੈ ਲਈਏ, ਅਤੇ ਭਾਵੇਂ ਮੈਂਟਲੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਓਪਰੇਸ਼ਨ ਨਾਈਟ ਡੋਮੀਨੈਂਸ ਲੈ ਲਈਏ ਲੈਡ ਬਾਈ KPS ਗਿੱਲ, ਐਂਡ ਇਹਨਾਂ ਦੇ ਅਧੀਨ ਸਾਡੀ ਮਾਨਸਿਕਤਾ ਚੇਂਜ ਕਰਨ ਦੀ ਕੋਸ਼ਿਸ਼ ਕਰ ਦਿੱਤੀ ਗਈ ਹੈ, ਦੈਟ ਯੂ ਡੋਂਟ ਨੀਡ ਦ ਟਰਬਨ, ਤੁਹਾਨੂੰ ਟਰਬਨ ਦੀ ਲੋੜ ਨਹੀਂ, ਤੁਹਾਨੂੰ ਇਸ ਕਿਰਪਾਨ ਦੀ ਲੋੜ ਨਹੀਂ। ਕਿਤੇ ਨਾ ਕਿਤੇ ਉਹ ਅਸਰ ਜਿਹੜਾ ਸਾਡੇ ਯੂਥ 'ਤੇ ਅੱਜ ਵੀ ਝਲਕਦਾ ਹੈ, ਅਤੇ ਗਲਤੀ ਯੂਥ ਦੀ ਨਹੀਂ ਹੈ, ਇਹ ਸਾਜਿਸ਼ ਖੇਡਣਾ ਜਿਹੜਾ ਇਹ ਫਿਤਰਤ ਹੁੰਦੀ ਹੈ ਸਰਕਾਰਾਂ ਦੀ। ਖੈਰ ਆਪਣੀ ਵਿਲ ਹੁੰਦੀ ਆ, ਬਟ ਮੈਮ ਜਿਵੇਂ ਕਹਿ ਲਓ ਨਾ ਕਿ ਵਿਦ ਚੇਂਜਸ ਜਿਹੜੇ ਆਪਣੇ ਇਨਵਾਇਰਮੈਂਟ ਦੇ ਵਿੱਚ ਸਾਡੇ ਆਲੇ ਦੁਆਲੇ ਸਰਾਊਂਡਿੰਗਸ ਦੇ ਵਿੱਚ ਆਉਂਦੇ ਨੇ, ਜਿੱਧਰ ਸਰਕਾਰਾਂ ਦਾ ਹੱਥ ਹੋਏਗਾ ਸਾਡੇ ਤੋਂ ਇਨਫਲੂਐਂਸ ਪੈਂਦਾ ਹੈ, ਐਂਡ ਸਾਨੂੰ ਕਈ ਵਾਰੀ ਲੱਗਦਾ ਹੈ ਦੈਟ ਦਿਸ ਇਜ਼ ਆਵਰ ਡਿਸੀਜਨ, ਬਟ ਉਹ ਕਿੱਧਰੋਂ ਇਨਫਲੂਐਂਸ ਆ ਰਿਹਾ ਉਹ ਸਾਡੇ ਡਿਸੀਜਨ ਦਾ? ਜਦੋਂ ਤੱਕ ਅਸੀਂ ਗੁਲਾਮੀ ਵਾਲੀ ਮਾਨਸਿਕਤਾ ਨੂੰ ਪਹਿਚਾਨਾਂਗੇ ਨਹੀਂ, ਤਦ ਤੱਕ ਸਾਨੂੰ ਇਹ ਨਹੀਂ ਲੱਗੇਗਾ ਕਿ ਸਾਡੇ ਸਿਰ ਦੇ ਉੱਤੇ ਗੁਲਾਮੀ ਹੈ ਜਾਂ ਕੋਈ ਚੇਂਜ ਸਾਡੇ ਉੱਤੇ ਆਇਆ ਹੈ। ਜਦੋਂ ਆਪਾਂ ਨਕਾਰਦੇ ਰਹਾਂਗੇ ਤਾਂ ਆਪਾਂ ਨਕਾਰਦੇ ਰਹਾਂਗੇ, ਬਟ ਮੈਂ ਇੱਧਰ ਆਹ ਨਹੀਂ ਕਹਿ ਰਿਹਾ ਕਿ ਜਿਹੜੇ ਸਹਿਜਧਾਰੀ ਸਿੱਖ ਨੇ ਜਾਂ ਜਿਨ੍ਹਾਂ ਨੇ ਉਹਨੇ ਕੇਸ ਨਹੀਂ ਰੱਖੇ ਤੇ ਜੀ ਉਹ ਤਾਂ ਬਹੁਤ ਮਾੜੇ ਨੇ, ਨਹੀਂ। ਜੇ ਆਪਾਂ ਅੱਜ ਕੀ ਕਹਿੰਦੇ ਆ ਸਿੱਖੀ ਦੇ ਸਿਧਾਂਤ ਤੋਂ ਥੋੜੇ ਪਾਸੇ ਵੀ ਹੈ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਗੱਲ ਨਾਲ ਲਾਉਣ ਨੂੰ ਤਿਆਰ ਹੈ, ਸਾਡਾ ਕੰਮ ਹੀ ਇਹ ਹੈ ਮੈਮ ਕਿ ਅਸੀਂ ਜੇ ਅੱਜ ਜਿਹੜੇ ਸਾਡੇ ਆਗੂ ਨੇ ਉਹ ਸਾਬਤ ਸੂਰਤ ਨੇ, ਉਹ ਕਿਸ ਕਾਰਨ ਨੇ ਕਿ ਅਸੀਂ ਇੱਕ ਇਨਫਲੂਐਂਸ ਜਿਹੜਾ ਹੈ ਉਹ ਅਗਲੀ ਜਨਰੇਸ਼ਨ 'ਤੇ ਲੈ ਕੇ ਆ ਸਕੀਏ, ਤਾਂ ਕਿ ਜੋ ਇੱਕ ਸਾਨੂੰ ਕਹੋ ਕਿ ਬੈਕਲੈਸ਼ ਪਿਆ ਸਟਰਗਲ ਦਾ, ਜੋ ਸਰਕਾਰਾਂ ਨੇ ਸਾਡੇ 'ਤੇ ਕਰਨਾ ਚਾਹਿਆ ਹੈ, ਜੋ ਨੈਗੇਟਿਵ ਇੰਪੈਕਟ ਪਾਉਣਾ ਚਾਹਿਆ, ਉਹਨੂੰ ਕਿਸੇ ਨਾ ਕਿਸੇ ਅਸੀਂ ਰਿਵਰਟ ਕਰ ਸਕੀਏ। ਜਿੱਦਾਂ ਤੱਕ ਅਫੀਲੀਏਸ਼ਨ ਦੀ ਗੱਲ ਆਉਂਦੀ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਵੇਲੇ ਨਹੀਂ ਕਿਸੇ ਨਾਲ ਅਲਾਈਨਡ ਹੈਗੀ, ਐਂਡ ਵੀ ਹੈਵ ਬੀਨ ਵੈਰੀ ਕਲੀਅਰ ਅਬਾਊਟ ਇਟ। ਹਾਲੇ ਕਿ ਮੈਨੂੰ ਸਵਾਲ ਪੁੱਛਣ ਦਿਓ ਇੱਥੇ ਤੁਹਾਨੂੰ ਕਿ ਤੁਸੀਂ ਤੁਹਾਨੂੰ ਕਿਤੇ ਅਕਾਲੀ ਦਲ ਤਾਂ ਨਹੀਂ ਰਿਵਾਈਵ ਕਰ ਰਿਹਾ? ਬਿਕੋਜ਼ ਅਕਾਲੀ ਦਲ ਦੀ ਇਹ ਇੱਕ ਉਹਨਾਂ ਦੇ ਕਰੈਕਟਰ ਦਾ ਹਿੱਸਾ ਰਿਹਾ ਆ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਖਾੜਕੂ ਜਥੇਬੰਦੀਆਂ, ਖਾੜਕੂਵਾਦ ਦੇ ਜਿਹੜੇ ਸ਼ਹੀਦ ਸੀਗੇ, ਜਿਹੜੇ ਜਿਹਨੇ ਉਹਨਾਂ ਵਿੱਚ ਪੂਰੇ ਹੋਏ, ਉਹਨਾਂ ਦੇ ਭੋਗਾਂ 'ਤੇ ਜਾਣਾ
ਔਰ ਫਿਰ ਜਾ ਕੇ ਆਪਣੇ ਆਪ ਨੂੰ ਖੜੇ ਕੀਤਾ। ਕਿਤੇ ਹੁਣ ਅਕਾਲੀ ਦਲ ਤਾਂ ਨਹੀਂ, ਕਿਉਂਕਿ ਅਕਾਲੀ ਦਲ ਨੇ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਨਿਰੰਤਰ ਹਾਰਾਂ ਤੋਂ ਬਾਅਦ ਬਲਵਿੰਦਰ ਸਿੰਘ ਜਟਾਨਾ, ਭਾਈ ਬਲਵਿੰਦਰ ਸਿੰਘ ਜਟਾਨਾ ਐਂਡ ਹੋਰ ਜਿਹੜੇ ਦਿਲਾਵਰ ਸਿੰਘ ਆ ਉਹਨਾਂ ਦੀ ਤਸਵੀਰਾਂ ਅਜਾਇਬ ਘਰ ਦੇ ਵਿੱਚ ਲਾ ਕੇ ਇੱਕ ਐਕਸਟ੍ਰੀਮਿਸਟ ਜਿਹੜੀ ਥਿੰਕਿੰਗ ਆ ਉਹਨੂੰ ਇੱਕ ਤਰ੍ਹਾਂ ਐਂਡੋਰਸ ਕੀਤਾ। ਉਹਦੇ 'ਚੋਂ ਮੇ ਵੀ ਕੈਸ਼ ਕਰਨ ਦੀਆਂ ਕੋਸ਼ਿਸ਼ਾਂ ਸੀ, ਕਿਉਂਕਿ ਇੰਨੇ ਸਾਲਾਂ ਬਾਅਦ ਯਾਦ ਆਈ ਕਿ ਅਕਾਲੀ ਦਲ ਤਾਂ ਨਹੀਂ ਤੁਹਾਨੂੰ ਰਿਵਾਈਵ ਕਰ ਰਿਹਾ ਵੀ ਕਿਸੇ ਤਰ੍ਹਾਂ ਅਕਾਲੀ ਦਲ ਤੁਹਾਡੇ ਪਿੱਛੇ ਪਿੱਛੇ ਲੱਗ ਗਿਆ, ਤੁਹਾਡੀ ਸਹਾਇਤਾ ਦੇ ਨਾਲ ਕੱਲ੍ਹ ਨੂੰ ਮੇਨ ਸਟ੍ਰੀਮ ਦੇ ਵਿੱਚ ਆ ਜਾਏਗਾ। ਮੈਮ ਇਲੈਕਸ਼ਨਸ ਹੋਈਆਂ ਨੇ 2022 ਦੇ ਵਿੱਚ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੋਈ ਹੈ ਰਿਵਾਈਵ 2021 ਦੇ ਵਿੱਚ। ਸੋ ਇਸ ਚੀਜ਼ ਦਾ ਵੇਖੋ, ਜਦੋਂ ਅਕਾਲੀ ਦਲ ਨੂੰ ਹਾਰ ਅੱਜ ਮਿਲੀ ਹੈ, ਇੱਕ ਕਈ ਕਹਿੰਦੇ ਨੇ ਕਿ ਅਸੀਂ ਅੱਜ ਵੀ ਅਕਾਲੀ ਦਲ ਦੇ ਨਾਲ ਵਫ਼ਾਦਾਰ ਹੋਣਾ ਚਾਹੁੰਦੇ ਹਾਂ, ਬਟ ਕਿਸੇ ਲੀਡਰਸ਼ਿਪ ਦੇ ਕਾਰਨ ਅਸੀਂ ਨਹੀਂ ਹੋ ਪਾ ਰਹੇ, ਅਤੇ ਜੇ ਅੱਜ ਹਾਰ ਮਹਿਸੂਸ ਹੋਈ ਆ ਉਹਨਾਂ ਨੂੰ, ਸਾਹਮਣਾ ਕਰਨਾ ਪਿਆ ਹਾਰ ਦਾ, ਉਸ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਉਹਨਾਂ ਨੂੰ ਚੇਤਾ ਆਇਆ, ਪਰ ਇਹ ਫੈਡਰੇਸ਼ਨ ਮੈਂ ਫਿਰ ਤੋਂ ਬੇਨਤੀ ਕਰ ਦੇਵਾਂ 2021 ਦੇ ਵਿੱਚ ਰਿਵਾਈਵ ਹੋ ਚੁੱਕੀ ਹੋਈ ਹੈ। ਐਂਡ ਇਹਦੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈਗਾ ਸਾਡੇ ਉੱਤੇ ਕਿ ਅਸੀਂ ਜੀ ਤੁਹਾਨੂੰ ਕੋਲੈਬੋਰੇਟ ਕਰਕੇ ਅਤੇ ਆਪਣੇ ਨਾਲ ਰੱਖਾਂਗੇ, ਕਰਾਂਗੇ। ਬਿਕੋਜ਼ ਐਵਰ ਸਿੰਸ 1981-82 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪਰਾਇਆ ਮੰਨਿਆ ਗਿਆ। ਜਿੱਦਾਂ ਫੈਕਟਸ ਆ, ਫੈਕਟਸ ਆ ਮੈਮ, ਦੀਸ ਆਰ ਫੈਕਟਸ, ਕਿ ਜਦੋਂ ਜਦੋਂ ਅਕਾਲੀ ਦਲ ਨੂੰ ਲੋੜ ਪਈ ਹੈ 44 ਤੋਂ ਲੈ ਕੇ ਅਤੇ 84 ਤੱਕ, ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸੁਝਾਅ ਵੀ ਪੇਸ਼ ਕੀਤੇ ਨੇ, ਜਿੱਥੇ ਗਲਤ ਸੀ ਉੱਧਰ ਸਹੀ ਵੀ ਕੀਤਾ, ਅਤੇ ਇੱਕ ਯੂਥ ਦੀ ਜਿਹੜੀ ਹੈ ਪਾਵਰ ਉਹ ਅਕਾਲੀ ਦਲ ਨੂੰ ਪ੍ਰੈਜੈਂਟ ਕਰਕੇ ਦੱਸੀ ਸੀਗੀ ਜਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਸੀ। ਬਟ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਕਿ ਯੂਨੀਲੈਟਰਲ ਕੰਟਰੋਲ ਗੇਨ ਕਰਨ ਦੇ ਲਈ ਅਕਾਲੀ ਦਲ ਨੇ ਆਪਣੇ ਵਿੰਗਸ ਬਣਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਡਾਇਰੈਕਟਲੀ ਉਹਨਾਂ ਨੂੰ ਆਨਸਰ ਕਰਦੇ ਸੀ। ਫੈਡਰੇਸ਼ਨ ਦੇ ਸਿੰਘ ਗੁਰੂ ਨੂੰ ਆਨਸਰ ਕਰਦੇ ਸੀ, ਇਹ ਜਿਹੜੇ ਵਿੰਗ ਸੀਗੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਨਸਰ ਕਰਦੇ ਸੀ। ਸੋ ਇਸ ਕਰਕੇ ਫੈਡਰੇਸ਼ਨ ਨੂੰ ਪਾੜਿਆ ਵੀ ਗਿਆ। ਸੋਚਣ ਦੀ ਗੱਲ ਆ ਮੈਮ, ਸੋਚਣ ਦੀ ਗੱਲ ਹੈ, ਇੱਕ ਆਰਗਨਾਈਜੇਸ਼ਨ ਆ, ਹੁਣ ਸੋਈ ਦੇ 4-5 ਧੜੇ ਕਿਉਂ ਨਹੀਂ ਹੈਗੇ, NSUI ਦੇ ਨਹੀਂ ਹੈਗੇ, ABVP ਦੇ ਨਹੀਂ ਹੈਗੇ, ਅਕਾਲੀ ਦਲ ਵੱਲ ਵਾਪਸ ਆ ਜਾਈਏ ਤੇ ਯੂਥ ਅਕਾਲੀ ਦਲ ਦੇ ਨਹੀਂ ਹੈਗੇ, ਸਿਰਫ ਫੈਡਰੇਸ਼ਨ ਦੇ ਹਨ। ਬਿਕੋਜ਼ ਇੱਕ ਫੈਡਰੇਸ਼ਨ ਹੀ ਬਹੁਤ ਜਥੇਬੰਦੀ ਸੀ, ਭਾਈ ਅਮਰੀਕ ਸਿੰਘ ਨੇ ਇੰਨੀ ਸਟਰੋਂਗ ਕਰ ਦਿੱਤੀ ਸੀ ਕਿ ਟਾਈਮਸ ਆਫ ਇੰਡੀਆ ਨੂੰ ਲਿਖਣਾ ਪਿਆ ਸੀਗਾ, ਕਿਉਂਕਿ ਜਿਹੜੀ ਮੀਡੀਆ ਆਪਾਂ ਨੂੰ ਪਤਾ ਹੈ, ਜਿਹੜਾ ਮੇਨ ਸਟ੍ਰੀਮ ਮੀਡੀਆ, ਇਟਸ ਬੋਟ ਬਾਏ ਦਾ ਗਵਰਨਮੈਂਟਸ। ਸੋ ਉਹਨਾਂ ਨੇ ਇਹ ਲਿਖ ਦਿੱਤਾ ਸੀ ਕਿ ਅਮਰੀਕ ਸਿੰਘ ਮੋਰ ਡੇਂਜਰਸ ਦੈਨ ਭਿੰਡਰਾਂ ਵਾਲਾ। ਇੱਕ ਮੈਂ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਟਾਈਮਸ ਆਫ ਇੰਡੀਆ ਦੀ 82 ਜਾਂ 83 ਦੇ ਅਖਬਾਰ ਹੈ। ਆਈ ਹੈਵ ਨੋਟ ਬੀਨ ਏਬਲ ਟੂ ਗੈਟ ਹੋਲਡ ਔਨ ਦੈਟ ਨਿਊਜ਼ ਪੇਪਰ, 90s ਤੋਂ ਬਾਅਦ ਤਾਂ ਔਨਲਾਈਨ ਵਰਜ਼ਨ ਹੈ ਹੀ ਨਹੀਂ ਗਾ, ਬਟ ਮੈਂ ਲਾਇਬ੍ਰੇਰੀਜ਼ ਦੇ ਵਿੱਚ ਕੋਸ਼ਿਸ਼ ਕਰਾਂਗਾ। ਇਹ ਕਿਉਂ ਲਿਖਿਆ ਗਿਆ ਸੀਗਾ? ਕਿਉਂਕਿ ਭਾਈ ਅਮਰੀਕ ਸਿੰਘ ਨੇ ਇੱਕ ਐਸੀ ਰੂਹ ਫੂਕ ਦਿੱਤੀ ਸੀ ਇਸ ਔਰਗਨਾਈਜੇਸ਼ਨ ਦੇ ਵਿੱਚ, ਸਾਰੇ ਨੌਜਵਾਨ ਜਿਹੜੇ ਨੇ ਉਹ ਦਸਤਾਰੇ ਸਜਾਉਣੇ, ਹੈ ਨਾ, ਗੁਰੂ ਵੱਲ ਮੂੰਹ ਕਰਨਾ, ਸੰਤਾਂ ਦੀ ਸੰਗਤ ਕਰਨੀ, ਰਾਈਟ, ਅਤੇ ਦਮਦਮੀ ਟਕਸਾਲ ਦੇ ਨਾਲ ਜੁੜਨਾ, ਇਹ ਕੰਮ ਜਿਹੜਾ ਹੈ ਭਾਈ ਅਮਰੀਕ ਸਿੰਘ ਨੇ ਚੁੱਕ ਲਿਆ ਸੀਗਾ। ਅਤੇ ਫੈਡਰੇਸ਼ਨ ਆਨਸਰ ਕਰਦੀ ਸੀ ਸਿਰਫ ਅਤੇ ਸਿਰਫ ਧਰਮ ਨੂੰ ਅਤੇ ਜ਼ਮੀਰ ਨੂੰ, ਅਤੇ ਜ਼ਮੀਰ ਦੇ ਸਿਰ ਦੇ ਉੱਤੇ ਵੀ ਪੋਲੀਟਿਕਸ ਕਰਨਾ ਜਿਹੜਾ ਹੈ ਉਹ ਜਾਇਜ਼ ਹੋ ਜਾਂਦਾ। ਬਟ ਜਦੋਂ ਆਪਾਂ ਆਪਣੇ ਨਿੱਜੀ ਮਫਾਦਾਂ ਦੇ ਲਈ ਕਿ ਦੇਰ ਸ਼ੁੱਡ ਓਨਲੀ ਬੀ ਦੋਜ਼ ਔਰਗਨਾਈਜੇਸ਼ਨ ਅਵੇਲੇਬਲ ਇਨ ਦਾ ਪੰਥ ਦੈਟ ਆਨਸਰ ਟੂ ਅਸ, ਉੱਧਰ ਫਿਰ ਗੁਰੂ ਗ੍ਰੰਥ ਸਾਹਿਬ ਸਾਈਡ 'ਤੇ ਕਰ ਲਿਆ ਆਪਾਂ, ਅਤੇ ਆਪਾਂ ਅੱਗੇ ਆ ਗਏ। ਅੱਜ ਵੀ ਸਾਨੂੰ ਇੱਕ ਸਮਰੱਥ ਸਿੱਖ ਲੀਡਰਸ਼ਿਪ ਦੀ ਲੋੜ ਹੈ। ਬਟ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਵੇਲੇ ਵੀ ਆਰ ਨੋਟ ਅਫੀਲੀਏਟਡ ਵਿਦ ਐਨੀ ਲੀਡਰਸ਼ਿਪ, ਅਸੀਂ ਨਹੀਂ ਅਫੀਲੀਏਟਡ ਹੈਗੇ। ਅੱਜ ਜੇ ਉਹ ਕਰ ਰਹੇ ਨੇ ਗੱਲ ਕਿ ਅਸੀਂ ਫੈਡਰੇਸ਼ਨ ਨੂੰ ਰਿਵਾਈਵ ਕਰਨਾ ਚਾਹੁੰਦੇ ਹਾਂ, ਜੇ ਅਸੀਂ ਸਾਰੇ ਜਿਹੜੇ ਧੜੇ ਬਣੇ ਹੋਏ ਨੇ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲੈ ਕੇ ਆਉਣਾ ਚਾਹੁੰਦੇ, ਅਸੀਂ ਬੇਨਤੀ ਕਰ ਦਈਏ ਫਰੋਮ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜੇ ਆਪਾਂ ਏਕੇ ਦੀ ਗੱਲ ਕਰਨੀ ਹੈ ਤਾਂ ਪੂਰੇ ਪੰਥਕ ਏਕੇ ਦੀ ਗੱਲ ਕਰਾਂਗੇ। ਅਸੀਂ ਸਿਰਫ ਆਪਣੀ ਇੱਕ ਅਫੀਲੀਏਸ਼ਨ ਇੱਕ ਪਰਟੀਕੁਲਰ ਪਾਰਟੀ ਨਾਲ ਰੱਖ ਕੇ ਅਤੇ ਉਹਨਾਂ ਨੂੰ ਵਾਪਸ ਰਾਜਗੱਦੀ 'ਤੇ ਬਹਾਉਣ ਦੇ ਲਈ ਨਹੀਂ ਕਰਾਂਗੇ। ਅਸੀਂ ਕਰਾਂਗੇ ਤਾਂ ਕਿ ਪੰਜਾਬ ਨੂੰ ਪੰਜਾਬ ਦੇ ਹੱਕ ਪ੍ਰਾਪਤ ਹੋਣ, ਸਿੱਖਾਂ ਨੂੰ ਸਿੱਖਾਂ ਦੇ ਹੱਕ ਪ੍ਰਾਪਤ ਹੋਣ। ਐਵਰ ਸਿੰਸ ਫਰੋਮ 1947 ਆਰ ਰਾਈਟਸ ਆਰ ਸਟਿਲ ਪੈਂਡਿੰਗ, ਐਂਡ ਸਾਡੇ ਉੱਤੇ ਨਵਾਂ ਕੋਈ ਨਾ ਕੋਈ ਵਿਵਾਦ ਜ਼ਰੂਰ ਪਾ ਦਿੱਤਾ ਜਾਂਦਾ, ਨਵੀਂ ਵਿਪਤਾ ਪਾ ਦਿੱਤੀ ਜਾਂਦੀ ਹੈ, ਪੁਰਾਣੇ ਹੱਕ ਹੋਣ ਦੇ ਹੋਏ ਲਮਕਦੇ ਰਹਿ ਜਾਂਦੇ ਨੇ ਅਤੇ ਨਵੇਂ ਅਸਰ ਨੂੰ ਫਸਾ ਦਿੰਦੇ ਨੇ, ਉਹ ਵੀ ਅੱਜ ਤੱਕ ਜਿਹੜੇ ਆ ਉਹ ਪੈਂਡਿੰਗ। ਅੰਡਰਸਟੂਡ। ਨਵਾਂ ਸਵਾਲ ਮੈਂ ਪੁੱਛਦੀ ਤੁਹਾਡੀ ਇਸੇ ਗੱਲ ਤੋਂ। ਲਗਾਤਾਰ ਹੀ ਹਰ ਇੱਕ ਪੰਥਕ ਪਾਰਟੀ ਪੰਥਕ ਏਕਤੇ ਦੀ ਗੱਲ ਕਰਦੀ ਹੈ, ਪੰਥਕ ਏਕਤੇ ਦੀ ਇਸ ਜਿਹੜੀ ਥਿਊਰੀ ਨੂੰ ਵਾਰ ਵਾਰ ਲੋਕਾਂ ਅੱਗੇ ਰੱਖਿਆ ਜਾਂਦਾ ਹੈ, ਵਰਤਿਆ ਜਾਂਦਾ ਰਾਦਰ ਮੈਂ ਕਹੂੰਗੀ, ਕਿਉਂਕਿ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਜਥੇਬੰਦੀਆਂ ਨਵੀਆਂ ਨਿਕਲ ਕੇ ਆਈਆਂ ਨੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੈਜੀਟੀਮੇਸੀ ਨੂੰ ਆਪਾਂ ਜਾਣਦੇ ਹਾਂ, ਪਰ ਇਸ ਤੋਂ ਇਲਾਵਾ ਤੁਸੀਂ ਦੇਖ ਲਓ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਹੈ। ਅਗਰ ਪੰਥਕ ਏਕਤਾ ਹੀ ਕਰਨਾ ਸੀ ਤਾਂ ਉਹਨਾਂ ਨੂੰ ਅਲੱਗ ਜਥੇਬੰਦੀ ਬਣਾਉਣ ਦੀ ਕੀ ਲੋੜ ਸੀ? ਉਹ ਆਪਣਾ ਰੌਲਾ ਪਾਈ ਜਾਂਦੇ ਨੇ ਕਿ ਦੇ ਵਾਂਟ ਪੰਥਕ ਏਕਤਾ, ਅਕਾਲੀ ਦਲ ਆਪਣਾ ਸ਼ੋਰ ਕਰ ਰਹੀ ਹੈ, ਤੁਸੀਂ ਵੀ ਆਪਣਾ ਜੋਸ਼ ਦੇ ਨਾਲ ਕਹਿ ਰਹੇ ਹੋ ਪੰਥਕ ਏਕਤਾ ਕਰਨਾ ਸਾਡਾ ਫਰਜ਼ ਬਣਦਾ, ਤੁਸੀਂ ਇਹਨੂੰ ਆਪਣਾ ਧਰਮ ਸਮਝਦੇ ਹੋ। ਪਰ ਜਦੋਂ ਜਥੇਬੰਦੀਆਂ ਹੀ, ਇਸ ਤੋਂ ਇਲਾਵਾ ਹੋਰ ਬਹੁਤ ਛੋਟੀਆਂ ਛੋਟੀਆਂ ਜਥੇਬੰਦੀਆਂ ਨੇ ਸਰ, ਤੁਸੀਂ ਜਾਣਦੇ ਹੋਵੋਗੇ,
ਕਾਲਜਾਂ ਦੇ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਬਣੀਆਂ ਹੋਈਆਂ ਨੇ, ਜਦੋਂ ਜਥੇਬੰਦੀਆਂ ਹੀ ਇੰਨੀਆਂ ਜ਼ਿਆਦੀਆਂ ਸਾਡੇ ਸਾਹਮਣੇ ਆ ਜਾਣਗੀਆਂ ਤਾਂ ਇਹ 'ਚ ਪੰਥਕ ਏਕਤਾ ਕਿੱਥੋਂ ਹੋਵੇਗਾ? ਪਹਿਲੀ ਗੱਲ ਤਾਂ ਜੇਕਰ ਆਪਾਂ ਸਿੱਖ ਪੰਥ ਦੇ ਨਾਮ ਤੇ ਜਥੇਬੰਦੀਆਂ ਬਣਾ ਰਹੇ ਹਾਂ, ਤੁਹਾਨੂੰ ਪਤਾ ਲੋਕਾਂ ਦੇ ਇਮੋਸ਼ਨ ਬਹੁਤ ਛੇਤੀ ਕੈਚ ਹੁੰਦੇ ਆ ਕਿ ਇਹਦੇ ਤੇ ਵੀ ਕੋਈ ਕੰਟਰੋਲ ਹੋਣਾ ਚਾਹੀਦਾ, ਇਹਨਾਂ ਨੂੰ ਇੱਕ ਕਿਵੇਂ ਕਰੂੰਗੇ? ਉਸ ਤੋਂ ਇਲਾਵਾ ਸਿੱਖ ਡਾਇਆਸਪੋਰਾ ਦੇ ਵਿੱਚ ਬੈਠੀਆਂ ਹੋਈਆਂ ਜਥੇਬੰਦੀਆਂ ਨੇ, ਜਥੇਬੰਦੀ ਤਾਂ ਫਿਰ ਤੁਹਾਡੇ ਅੱਗੇ ਬੱਬਰ ਖਾਲਸਾ ਇੰਟਰਨੈਸ਼ਨਲ ਵੀ ਹੈਗੀ ਹੈ, ਇਸ ਤੋਂ ਇਲਾਵਾ ਜਥੇਬੰਦੀ ਤਾਂ ਉਹ ਵੀ ਆ ਜਿਹੜੀ ਜਿਹੜੀ ਰੈਫਰੈਂਡਮ ਕਰਾ ਰਹੀ ਹੈ ਕੈਨੇਡਾ ਦੇ। ਫਿਰ ਉਹਨਾਂ ਦੀ ਏਕਤਾ ਦੇ ਵਿੱਚ ਹਾਮੀ ਕਿਉਂ ਨਹੀਂ ਭਰ ਰਹੇ ਇੱਥੇ ਬੈਠੀਆਂ ਪੰਥਕ ਜਥੇਬੰਦੀਆਂ ਕਿ ਹਾਂ ਅਸੀਂ ਉਹਨਾਂ ਦੇ ਰੈਫਰੈਂਡਮ ਨਾਲ ਸਹਿਮਤ ਆ? ਇਹ ਅਲੱਗ ਅਲੱਗ ਵਿਚਾਰ ਨੇ, ਅਲੱਗ ਅਲੱਗ ਇਹਨਾਂ ਦੀ ਅਪਰੋਚ ਆ। ਜਦੋਂ ਜਥੇਬੰਦੀਆਂ ਦੇ ਨਾਮ ਹੀ ਅਲੱਗ ਆ ਤਾਂ ਪੰਥਕ ਏਕਤਾ ਕਿੱਥੋਂ ਹੋਏਗਾ? ਕਵਰਚੜ ਸਿੰਘ ਜੀ, ਪਰ ਮੈਂ ਪਹਿਲਾਂ ਆਕਾਸ਼ ਨੂੰ ਇਹਦੇ ਤੇ ਬੋਲਣ ਦਾ ਮੌਕਾ ਦੇਵਾਂਗੀ, ਮੈਂ ਤੁਹਾਡੇ ਕੋਲ ਫਿਰ ਆਉਂਦੀ। ਬਹੁਤ ਜ਼ਿਆਦਾ ਫਰੈਗਮੈਂਟੇਸ਼ਨ ਹੈ ਜੀ, ਉਹੀ ਗੱਲ ਆ, ਹਰੇਕ ਮੁੱਦੇ ਨੂੰ ਲੈ ਕੇ। ਹੁਣ ਜਿਵੇਂ ਤੁਸੀਂ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਦੱਸੀ ਹੈ, ਹਨਾ, ਤੇ ਕਿਤੇ ਨਾ ਕਿਤੇ ਉਹੀ ਜਿਵੇਂ ਮੈਂ ਗੱਲ ਪਹਿਲਾਂ ਵੀ ਕੀਤੀ ਸੀਗੀ ਵੀ ਜੇ ਸਿੱਖ ਪੋਲਿਟਿਕਸ ਨੂੰ ਅੱਗੇ ਵਧਣਾ, ਜੇ ਉਸ ਚੀਜ਼ ਨੇ ਅੱਗੇ ਵਧਣਾ ਤਾਂ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ। ਤੇ ਇੱਕ ਜਿਹੜੀ ਆਈਡੈਂਟੀਟੀ ਦੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਮੇਰੇ ਅਰਗੇ ਹੁਣ ਜਿਵੇਂ ਮੈਂ ਕਟਿੰਗ ਰੱਖਦਾ, ਹਨਾ, ਇੱਕ ਜਿਹੜਾ ਇਸ ਆਰਗਨਾਈਜੇਸ਼ਨਸ ਦੇ ਨਾਲ ਐਫੀਲੀਏਸ਼ਨ ਇਹਨਾਂ ਚੀਜ਼ਾਂ ਕਰਕੇ ਨਹੀਂ ਰੱਖੀ ਜਾਂਦੀ, ਹਨਾ, ਮੇਰੀ ਆਈਡੈਂਟੀਟੀ ਹੈ, ਮੈਂ ਜਦੋਂ ਚਾਹੁੰਦਾ ਮੈਂ ਪੱਗ ਬੰਨਦਾ, ਠੀਕ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਜਿਹੜੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਮੈਂ ਕਿਸੇ ਸ਼ਹਾਦਤ ਨੂੰ ਨਕਾਰਦਾ ਨਹੀਂ। ਪਰ ਕਿਤੇ ਨਾ ਕਿਤੇ ਸ਼ਾਇਦ ਯੂਥ ਐਫੀਲੀਏਟ ਨਹੀਂ ਕਰ ਪਾਉਂਦਾ ਗਾ ਉਹਨਾਂ ਚੀਜ਼ਾਂ ਦੇ ਨਾਲ, ਜਾਂ ਤਾਂ ਜਿਹੜੀਆਂ ਅੱਜ ਆਰਗਨਾਈਜੇਸ਼ਨਸ ਨੇ, ਜਿਹੜੀਆਂ ਹੁਣ ਭਾਵੇਂ ਆਪਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰ ਲਈਏ, ਭਾਵੇਂ ਆਪਾਂ ਵਾਰਿਸ ਪੰਜਾਬ ਦੇ ਜਾਂ ਹੋਰ ਜਿਹੜੀਆਂ ਛੋਟੀਆਂ ਆਰਗਨਾਈਜੇਸ਼ਨਸ ਨੇ ਉਹਨਾਂ ਦੀ ਗੱਲ ਕਰ ਲਈਏ, ਜੇ ਉਹਨਾਂ ਨੇ ਮੇਨ ਸਟ੍ਰੀਮ ਦੇ ਵਿੱਚ ਸਿੱਖ ਧਰਮ ਦੇ ਮੁੱਦੇ ਲਿਆਉਣੇ ਆ, ਤਾਂ ਮੇਰਾ ਖਿਆਲ ਇਹ ਹੈ, ਮੇਰਾ ਪਰਸਨਲ ਓਪੀਨੀਅਨ ਹੈ ਕਿ ਸਿਰਫ ਤੇ ਸਿਰਫ ਉਹ ਸਾਬਤ ਸੂਰਤ ਸਿੱਖਾਂ ਨੂੰ ਲਿਆ ਕੇ ਹੀ ਨਹੀਂ ਕੀਤੇ ਜਾ ਸਕਦੇ। ਉਹਨਾਂ ਦੇ ਵਿੱਚ ਜੇ ਅੱਜ ਜੇ ਪੰਜਾਬ ਦੇ ਵਿੱਚ ਕੋਈ ਮੁੱਦਾ ਹੈ, ਜੇ ਕੋਈ ਯੂਨੀਵਰਸਿਟੀ ਦਾ ਇਸ਼ੂ ਹੈ, ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ ਚੰਡੀਗੜ੍ਹ ਯੂਨੀਵਰਸਿਟੀ ਦਾ ਇਸ਼ੂ ਹੈ, ਸ਼ਾਇਦ ਇਹਨਾਂ ਯੂਨੀਵਰਸਿਟੀਜ਼ ਨੂੰ ਆਪਣਾ ਸਪੋਰਟ ਲੈਂਡ ਕਰਨਾ ਚਾਹੀਦਾ, ਇਹ ਚੀਜ਼ਾਂ ਪਰੇ ਰੱਖ ਕੇ ਕਿ ਕੌਣ ਸਿੱਖ ਆ, ਕੌਣ ਕਿਸ ਧਰਮ ਨੂੰ ਬਿਲੋਂਗ ਕਰਦਾ, ਕਿਵੇਂ ਕੀ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਸਿੱਖਾਂ ਦੇ ਨਾਲ ਹੋਰ ਵੀ ਬਹੁਤ ਧਰਮ ਇੱਥੇ ਐਗਜ਼ਿਸਟ ਕਰਦੇ ਨੇ, ਤੇ ਸ਼ਾਇਦ ਏਦਾਂ ਹੋਣਾ ਚਾਹੀਦਾ ਕਿ ਜਿਹੜੀਆਂ ਆਰਗਨਾਈਜੇਸ਼ਨਸ ਨੇ, ਜੇ ਰਿਵਾਈਵਲ ਆਪਾਂ ਸਹੀ ਦੇ ਵਿੱਚ ਸਿੱਖ ਪੋਲੀਟਿਕਸ ਦਾ ਚਾਹੁੰਦੇ ਹਾਂ, ਜਿਵੇਂ ਹੁਣ ਤੁਸੀਂ ਸਿੱਖ ਰੈਫਰੈਂਡਮ ਦੀ ਗੱਲ ਕੀਤੀ, ਕਈ ਆਰਗਨਾਈਜੇਸ਼ਨ ਹੈ ਜਿਹੜੀਆਂ ਫੋਰਨ ਦੇ ਵਿੱਚ ਬੈਠੀਆਂ ਸਿੱਖ ਰੈਫਰੈਂਡਮ ਦੀਆਂ ਗੱਲ ਕਰਦੀਆਂ, ਆਪਾਂ ਸ਼ਾਇਦ ਆਪਣੀ ਇੱਕ ਆਪਣੇ ਪੋਲੀਟੀਸ਼ੀਅਨਸ ਦੀ ਵੀ ਸ਼ਾਇਦ ਕਿਤੇ ਨਾ ਕਿਤੇ ਕਦੇ ਫਿਤਰਤ ਰਹੀ ਹੈ ਜੰਪਿੰਗ ਦੀ ਗੰਨ, ਕਿ ਆਪਾਂ ਬਹੁਤ ਗਾਂਹ ਦੀ ਸੋਚਦੇ ਹਾਂ, ਆਪਾਂ ਅੱਜ ਦੇ ਟਾਈਮ ਦੇ ਬਾਰੇ, ਅੱਜ ਪੰਜਾਬ 'ਚ ਕੀ ਹੋ ਰਿਹਾ, ਮੇਨ ਇਸ਼ੂਸ ਕੀ ਨੇ, ਅਨਇੰਪਲੋਇਮੈਂਟ ਹੈ, ਹੋਰ ਬਹੁਤ ਚੀਜ਼ਾਂ ਹੈਗੀਆਂ, ਯੂਨੀਵਰਸਿਟੀਜ਼ ਦੇ ਵਿੱਚ ਕੀ ਹੋ ਰਿਹਾ, ਪਾਰਟੀਬਾਜ਼ੀ ਦੇ ਨਾਂ ਤੇ ਕੀ ਕੁਛ ਚੱਲੀ ਜਾਂਦਾ, ਇਹਨਾਂ ਚੀਜ਼ਾਂ ਤੇ ਆਪਾਂ ਨਹੀਂ ਸੋਚਦੇ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਪਰੇ ਹਟ ਕੇ ਆਪਾਂ ਜਾਂਦੇ ਹਾਂ ਰੈਫਰੈਂਡਮ ਵੱਲ, ਹਨਾ, ਜਾਂ ਨੇਸ਼ਨਹੁੱਡ ਦੀ ਡਿਮਾਂਡ ਵੱਲ। ਠੀਕ ਹੈ, ਉਹ ਚੀਜ਼ਾਂ ਇੱਕ ਕੋਈ ਇੱਕ ਬੰਦੇ ਦਾ ਉਹਦੇ ਤੇ ਕੋਈ ਵਿਚਾਰ ਦਾ ਕੋਈ ਮਹੱਤਵ ਨਹੀਂ ਰਹਿੰਦਾ, ਕਿਉਂਕਿ ਉਹ ਆਪਣੇ ਪੂਰੇ ਧਰਮ ਦੀ ਗੱਲ ਆ, ਆਪਣੇ ਸਮਾਜ ਦੀ ਗੱਲ ਆ, ਉਹ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ। ਉਹਨਾਂ ਉਹ ਚੀਜ਼ਾਂ ਬਹੁਤ ਲੇਟ ਨੇ, ਸ਼ਾਇਦ ਹਜੇ ਉਹਨਾਂ ਚੀਜ਼ਾਂ ਨੂੰ ਟਾਈਮ ਆ, ਆਪਾਂ ਨੂੰ ਅੱਜ ਦੇ ਹਾਲਾਤ ਜੋ ਹੈਗੇ ਨੇ ਇਹਨਾਂ ਚੀਜ਼ਾਂ ਤੇ ਫੋਕਸ ਕਰਨਾ ਚਾਹੀਦਾ, ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਮੈਲਗਮੇਸ਼ਨ ਤੇ ਨਾਲ ਰਲਾਉਣਾ ਦੂਜੇ ਧਰਮਾਂ ਨੂੰ, ਦੂਜੇ ਸੈਕਸ਼ਨਸ ਨੂੰ, ਸ਼ਾਇਦ ਸਾਰਿਆਂ ਨੂੰ ਜ਼ਰੂਰੀ ਹੈ। ਜੀ ਜੀ, ਇਹ ਬਹੁਤ ਵਧੀਆ ਗੱਲ ਤੁਸੀਂ ਆਕਾਸ਼ੀ ਕਹੀ ਆ। ਤੁਸੀਂ ਕਿਹਾ ਵੀ ਜਿਹੜੀਆਂ ਇਹ ਪੰਥਕ ਪਾਰਟੀਜ਼ ਆ, ਇਹਨਾਂ ਨੇ ਹੀ ਸਿੱਖਾਂ ਦੇ ਵਿੱਚ ਵੀ ਇਟਸੈਲਫ ਵਿਤਕਰਾ ਪੈਦਾ ਕੀਤਾ ਹੋਇਆ ਕਿ ਇਹ ਸਾਬਤ ਸਰੂਪ ਸਿੱਖ ਨੇ ਔਰ ਇਹ ਸਹਿਜਧਾਰੀ ਸਿੱਖ ਨੇ। ਜਿੰਨੀ ਦੇਰ ਤੱਕ ਇਹੀ ਸਮੁੱਚਤਾ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਗੇ ਤਾਂ ਬਦਲਾਵ ਕਿਵੇਂ ਹੋਏਗਾ? ਤੁਸੀਂ ਇਹ ਵੀ ਗੱਲ ਕਹੀ ਕਿ ਜਥੇਬੰਦੀਆਂ ਦਾ ਵਰਤਮਾਨ ਤੇ ਧਿਆਨ ਨਹੀਂ ਹੈਗਾ, ਅਗਲੇ ਰਾਜ ਤੱਕ ਜਾਂ ਹੋਰ ਜਿਹੜੀਆਂ ਨੇ ਬਹੁਤ ਫਿਊਚਰ ਡਿਸਟੈਂਟ ਫਿਊਚਰ ਦੀਆਂ ਗੱਲਾਂ ਕਰਦੇ ਨੇ। ਭੁੱਲਰ ਸਾਹਿਬ, ਮੈਂ ਤੁਹਾਡੇ ਤੋਂ ਕ੍ਰਿਸਪ ਜਵਾਬ ਚਾਹੁੰਦੀ ਹਾਂ, ਫਿਰ ਮੈਂ ਦੁਬਾਰਾ ਇਹਨਾਂ ਦੇ ਕੋਲ ਜਿਹੜੇ ਆਪਣੇ ਪੋਲੀਟੀਕਲ ਔਰ ਜਿਹੜੇ ਪੰਥਕ ਐਸੋਸੀਏਟਡ ਨੇ ਐਫਰਟਸ ਕਰ ਰਹੇ ਮੈਂ ਉਹਨਾਂ ਕੋਲ ਜਾਣਾ ਚਾਹੁੰਦੀ। ਆਪਣੀ ਪੰਥਕ ਏਕਤਾ ਕਿਉਂ ਨਹੀਂ ਹੈਗੀ? ਮਨਵੀਰ ਜੀ, ਜਿਸ ਤਰ੍ਹਾਂ ਅਸੀਂ ਹੁਣ ਗੱਲ ਕੀਤੀ ਹੈ ਜਿਹਨਾਂ ਦੇ ਜਿਹੜੇ ਸਹਿਜਧਾਰੀ ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ, ਦੇਖੋ ਜੇ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਜਿਹੜਾ ਇਹਨਾਂ ਆਰਗਨਾਈਜੇਸ਼ਨ ਦਾ ਕੋਨਸਟੀਟਿਊਸ਼ਨ ਹੈ, ਇਹਨਾਂ ਦਾ ਕੋਡ ਆਫ ਕੰਡਕਟ ਹੈ, ਇਹ ਸ਼ੁਰੂ ਤੋਂ ਇਹ ਕਹਿੰਦਾ ਕਿ ਜਿਹੜਾ ਸਾਡਾ ਦੇਖੋ ਇਹ ਬਦਲ ਗਿਆ। ਸਗੋਂ ਮੈਂ ਇਹ ਗੱਲ ਵੀ ਨਾਲ ਕਰਨਾ ਚਾਹੁੰਦਾ, ਇਹ ਅੱਜ ਦੇ ਟਾਈਮ ਚੋਂ ਰਿਹਾ ਨਹੀਂ, ਦੇਖੋ ਦੋ ਵੱਖ ਵੱਖ ਏਜੰਡੇ ਹੋ ਚੁੱਕੇ ਹੈ। ਜਿਹੜਾ ਕੋਨਸਟੀਟਿਊਸ਼ਨ ਹੈ ਉਹ ਕਹਿੰਦਾ ਸਾਨੂੰ ਸਾਬਤ ਸੂਰਤ ਸਿੱਖ ਸਾਡਾ ਪ੍ਰਧਾਨ ਚਾਹੀਦਾ, ਸਾਡਾ ਜਥੇਦਾਰ ਸਾਬਤ ਸੂਰਤ ਸਿੱਖ ਚਾਹੀਦਾ।
ਪਰ ਨਾਲ ਹੀ ਅਸੀਂ ਅੱਜ ਪੋਲੀਟੀਕਲੀ ਜੇ ਅਸੀਂ ਦੇਖੀਏ ਤਾਂ ਬਿਲਕੁਲ ਵਾਜਬ ਹੈ, ਵਿਰਕ ਸਾਹਿਬ ਨੇ ਵੀ ਗੱਲ ਕੀਤੀ ਹੈ, ਤੁਸੀਂ ਵੀ ਕੀਤੀ ਹੈ ਕਿ ਜਿਹੜੇ ਸਹਿਜਧਾਰੀ ਸਿੱਖ ਹੈ, ਜਿਹੜੇ ਸਾਬਤ ਸੂਰਤ ਨਹੀਂ, ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ। ਪਰ ਜੇ ਅਸੀਂ ਕੋਡ ਆਫ ਕੰਡਕਟ ਦੀ, ਜੇ ਅਸੀਂ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰੀਏ ਤਾਂ ਉੱਥੇ ਇਹ ਗੱਲ ਲਾਗੂ ਨਹੀਂ ਹੁੰਦੀ, ਦੋ ਵੱਖਰੀਆਂ ਵੱਖਰੀਆਂ ਚੀਜ਼ਾਂ। ਜੇ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਪੰਥ ਦੇ ਪ੍ਰਚਾਰ ਦੀ ਗੱਲ ਕਰਦੀ ਹੈ ਤਾਂ ਉੱਥੇ ਜੇ ਦੇਖੋ ਇਹ ਜੇ ਅਸੀਂ ਪ੍ਰਚਾਰਕ ਜਥੇਬੰਦੀਆਂ ਇਹਨਾਂ ਨੂੰ ਅਸੀਂ ਕਹਿੰਦੇ ਹਾਂ, ਜੇ ਉੱਥੇ ਸਹਿਜਧਾਰੀ ਸਿੱਖ ਆਉਣਗੇ, ਜੇ ਉੱਥੇ ਕਟਿੰਗ ਵਾਲੇ ਲੜਕੇ ਜਾਂ ਲੜਕੀਆਂ ਆਉਣਗੇ, ਮੇਰਾ ਖਿਆਲ ਫਿਰ ਉਹ ਪ੍ਰਚਾਰ ਦੇ ਵਿੱਚ ਉਹ ਚੀਜ਼ ਸਾਨੂੰ ਹੈਲਪ ਨਹੀਂ ਕਰ ਸਕਦੀ। ਦੂਜੀ ਗੱਲ ਜਿੱਥੇ ਅਸੀਂ ਫੈਕਸ਼ਨ ਦੀ ਗੱਲ ਕੀਤੀ ਹੈ, ਅੱਜ ਅਕਾਲੀ ਦਲ ਦੀਆਂ ਮੈਂ ਕਹਿੰਦਾ 4-5 ਫੈਕਸ਼ਨ ਭਾਵੇਂ ਅਖੰਡ ਅਕਾਲੀ ਦਲ 1920 ਰਵਿੰਦਰ ਸਿੰਘ ਜੀ ਨੂੰ ਹੈਡ ਕਰਦੇ ਆ ਉਹ ਲਾ ਲਓ, ਸੰਯੁਕਤ ਅਕਾਲੀ ਦਲ ਲਾ ਲਓ, ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਾ ਲਓ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਅੱਜ ਬਣ ਚੁੱਕੀ ਹੈ ਉਹ ਲਾ ਲਓ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ 4-5 ਫੈਕਸ਼ਨ ਦਾ ਭਾਵੇਂ ਉਹ ਬਜਰੂਡ ਲਾ ਲਓ, ਭਾਵੇਂ ਉਹ ਗਰੇਵਾਲ ਮਾਨ ਲਾ ਲਓ, ਭਾਵੇਂ ਉਹ ਯੂਨਾਈਟਿਡ ਸਟੂਡੈਂਟ ਫੈਡਰੇਸ਼ਨ ਲਾ ਲਓ, ਚਾਹੇ 2-3 ਹੋਰ ਹੈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ, ਅੱਜ ਮੈਂ ਭਾਈ ਸਾਹਿਬ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਬਤੌਰ ਪ੍ਰਧਾਨ, ਦੇਖੋ ਤੁਸੀਂ ਅੱਜ ਇੱਕ ਗੱਲ ਕਹੀ ਹੈ ਭਾਈ ਸਾਹਿਬ ਕਿ ਅਸੀਂ ਇੰਡੀਪੈਂਡੈਂਟਲੀ ਕੰਮ ਕਰਾਂਗੇ, ਤੁਹਾਨੂੰ ਵੀ ਇਹ ਗੱਲ ਅਨਾਊਂਸ ਕਰ ਦੇਣੀ ਚਾਹੀਦੀ ਹੈ, ਇਹ ਤੁਸੀਂ ਅਧਿਕਾਰਿਕ ਤੌਰ ਤੇ ਤੁਹਾਨੂੰ ਵੀ ਕਹਿ ਦੇਣਾ ਚਾਹੀਦਾ। ਜੇ ਤੁਸੀਂ ਦੇਖੋ ਹੁਣ ਪਿੱਛੇ 13 ਪੁਆਇੰਟਸ ਜੋ ਅਕਾਲੀ ਦਲ ਨੇ ਪਬਲਿਸਾਈਜ਼ ਕੀਤੇ ਹੈ, ਉਹਦੇ ਤੇ ਮੈਂ ਇੱਕ ਗੱਲ ਕਹਿਣਾ ਕਿ ਤੁਹਾਡਾ ਵੀ ਜ਼ਰੂਰ ਕਮੈਂਟ ਕਰਨਾ ਬਣਦਾ ਸੀ ਉਸ ਤੇ, ਜੇ ਤੁਹਾਡਾ ਕੋਈ ਤੁਸੀਂ ਐਫੀਲੀਏਸ਼ਨ ਨਹੀਂ ਰੱਖਦੇ। ਦੇਖੋ ਭਾਈ ਸਾਹਿਬ ਅੱਜ 4-5 ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਫੈਕਸ਼ਨ ਬਣ ਗਈਆਂ, ਅਕਾਲੀ ਦਲ ਦੀਆਂ 4-5 ਫੈਕਸ਼ਨ ਬਣ ਗਈਆਂ, ਤੇ ਹੋਰ ਜਿਹੜੀਆਂ ਨਵੇਂ ਜਥੇਬੰਦੀਆਂ ਆ ਰਹੀਆਂ ਉਹ ਵੱਖਰੀਆਂ, ਸਭ ਦੇ ਏਜੰਡੇ ਵੱਖਰੇ ਆ। ਤੇ ਜੇ ਅਸੀਂ ਪ੍ਰਚਾਰ ਦੀ ਗੱਲ ਕਰੀਏ, ਮੈਨੂੰ ਲੱਗਦਾ ਸਿੱਖ ਪੰਥ ਦਾ ਵਿਚਾਰ ਸਾਰੀਆਂ ਆਰਗਨਾਈਜੇਸ਼ਨ ਦੀ ਵਿਸਾਰ ਚੁੱਕੀ ਹੈ। ਅੱਜ ਤੁਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੁਸੀਂ ਅੱਜ ਮੁਖੀ ਹੋ, ਤੁਹਾਨੂੰ ਸਾਰੀਆਂ ਗੱਲਾਂ ਸਪਸ਼ਟ ਕਰਕੇ ਸਿਰਫ ਦੇਖੋ ਅੱਜ ਤੱਕ ਇਤਿਹਾਸ ਰਿਹਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਬੁਨਿਆਦ ਪ੍ਰਚਾਰ ਰਹੀ ਹੈ। ਮੈਂ ਤੁਹਾਨੂੰ ਨਿਮਰ ਬੇਨਤੀ ਕਰਦਾ, ਤੁਹਾਨੂੰ ਕੇਵਲ ਤੇ ਕੇਵਲ ਪ੍ਰਚਾਰ ਵੱਲ ਸਾਰਾ ਕੁਛ ਸਪਸ਼ਟ ਕਰਕੇ ਅੱਜ ਚੱਲ ਪੈਣਾ ਚਾਹੀਦਾ, ਤਾਂ ਕਿ ਸਾਡਾ ਜਿਹੜਾ ਪੰਥ ਨੂੰ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਜ਼ ਵੀ ਕਲੇਮ ਕਰਦੀਆਂ, ਹੋਰ ਨਵੀਆਂ ਆਰਗਨਾਈਜੇਸ਼ਨ ਵੀ ਕਲੇਮ ਕਰਦੀਆਂ, ਉਹ ਲੋਕਾਂ ਨੂੰ ਸਾਰੀ ਗੱਲ ਦੀ ਸਪਸ਼ਟਤਾ ਤੇ ਬੜੀ ਕਲੀਅਰ ਕਲੈਰਿਟੀ ਆ ਸਕੀ ਉਸ ਗੱਲ ਤੇ। ਥੈਂਕ ਯੂ। ਕਵਰ ਚੜ ਸਿੰਘ ਜੀ, ਤੁਸੀਂ ਜਵਾਬ ਦਿਓਗੇ। ਲਿਖਿਆ ਹੋਇਆ ਸਾਫ ਤੌਰ ਦੇ ਉੱਤੇ ਇਹ ਦਾਸ ਦਾ ਬਿਆਨ ਹੈ, ਵਿਲ ਨਾਟ ਗਿਵ ਅਪ ਇੰਡੀਪੈਂਡੈਂਟ ਸਟੇਟਸ ਸੇਜ਼ EISSF। ਇਸ ਚੀਜ਼ ਨੂੰ ਜਨਤਕ ਵੀ ਕਰ ਦਿੱਤਾ ਗਿਆ। ਇੱਕ ਚੀਜ਼ ਮੈਂ ਹੋਰ ਦਿਖਾਉਣਾ ਚਾਹੁੰਦਾ ਹੈ, ਇੱਧਰ ਮੇਰੇ ਕੋਲ ਹੈ ਕਿਉਂਕਿ ਮੈਂ ਵਿਦ ਪਰੂਫ ਗੱਲ ਕਰਦਾ ਹੁੰਦਾ। ਇਹ ਸਾਡਾ ਬਿਆਨ ਲੱਗਿਆ ਸੀਗਾ, ਇਹਦੇ 'ਤੇ ਮੈਂ ਖੁੱਲ੍ਹ ਕੇ ਦੱਸ ਦਿੰਦਾ ਕਿ ਕਿਸੇ ਵੀ ਲੀਡਰ ਨਾਲ ਕਦੀ ਵੀ ਨਹੀਂ ਹੋ ਸਕਦਾ ਗੱਠਜੋੜ, ਇਹ ਵੀ ਦੱਸਣਾ ਬਿਆਨ ਦਿੱਤਾ ਸੀਗਾ ਰੀਸੈਂਟ, ਜਦੋਂ ਹੁਣ ਇਹਨਾਂ ਨੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ। ਸੋ ਕਾਫੀ ਜਨਤਕ ਤਰੀਕੇ ਦੇ ਨਾਲ ਟਰਾਂਸਪੇਰੈਂਸੀ ਦੱਸ, ਹਮੇਸ਼ਾ ਬੇਨਤੀ ਕਰਦਾ ਸਟੂਡੈਂਟਸ ਨੂੰ ਵੀ। ਅਸੀਂ ਹੁਣੇ ਪਿੱਛੇ 4-5 ਕਾਲਜਿਸ ਮੀਟਿੰਗ ਕੀਤੀ ਹੈ, ਇਹ ਆਪਸ ਦੇ ਵਿੱਚ ਸਾਡੀ ਜਿਹੜੀ ਇੱਕ ਤਾਂ ਕਮਿਊਨੀਕੇਸ਼ਨ, ਤੁਸੀਂ ਟਰਾਂਸਪੇਰੈਂਸੀ, ਇਹ ਹੋਣੀ ਬਹੁਤ ਜ਼ਰੂਰੀ ਹੈ। ਜਦ ਤੱਕ ਦੋ ਚੀਜ਼ਾਂ ਸਾਡੇ ਕੋਲ ਨਹੀਂ ਹੈਗੀਆਂ, ਉਦੋਂ ਤੱਕ ਸਾਡੇ 'ਚ ਮਿਸਕਮਿਊਨੀਕੇਸ਼ਨ ਹੋਏਗੀ ਅਤੇ ਵਿਤਕਰੇ ਵੀ ਹੋਣਗੇ। ਦੂਜੀ ਗੱਲ ਜਿੱਥੇ ਗੱਲ ਆ ਜਾਂਦੀ ਹੈ, ਹੁਣੇ ਮੇਰੇ ਖਿਆਲ ਨਾਲ ਥੋੜ੍ਹਾ ਜਿਹਾ ਆਪਾਂ ਪੁਆਇੰਟ ਤੋਂ ਸਾਈਡ 'ਤੇ ਚੱਲ ਗਏ ਸੀਗੇ, ਜਿਹੜੇ ਸਿੱਖ ਨੇ ਜਿਹੜੇ ਕਟਿੰਗ ਦੇ ਵਿੱਚ ਸਿੱਖ ਨੇ, ਹੈ ਨਾ, ਰਾਈਟ। ਸੋ ਸਭ ਤੋਂ ਵੱਡਾ ਪ੍ਰਭਾਵ ਹੁੰਦਾ ਸੰਗਤ ਦਾ, ਜੋ ਜੇ ਇੱਕ ਦੀਵਾ ਬਲਦਾ ਪਿਆ, ਚਾਰ ਬੁਝੇ ਪਏ ਨੇ, ਉਹ ਵੀ ਬੁਝਾ ਦੇਗਾ। ਬਟ ਜੇ ਇੱਕ ਬੁਝਾ ਹੋਇਆ ਦੀਵਾ ਚਾਰ ਬਲਦਿਆਂ ਦੇ ਵਿੱਚ ਜਾਏਗਾ, ਉਹ ਵੀ ਬਲ ਜਾਵੇਗਾ। ਸੋ ਜੇ ਆਪਾਂ ਕਹੀਏ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ 'ਤੇ ਯਾਰ ਕੋਈ ਕਟਿੰਗ ਵਾਲਾ ਆ ਹੀ ਨਹੀਂ ਸਕਦਾ, ਦੈਟ ਵਿਲ ਬੀ ਵੈਰੀ ਅਨਜਸਟ ਐਂਡ ਅਨਫੇਅਰ। ਸੋ ਵਿਦ ਓਪਨ ਆਰਮਸ AISSF ਇਨਵਾਈਟਸ ਕਿ ਜਿਹੜੇ ਕਟਿੰਗ ਵਾਲੇ ਵੀ ਸਿੱਖ ਨੇ ਉਹ ਵੀ ਸ਼ਾਮਿਲ ਹੋਣ, ਉਹ ਵੀ ਪ੍ਰਚਾਰ ਦੇ ਵਿੱਚ ਬੈਠਣ। ਹਰ ਚੀਜ਼ ਦਾ ਅਸਰ ਹੁੰਦਾ ਮੈਮ। ਸੋ ਜੇ ਅਸੀਂ ਆਪਣੇ ਆਪ ਨੂੰ ਇੱਕ ਲਿਮਿਟ ਤੱਕ ਸੀਮਿਤ ਕਰਕੇ ਰੱਖ ਦੇਵਾਂਗੇ ਕਿ ਸਾਡਾ ਜਿਹੜਾ ਦਾਇਰਾ ਬਹੁਤ ਛੋਟਾ ਹੋ ਜਾਵੇਗਾ, ਤੇ ਫਿਰ ਬਾਕੀ ਜਿਹੜੇ ਸਿੱਖ ਨੇ ਉਹ ਏਲੀਨੇਟਿਡ ਮਹਿਸੂਸ ਕਰਨਗੇ, ਉਹ ਕੀ ਕਹਿੰਦੇ ਰਿਪਲਸ ਮਹਿਸੂਸ ਕਰਨਗੇ, ਯਾਰ ਇਸ ਆਰਗੇਨਾਈਜੇਸ਼ਨ ਨਾਲ ਅਸੀਂ ਅਫੀਲੀਏਟ ਨਹੀਂ ਕਰਨਾ ਚਾਹੁੰਦੇ। ਬਟ ਦਿਸ ਇਜ਼ ਨੋਟ ਸਮਥਿੰਗ ਦੈਟ ਵੀ ਵਾਂਟ ਟੂ ਪੁੱਟ ਆਊਟ ਓਵਰ ਦੇਅਰ। ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਇਹ ਨੌਜਵਾਨਾਂ ਦੀ ਆਰਗੇਨਾਈਜੇਸ਼ਨ ਹੈ, ਤੇ ਇੱਕ ਪੁਆਇੰਟ ਮੈਂ ਹੋਰ ਥੋੜ੍ਹਾ ਜਿਹਾ ਪਿਛਲੇ ਟੋਪਿਕ ਤੋਂ ਲੈ ਆਵਾਂ ਕਿ ਕਈ ਲੀਡਰਸ ਹੁਣ ਆਪਣੇ ਪੋਜੀਸ਼ਨਸ ਜਿਹੜੇ ਗਿਵ ਅਪ ਕਰ ਰਹੇ ਆ। I'm 28, I'm studying Sikh theology right now. ਜਦੋਂ I'll come of age, ਜਦੋਂ ਮੇਰਾ ਸਮਾਂ ਆ ਜਾਏਗਾ, we will find a new leader to lead the organization. This is what we have to do. We have, ਸਾਨੂੰ ਤਰਾਸ਼ਣ ਦੀ ਲੋੜ ਆਪਣੀ ਅਗਲੀ ਜਨਰੇਸ਼ਨ ਨੂੰ, ਸਾਨੂੰ ਤਰਾਸ਼ਣ ਦੀ ਲੋੜ ਹੈ ਜਿਹੜੇ ਬੱਚੇ ਅੱਜ 10-12-15 ਸਾਲ ਦੇ ਹੈ ਨੇ, ਉਹ ਕੱਲ੍ਹ ਤੋਂ ਲੀਡਰਸ਼ਿਪ ਦੇ ਵਿੱਚ ਆ ਸਕਣ, ਉਹਨਾਂ ਨੂੰ ਡਿਵੈਲਪ ਕਰਕੇ, ਇੱਕ ਜਿਹੜੇ ਲੀਡਰਸ਼ਿਪ ਦੀ ਕੁਆਲਿਟੀਜ਼ ਆ ਉਹ ਡਿਵੈਲਪ ਕਰਕੇ, ਇੱਕ ਸੰਵਿਧਾਨ ਦੇ ਨਾਲ ਜੋੜ ਕੇ ਜੋ ਗੁਰੂ ਗ੍ਰੰਥ ਸਾਹਿਬ ਆ ਉਹ ਤੋਂ ਅਸੀਂ ਡਰਾਈਵ ਕਰਦੇ ਹਾਂ, ਤੇ ਉਹ ASSF
ਜਿਹੜੀ ਸੇਵਾ ਸੌਂਪ ਦਿੱਤੀ ਜਾਵੇਗੀ ਐਂਡ ਵੀ ਵੈਲਕਮ ਆਲ ਲਾਈਕ ਜੋ ਗੁਰਦੁਆਰੇ ਵਿਤਕਰਾ ਨਹੀਂ ਕਰ ਰਹੇ ਤੇ ਫੈਡਰੇਸ਼ਨ ਕਿਵੇਂ ਵਿਤਕਰਾ ਕਰ ਸਕਦੀ ਬਿਲਕੁਲ ਨਹੀਂ ਵਿਤਕਰਾ ਕਰ ਸਕਦੀ ਤੇ ਜਾਇਜ਼ ਹੋਏਗਾ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਆਏਗੀ ਜਿੱਧਰ ਸਟੂਡੈਂਟਸ ਦੇ ਹੱਕਾਂ ਦੀ ਗੱਲ ਆਏਗੀ ਯੂਥ ਦੇ ਹੱਕਾਂ ਦੀ ਗੱਲ ਆਏਗੀ ਹਿਊਮੈਨਿਟੀਜ਼ ਦੀ ਗੱਲ ਆਏਗੀ ਉੱਧਰ ਠੀਕ ਹੈ ਜੀ ਮੈਂ ਪ੍ਰਭਜੋਤ ਧਾਲੀਵਾਲ ਜੀ ਕੋਲ ਜਾਵਾਂਗੀ ਤੁਸੀਂ ਅਨਮਿਊਟ ਕਰ ਲਓ ਜੀ ਕਿਵੇਂ ਵੇਖਦੇ ਹੋ ਤੁਸੀਂ ਅਨਮਿਊਟ ਕਰੋ ਜੀ ਆਪਣਾ ਮਾਈਕ ਯੈਸ ਕਿਵੇਂ ਵੇਖਦੇ ਹੋ ਕਿ ਪੰਥਕ ਏਕਤਾ ਕਿਵੇਂ ਸੰਭਵ ਹੋ ਸਕਦੀ ਹੈ ਹੁਣ ਕਾਫੀ ਗੱਲਾਂ ਇੱਥੇ ਹੋਈਆਂ ਨੇ ਉਹਨਾਂ ਚੋਂ ਵੀ ਕਿਸੇ ਚੀਜ਼ ਦਾ ਜਵਾਬ ਦੇਣਾ ਚਾਹੋ ਤਾਂ ਤੁਸੀਂ ਦੇ ਸਕਦੇ ਹੋ ਬਿਲਕੁਲ ਮੈਮ ਜੋ ਅੱਜ ਗੱਲ ਚੱਲ ਰਹੀ ਹੈ ਸਾਰੇ ਪਾਸੇ ਜਦੋਂ ਕਿਤੇ ਜਾਂਦੇ ਆ ਕਿਸੇ ਧਾਰਮਿਕ ਸਮਾਗਮ ਚ ਹਰੇਕ ਥਾਂ ਤੇ ਕਿਤੇ ਨਾ ਕਿਤੇ ਭਾਵੇਂ ਉਹ ਕਿਸੇ ਵੀ ਪਾਰਟੀਆਂ ਦੇ ਬੰਦੇ ਹੋਣ ਚਲੋ ਠੀਕ ਆ ਪੋਲੀਟੀਕਲ ਡਿਬੇਟ ਆਪਾਂ ਨਹੀਂ ਕਰ ਰਹੇ ਪਰ ਸਾਰੇ ਬੰਦੇ ਇੱਕ ਗੱਲ ਜ਼ਰੂਰ ਕਰਦੇ ਆ ਪੰਥਕ ਏਕਤਾ ਦੀ ਗੱਲ ਇਹ ਇੱਕ ਚੰਗਾ ਸਾਈਨ ਆ ਵੀ ਅੱਜ ਨੌਜਵਾਨ ਜਾਂ ਹਰੇਕ ਖਿੱਤੇ ਦਾ ਬੰਦਾ ਕਿਤੇ ਨਾ ਕਿਤੇ ਚਾਹੁੰਦਾ ਵੀ ਜੇ ਅਸੀਂ ਸਾਰੇ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਤਾਂ ਸਾਰੇ ਕਿਤੇ ਦੁਨੀਆਂ ਤੇ ਕਿਤੇ ਨਾ ਕਿਤੇ ਜੇ ਗੱਲ ਚੱਲੇ ਤਾਂ ਆਪਾਂ ਸਿੱਖਾਂ ਦੀ ਗੱਲ ਚੱਲੇ ਵੀ ਇਹ ਇਕੱਠੇ ਆ ਇੱਕ ਮੈਸੇਜ ਆਉਂਦਾ ਇੱਕ ਧਿਰ ਚਾਹੀਦੀ ਹੈ ਹਮੇਸ਼ਾ ਸਾਡੀ ਲੜਾਈ ਲੜਨ ਵਾਸਤੇ ਸਾਡੀ ਉਹ ਧਿਰ ਸਾਡਾ ਅਕਾਲ ਤਖ਼ਤ ਜਦੋਂ ਹੁਕਮ ਜਾਂਦਾ ਹੁੰਦਾ ਸੀਗਾ ਉਹ ਸਾਰੇ ਸਰਵ ਪ੍ਰਮਾਣਿਤ ਹੁੰਦਾ ਅਕਾਲ ਤਖ਼ਤ ਜਿਹੜੇ ਸਰਵ ਪ੍ਰਮਾਣਿਤ ਦਾ ਅਕਾਲ ਤਖ਼ਤ ਦਾ ਜਥੇਦਾਰ ਇਕੱਲੇ ਅਕਾਲੀ ਦਲ ਦਾ ਜਥੇਦਾਰ ਨਹੀਂ ਹੈ ਜੀ ਉਹ ਸਰਵ ਪ੍ਰਮਾਣਿਤ ਸਾਰੀਆਂ ਪਾਰਟੀਆਂ ਸਾਰੇ ਵਰਨਾ ਸਾਂਝਾ ਹੁੰਦਾ ਸੀਗਾ ਉਹ ਕਿਤੇ ਨਾ ਕਿਤੇ ਹੁਣ ਜਿਹੜੀਆਂ ਅੱਜ ਧਾਰਨਾ ਬਣ ਗਈਆਂ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਵੇਂ ਉਹਨੂੰ ਪੋਲੀਟੀਕਲਾਈਜ਼ ਕੀਤਾ ਗਿਆ ਜਾਂ ਕਿਸੇ ਤਰੀਕੇ ਨਾਲ ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਖੋ ਮੈਂ ਕਹਿੰਦਾ ਵੀ ਗੁਰੂ ਘਰ ਦੇ ਵਿੱਚ ਜੇ ਕੋਈ ਗੁਰੂ ਘਰ ਦੇ ਵਿੱਚ ਅਸੀਂ ਅਕਸਰ ਗੱਲਾਂ ਕਰਦੇ ਹਾਂ ਵੀ ਕੋਈ ਭਾਈ ਸਾਹਿਬ ਜਾਂ ਕੋਈ ਗ੍ਰੰਥੀ ਸਾਹਿਬ ਕੋਈ ਨਾ ਕੋਈ ਕਿਤੇ ਨਾ ਕਿਤੇ ਜੇ ਗਲਤ ਆ ਗਏ ਤੇ ਕੀ ਆਪਾਂ ਗੁਰੂ ਘਰ ਨਾਲ ਤਾਂ ਨਹੀਂ ਤੋੜਦੇ ਉਹਦਾ ਹਰੇਕ ਚੀਜ਼ ਦਾ ਹੱਲ ਆ ਹਰੇਕ ਚੀਜ਼ ਦਾ ਬਦਲਾਅ ਕੀਤਾ ਜਾ ਸਕਦਾ ਆਪਾਂ ਨੂੰ ਗੁਰੂ ਸਾਹਿਬ ਨੇ ਹਰੇਕ ਚੀਜ਼ਾਂ ਲਿਖੀਆਂ ਹੋਈਆਂ ਗੁਰਬਾਣੀ ਸਾਨੂੰ ਸੇਧ ਦਿੱਤੀ ਹੋਈ ਆ ਵੀ ਇਕੱਠੇ ਹੋ ਕੇ ਬੈਠੋ ਕੋਈ ਦੁਬਿਧਾ ਆਉਂਦੀ ਹੈ ਇਕੱਠੇ ਹੋ ਕੇ ਬੈਠੋ ਵਿਚਾਰ ਕਰੋ ਤੇ ਵਿਚਾਰ ਨਾਲ ਦੁਬਿਧਾ ਦੂਰ ਹੋਊਗੀ ਅੱਜ ਅਸੀਂ ਵਿਚਾਰ ਕਰਨ ਵਾਲੀ ਗੱਲਾਂ ਤੋਂ ਜਦੋਂ ਪਿੱਛੇ ਹਟ ਗਏ ਅਸੀਂ ਤਕਰਾਰ ਕਰਨ ਲੱਗ ਗਏ ਇਸ ਕਰਕੇ ਸਾਰੀ ਜਿਹੜੀਆਂ ਕੌਮ ਦੇ ਵਿੱਚ ਜਾਂ ਹੋਰ ਪੰਜਾਬ ਦੇ ਵਿੱਚ ਜਿਹੜੀਆਂ ਕੂਨਤਾਈਆਂ ਆਈਆਂ ਇਸ ਕਰਕੇ ਆਈਆਂ ਬੈਠ ਕੇ ਹਰੇਕ ਮਸਲੇ ਹੱਲ ਕੀਤਾ ਜਾ ਸਕਦਾ ਵਾ ਧਾਲੀਵਾਲ ਜੀ ਇੱਕ ਹੌਟ ਹੈਡਡਨੈਸ ਵੀ ਬਹੁਤ ਵੱਧ ਗਈ ਹੈ ਜਿਹੜੀਆਂ ਨਵੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਜੋਸ਼ ਔਰ ਇੱਕ ਮੈਂ ਤੁਹਾਡੇ ਕੋਲ ਆਉਂਦੀ ਹਾਂ ਕਵਰਚਰਨ ਸਿੰਘ ਜੀ ਇਸ ਤੋਂ ਬਾਅਦ ਇੱਕ ਬਹੁਤ ਇੱਕ ਜੋਸ਼ ਜਿਹਦੇ ਵਿੱਚ ਬਾਰ ਬਾਰ ਸ਼ਹੀਦੀਆਂ ਦੀ ਔਰ ਇੱਕ ਤਰ੍ਹਾਂ ਦੇ ਨਾਲ ਜੋ ਬੀਤਿਆ ਦੌਰ ਆ ਉਹਦੇ ਵਿੱਚੋਂ ਜੋ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦੇ ਉਸ ਸ਼ਹਾਦਤ ਨੂੰ ਵਰਤ ਕੇ ਇੱਕ ਏਦਾਂ ਲੱਗਦਾ ਕਿ ਸਾਡੇ ਯੂਥ ਨੂੰ ਇੱਕ ਨਵੇਂ ਲੈਵਲ ਤੇ ਰੈਡੀਕਲਾਈਜ਼ ਜਿਹਾ ਕਰਨ ਦੀ ਪ੍ਰੋਵੋਕੇਟ ਕਰਨ ਦੀ ਜ਼ਰੂਰਤ ਪੈ ਗਈ ਤੁਸੀਂ ਗੱਲ ਸੰਵਾਦ ਦੀ ਕੀਤੀ ਹੈ ਉਸੇ ਸੰਵਾਦ 'ਚੋਂ ਗੱਲ ਨਿਕਲੀ ਹੈ ਵੀ ਸੰਵਾਦ ਰਚਾਇਆ ਨਹੀਂ ਜਾ ਰਿਹਾ ਸਿਰਫ ਔਰ ਸਿਰਫ ਤਸਵੀਰਾਂ ਸ਼ਹੀਦਾਂ ਦੀਆਂ ਦਿਖਾ ਕੇ ਯੂਥ ਦੇ ਵਿੱਚ ਇੱਕ ਉਬਾਲ ਪੈਦਾ ਕਰਨ ਦੀ ਕੋਸ਼ਿਸ਼ ਹੈ ਇਸ ਲਿਟਲ ਰੈਡੀਕਲਾਈਜੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਆ ਇੱਕ ਹੌਟ ਹੈਡਡਨੈਸ ਦੇ ਵਿੱਚੋਂ ਬਹੁਤ ਗਰਮ ਜੋਸ਼ੀ ਦੇ ਨਾਲ ਨਿਕਲੀਆਂ ਹੋਈਆਂ ਗੱਲਾਂ ਨੂੰ ਜਦੋਂ ਵੀ ਮੈਮ ਕੋਈ ਮੂਵਮੈਂਟ ਚੱਲਦੀ ਆ ਜਾਂ ਕੋਈ ਕਿਸੇ ਸ਼ੁਰੂਆਤ ਵੱਲ ਤੁਰੇ ਆ ਅੱਜ ਸਾਰਾ ਨੌਜਵਾਨ ਇਕੱਠੇ ਆ ਉਹਦੇ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਵੀ ਕਿਤੇ ਵੀ ਕੋਈ ਇਹੋ ਜਿਹੀ ਗੱਲ ਹੋ ਗਈ ਤਾਂ ਸਾਰਾ ਦਾ ਸਾਰਾ ਮੂਵਮੈਂਟ ਇੱਕ ਛੋਟੀ ਜਿਹੀ ਗੱਲ ਪਿੱਛੇ ਖਰਾਬ ਹੋ ਜਾਂਦਾ ਵਾ ਇਸ ਕਰਕੇ ਸਾਨੂੰ ਦੇਖੋ ਜਿੱਥੇ ਮੈਂ ਕੰਵਰ ਚੜ੍ਹਨ ਜੀ ਅੱਜ ਮੈਂ ਪਹਿਲੀ ਵਾਰੀ ਰੂਬਰੂ ਹੋਇਆ ਬੜੇ ਬੜੇ ਸੂਝਵਾਨ ਨੇ ਇਹਨਾਂ ਦੀ ਗੱਲਾਂ ਦੇ ਵਿੱਚ ਭਾਵੇਂ ਉਮਰ ਛੋਟੀ ਆ ਪਰ ਜੋ ਇਹਨਾਂ ਦੇ ਪਿਤਾ ਪੁਰਖਿਆਂ ਵੱਲੋਂ ਜੋ ਐਕਸਪੀਰੀਅੰਸ ਇਹਨਾਂ ਨੂੰ ਆਇਆ ਉਹ ਝਲਕਦਾ ਪਤਾ ਲੱਗਦਾ ਇਸ ਕਰਕੇ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਕੁਛ ਬਜ਼ੁਰਗਾਂ ਦੀ ਠੀਕ ਆ ਅਸੀਂ ਸਟੂਡੈਂਟ ਯੰਗ ਬੰਦੇ ਨਾਲ ਰੱਖਣੇ ਆ ਪਰ ਕਿਤੇ ਨਾ ਕਿਤੇ ਸੇਧ ਜਿਹਨਾਂ ਨੇ ਜ਼ਿੰਦਗੀ ਹੰਢਾ ਲਈ ਜਿਹਨਾਂ ਨੂੰ ਪਤਾ ਵੀ ਲੋਕ ਕਿਵੇਂ ਵਿੱਚ ਵੜ ਕੇ ਮੂਵਮੈਂਟ ਖਰਾਬ ਕਰਦੇ ਆ ਉਹਨਾਂ ਨੂੰ ਅਲਰਟ ਰਹਿਣ ਵਾਸਤੇ ਉਹਨਾਂ ਦਾ ਨਾਲ ਸਾਥ ਵੀ ਸਾਨੂੰ ਬੜਾ ਜ਼ਰੂਰੀ ਆ ਇਸ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਚਾਹੀਦਾ ਜਿੱਥੇ ਜੋਸ਼ ਦੀ ਲੋੜ ਆ ਅੱਜ ਬਿਲਕੁਲ ਤੁਹਾਡੀ ਗੱਲ ਠੀਕ ਆ ਤੁਸੀਂ ਜਿਸ ਵੱਲ ਇਸ਼ਾਰਾ ਕਰਨਾ ਚਾਹ ਰਹੇ ਹੋ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਏਜੰਸੀਆਂ ਨੂੰ ਵੀ ਹੁੰਦਾ ਵੀ ਜੇ ਅੱਜ ਤਗੜੇ ਹੋ ਗਏ ਜਾਂ ਇਕੱਠੇ ਹੋ ਗਏ ਸਾਰੇ ਤਾਂ ਇੱਕ ਧਿਰ ਬਣ ਜੂਗੀ ਕਿਤੇ ਨਾ ਕਿਤੇ ਗਲਤ ਬੰਦੇ ਉਹ ਵੀ ਪਲਾਂਟ ਕਰ ਦਿੰਦੇ ਆ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਵੀ ਸਾਨੂੰ ਜਦੋਂ ਗੁਰੂ ਦੀ ਸੇਧ ਲੈ ਕੇ ਚੱਲਾਂਗੇ ਜੀ ਮੇਰਾ ਆਪਦਾ ਮੰਨਣਾ ਇਹ ਹੈ ਵੀ ਜਦੋਂ ਆਪਾਂ ਸੇਧ ਲੈ ਕੇ ਉੱਥੋਂ ਚੱਲਾਂਗੇ ਧਿਆਨ ਉੱਥੇ ਹੋਊਗਾ ਹੋਰ ਪਾਸੇ ਨਹੀਂ ਹੋਊਗਾ ਤਾਂ ਜਿਹੜੀ ਕੋਈ ਅੜਚਣ ਵੀ ਆਉਣੀ ਹੈ ਗੁਰੂ ਮਹਾਰਾਜ ਆਪ ਅੰਗ ਸੰਗ ਹੋ ਕੇ ਸਹਾਈ ਹੋ ਕੇ ਸਾਨੂੰ ਅਲਰਟ ਵੀ ਕਰ ਸਕਣਗੇ ਤੇ ਸਾਨੂੰ ਬਚਾਉਂਦੇ ਵੀ ਰਹਿਣ ਜੀ ਕਵਰ ਚੜ੍ਹਨ ਸਿੰਘ ਸੀ ਮੈਂ ਇੱਕ ਚੀਜ਼ ਨੂੰ ਸਮਅਪ ਕਰਨਾ ਚਾਹੁੰਦਾ ਸੀ ਜਿਹੜਾ ਪੁਆਇੰਟ ਕਾਲੀ ਕਾਲੀ ਦੇ ਵਿੱਚ ਰਹਿ ਗਿਆ ਮੈਮ ਉਹ ਇਹ ਸੀ ਕਿ ਆਪਾਂ ਯੂਥ ਜਥੇਬੰਦੀਆਂ ਜਿੰਨੀਆਂ ਮਰਜ਼ੀ ਬਣਾ ਲਈਏ ਸਾਡਾ ਇੱਕ ਹੁੰਦਾ ਮੈਮ ਮਿਨੀਮਮ ਕਾਮਨ ਗਰਾਊਂਡ ਜੇ ਅਸੀਂ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਆਪਾਂ ਪੰਥਕ ਏਕੇ ਦੀ ਗੱਲ ਕਰਦੇ ਹਾਂ ਤੇ ਇੱਕ ਦੂਸਰੇ ਨੂੰ ਜਰਨ ਦੀ ਸ਼ਕਤੀ ਜਿਹੜੀ ਆ ਉਹ ਡਿਵੈਲਪ ਕਰਨੀ ਪਏਗੀ ਦੇਖੋ ਕੋਈ ਹੁਣ ਭਾਵੇਂ ਗਰਮ ਗੱਲ ਕਰੇ ਕੋਈ ਨਰਮ ਗੱਲ ਕਰੇ ਕੋਈ ਡਿਪਲੋਮੈਟਿਕ ਗੱਲ ਕਰੇ
ਵੇਖੋ ਸਿੱਖ ਰਾਜ ਦੇ ਵਿੱਚ ਜਦੋਂ ਆਪਾਂ ਸਿੱਖ ਰਾਜ ਉਹਨੇ ਨਹੀਂ ਸੀ ਪ੍ਰਾਪਤ ਕੀਤਾ ਉਦੋਂ ਜੰਗਾਂ ਲੜਨ ਵਾਲੇ ਵੀ ਸਿੱਖ ਹੋਇਆ ਕਰਦੇ ਸੀ, ਕੁਝ ਆਪਣਾ ਕਿਰਤ ਕਰਨ ਵਾਲੇ ਸਿੱਖ ਹੋਇਆ ਕਰਦੇ ਸੀ, ਕੁਝ ਰਾਜ ਦਰਬਾਰ ਦੇ ਵਿੱਚ ਕੰਮ ਕਰਨ ਵਾਲੇ ਸਿੱਖ ਹੋਇਆ ਕਰਦੇ ਸੀ, ਪਰ ਜੇ ਦਿਲ ਧੜਕਦਾ ਸੀ ਤੇ ਹੱਕਾਂ ਲਈ ਧੜਕਦਾ ਸੀ, ਖਾਲਸੇ ਰਾਜ ਲਈ ਵੀ ਧੜਕਦਾ ਸੀ, ਪੰਜਾਬ ਦੇ ਹੱਕਾਂ ਲਈ ਵੀ ਧੜਕਦਾ ਸੀ। ਜੇ ਉਹ ਇੱਕ ਪਲੈਟਫਾਰਮ ਤੇ ਆ ਕੇ ਤੇ ਇੱਕ ਆਪਣੀ ਕਹਿੰਦੇ ਆ ਕਿ ਲੈਵਲ ਆਫ ਅੰਡਰਸਟੈਂਡਿੰਗ ਬਣਾ ਕੇ ਉਹ ਚੱਲ ਸਕਦੇ ਆ। ਹੁਣ ਜੇ ਮੈਂ ਕਹਾਂ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਬਹੁਤ ਵਧੀਆ ਔਰਗਨਾਈਜੇਸ਼ਨ ਹੈ, ਬਾਕੀ ਸਾਰੀ ਔਰਗਨਾਈਜੇਸ਼ਨ ਵੇਸਟ ਨੇ, ਬਾਕੀ ਉੱਧਰ ਆਪਣਾ ਪੋਟੈਂਸ਼ੀਅਲ ਵੇਸਟ ਕਰ ਰਹੇ ਆ, ਐਂਡ ਯੂ ਨੋ ਸੱਚ ਨੌਨਸੈਂਸ। ਜਦੋਂ ਤੱਕ ਅਸੀਂ ਇੱਕ ਦੂਸਰੇ ਨੂੰ ਟੋਲਰੇਟ ਨਹੀਂ ਕਰ ਸਕਦੇ, ਇੱਕ ਧੜੇ ਦੇ ਬੰਦੇ ਜਿਹੜੇ ਨੇ ਉਹ ਦੂਸਰੇ ਧੜੇ ਨੂੰ ਗਲਤ ਬੋਲ ਰਹੇ ਨੇ, ਭਾਵੇਂ ਇੰਟਰਨੈਟ ਤੇ ਬੋਲ ਰਹੇ ਨੇ, ਭਾਵੇਂ ਉਹਨਾਂ ਨੂੰ ਵੈਸੇ ਉਹਨਾਂ ਦੀ ਜਿਹੜੀ ਆ ਡਿਗਰੇਡੇਸ਼ਨ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ, ਉਦੋਂ ਤੱਕ ਭਾਵੇਂ ਜਿੰਨਾ ਮਰਜ਼ੀ ਆਪਾਂ ਇਕੱਲੇ ਇਕੱਲੇ ਖੜੇ ਤੇ ਗੱਲਾਂ ਕਰੀ ਜਾਈਏ, ਪੰਥਕ ਏਕਾ ਚਾਹੀਦਾ, ਇਹ ਚਾਹੀਦਾ, ਮੇਰੇ ਪਿੱਛੇ ਲੋਕੋ ਫਿਰ ਪੰਥਕ ਏਕਾ ਹੋਏਗਾ, ਇੰਜ ਨਹੀਂ ਪੰਥਕ ਏਕਾ ਹੋਊਗਾ। ਪੰਥਕ ਏਕਾ ਆਉਣਾ ਹੈ ਤੁਸੀਂ ਜਦੋਂ ਇਕੱਠੇ ਬੈਠੋਗੇ ਜਿਹੜੇ ਦਾਵਾ ਰੱਖਦੇ ਨੇ, ਜੇ ਤੁਸੀਂ ਪੰਜਾਬ ਦੇ ਹੱਕਾਂ ਦੇ ਲਈ ਐਕਚੁਅਲ ਦੇ ਵਿੱਚ ਹਿਰਦੇ 'ਚ ਜ਼ਮੀਰ ਲੈ ਕੇ ਬੈਠੇ ਹੋ। ਇੱਕ ਪਲੈਟਫਾਰਮ, ਹੁਣ ਵੇਖੋ ਮੈਮ ਜਨਰਲ ਇਜਲਾਸ ਹੋਇਆ ASSF ਦਾ, ਅਸੀਂ ਵੱਧ ਤੋਂ ਵੱਧ ਔਰਗਨਾਈਜੇਸ਼ਨ ਨੇ ਪਲੈਟਫਾਰਮ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਤੇ 4-5 ਜਥੇਬੰਦੀਆਂ ਉੱਧਰ ਜਿਹੜੀਆਂ ਇਕੱਤਰ ਹੋਈਆਂ ਹੈ, 8-9 ਬੁਲਾਰੇ ਜਿਹੜੇ ਆ ਉਹ ਯੂਥ ਦੇ ਸੀ। ਜਦੋਂ ਤੱਕ ਆਪਾਂ ਇੱਕ ਐਫਰਟ ਕਰਕੇ ਸਾਂਝੀ ਸਟੇਜ ਤੇ ਨਹੀਂ ਇਕੱਤਰ ਹੁੰਦੇ ਕਿ ਪਹਿਲਾਂ ਮੇਰੇ ਵੱਲ ਆਵੇ ਫਿਰ ਮੈਂ ਉਹਦੇ ਨਾਲ ਗੱਲ ਕਰਾਂਗਾ, ਇੰਝ ਨਹੀਂ ਚੱਲਣਾ, ਪੰਥ ਵਸੇ ਮੈਂ ਉਜੜਾਂ। ਸੋ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ, ਜੇ ਚਲੋ ਆਪਾਂ ਬੀਂਗ ਸਿੱਖ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ, ਤੇ ਜੋ ਸਾਡੇ ਲਾਈਕ ਮਾਈਂਡਡ ਲੋਕ ਨੇ ਜੋ ਦਾਵਾ ਕਰਦੇ ਨੇ ਇਹਨਾਂ ਚੀਜ਼ਾਂ ਦਾ, ਪਹਿਲਾਂ ਤਾਂ ਆਪਸ ਦੇ ਵਿੱਚ ਕਮਿਊਨੀਕੇਸ਼ਨ ਬਿਠਾਈਏ, ਦੂਸਰੀ ਟਰਾਂਸਪੇਰੈਂਸੀ ਰੱਖੀਏ ਮੈਮ, ਤੇ ਤੀਸਰੀ ਕਿ ਆਪਾਂ ਇੱਕ ਦੂਸਰੇ ਨੂੰ ਟੋਲਰੇਟ ਕਰਨ ਦਾ ਜਿਗਰਾ ਰੱਖੀਏ ਕਿ ਜੋ ਫਲਾਨਾ ਬੰਦਾ ਅੱਜ ਜੀ ਪ੍ਰਚਲਿਤ ਹੈ ਜਿਹੜਾ ਇਹਦੇ ਨਾਲ ਚੱਲ ਰਿਹਾ ਉਹ ਸਹੀ ਹੈ, ਬਾਕੀ ਸਾਰੇ ਕੌਮ ਦੇ ਗਦਾਰ ਨੇ, ਇੰਝ ਨਹੀਂ ਚੱਲਣਾ, ਇੰਝ ਪੰਥਕ ਏਕੇ ਨਹੀਂ ਬਣਨੇ, ਪੰਥਕ ਏਕੇ ਬਣਨੇ ਇੱਕ ਦੂਸਰੇ ਨੂੰ ਜੜ ਕੇ ਟੋਲਰੇਟ ਕਰਕੇ। ਜੇ ਅਸੀਂ ਨਾ ਜਰਾਂਗੇ ਤੇ ਗਾਂਹ ਵਾਲੀ ਪੀੜ੍ਹੀ ਨੂੰ ਅਸੀਂ ਕੀ ਸਿਖਾ ਸਕਦੇ ਹਾਂ, ਕੀ ਅਸੀਂ ਯੂਨਿਟੀ ਆਫ ਸਿੱਖਿਜ਼ਮ ਔਰ ਯੂਨਿਟੀ ਆਫ ਪੰਜਾਬੀਜ਼ ਕੀ ਇਸ ਚੀਜ਼ ਨੂੰ ਰਿਪ੍ਰੈਜੈਂਟ ਕਰ ਸਕਦੇ ਹਾਂ। ਜਦੋਂ ਤੱਕ ਸਾਡੇ ਮੈਮ ਸਾਡੇ ਜਿਹੜੇ ਬੋਲ ਨੇ ਸਾਡੇ ਐਕਸ਼ਨਸ ਦੇ ਨਾਲ ਨਹੀਂ ਮਿਲਦੇ ਪਈਆਂ, ਸਾਡੇ ਐਕਸ਼ਨਸ ਜਿਹੜੇ ਨੇ, ਵੇਖੋ ਸੂਰ ਬੀਰ ਬਚਨ ਕੇ ਬਲੀ, ਬਚਨ ਕੇ ਬਲੀ ਕੌਣ ਹੋਏ? ਉਹ ਸਿੱਖ ਹੋਏ ਜਿਹਨਾਂ ਦੀ ਅੱਜ ਅਸੀਂ ਰੈਫਰੈਂਸਿਸ ਲੈਂਦੇ ਹਾਂ, ਉਹ ਸਿੱਖ ਹੋਏ ਜਿਹਨਾਂ ਦੇ ਅਸੀਂ ਦਿਹਾੜੇ ਮਨਾ ਰਹੇ, ਜਿਹਨਾਂ ਦੇ ਪੋਸਟਰਸ ਦੇ ਉੱਤੇ ਅਸੀਂ ਫੋਟੋਜ਼ ਲਗਾ ਰਹੇ, ਉਹ ਸੂਰਬੀਰ ਜਿਹੜੇ ਆ ਉਹ ਬਚਨ ਕੇ ਬਲੀ ਹੋਏ ਨੇ। ਪਰ ਜਿਹੜੇ ਅੱਜ ਮੈਂ ਤੁਹਾਨੂੰ ਰੋਕਿਆ ਕਿਉਂਕਿ ਮੈਂ ਚ ਐਡ ਕਰਨਾ ਚਾਹੁੰਦੀ, ਤੁਹਾਨੂੰ ਮੌਕਾ ਮਿਲੇਗਾ ਦੁਬਾਰਾ ਕੰਪਲੀਟ ਕਰਨ ਦਾ। ਤੁਸੀਂ ਇਗਜ਼ਾਮਪਲ ਲੈ ਰਹੇ ਹੋ ਪੁਰਾਣੇ ਸੂਰਬੀਰਾਂ ਦੀ, ਪਰ ਅੱਜ ਤਾਂ ਜਥੇਬੰਦੀਆਂ ਦੀਪ ਸਿੱਧੂ ਦੇ ਨਾਮ ਤੇ ਬਣ ਰਹੀਆਂ ਨੇ, ਪੰਥ ਦੀਆਂ ਜਥੇਬੰਦੀਆਂ। ਮੈਮ ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ, ਫਿਰ ਤੋਂ ਉਹੀ ਗੱਲ ਆ ਜਾਏਗੀ, ਜਦੋਂ ਤੱਕ ਆਪਾਂ ਹਰ ਵਰਗ ਨੂੰ ਗਲਵਕੜੀ ਦੇ ਵਿੱਚ ਨਹੀਂ ਲੈਂਦੇ, ਭਾਵੇਂ ਕੋਈ ਕਟਿੰਗ ਵਾਲਾ ਹੈ ਸਿੱਖ, ਭਾਵੇਂ ਨੋਨ ਕਟਿੰਗ ਵਾਲਾ ਸਿੱਖ ਹੈ, ਕੋਈ ਅੰਮ੍ਰਿਤਧਾਰੀ ਹੈ, ਆਪਣੇ ਆਪਣੀ ਸਪੀਡ ਤੇ ਸਾਰੇ। ਹੁਣ ਦਾਸ ਵੀ ਪਹਿਲਾਂ ਅੰਮ੍ਰਿਤਧਾਰੀ ਨਹੀਂ ਸੀ ਕਿ ਮੈਨੂੰ ਪੰਥ ਦੇ ਵਿੱਚ ਛੇਕ ਦਿੱਤਾ ਸੀਗਾ, ਨਹੀਂ, ਮੈਨੂੰ ਗਲਵਕੜੀ ਦੇ ਵਿੱਚ ਲਿਆ ਗਿਆ ਤੇ ਮੈਨੂੰ ਇੱਕ ਸਹੀ ਮਾਰਗਦਰਸ਼ਨ ਕੀਤਾ ਗਿਆ ਜਿਹਦੇ ਕਾਰਨ ਫਿਰ ਮੈਂ ਗਾਂ ਅੰਮ੍ਰਿਤਪਾਨ ਕੀਤਾ। ਸੋ ਇਹੀ ਗੱਲ ਹੈ ਕਿ ਭਾਵੇਂ ਜਥੇਬੰਦੀ ਜੇ ਕੋਈ ਦਾਵਾ ਕਰ ਰਹੀ ਹੈ ਕਿ ਅਸੀਂ ਜੀ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਰਹੇ ਹਾਂ, ਕੋਈ ਦਾਵਾ ਕਰ ਰਹੀ ਹੈ ਕਿ ਜੇ ਅੱਜ ਦੀਪ ਸਿੱਧੂ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਨੇ ਗਾਂ ਜਾ ਕੇ ਅੰਮ੍ਰਿਤਪਾਨ ਕਰ ਲੈਣਾ ਸੀਗਾ, ਜੇ ਦਾਵਾ ਹੈ ਚਲੋ ਠੀਕ ਹੈ ਮੰਨ ਲੈਣੇ, ਦਾਵਾ ਮੰਨ ਲਿਆ, ਬਟ ਆਪਾਂ ਇੱਕ ਸਟੇਜ ਤੇ ਇਕੱਤਰ ਹੋਈਏ ਤੇ ਜੋ ਇਕੱਤਰ ਹੋਣ ਦੀ ਗੱਲ ਕਰਦੇ ਦੈਨ ਮੋਸਟ ਵੈਲਕਮ, ਫਿਰ ਤਾਂ ਆਪਾਂ ਨੂੰ ਉਹਨਾਂ ਨੂੰ ਓਪਨ ਆਰਮਸ ਨਾਲ ਵੈਲਕਮ ਕਰਨਾ ਪਏਗਾ। ਕਈ ਵਾਰੀ ਅਗਲੇ ਆਉਂਦੇ ਤੇ ਆਪਾਂ ਆਪਣੇ ਲਾਈਕ ਸਰਕਲ ਨੂੰ ਕਲੋਜ਼ ਕਰ ਲੈਣੇ, ਨਹੀਂ ਜੀ ਨਹੀਂ ਨਹੀਂ ਸਾਨੂੰ ਕਿਤੇ ਆਪਣੇ ਕਲਾਬ ਵਿੱਚ ਨਾ ਲੈ ਲੈਣ, ਬਟ ਵੀ ਹੈਵ ਟੂ ਗੋ ਐਂਡ ਵੀ ਹੈਵ ਟੂ ਗਰੋ ਵਿਦ ਐਨ ਓਪਨ ਮਾਈਂਡ ਤੇ ਇੱਕ ਦੂਸਰੇ ਨੂੰ ਜਜਬ ਕਰਨ ਦੇ ਕੀ ਕਹਿੰਦੇ ਮਾਈਂਡ ਸੈਟ ਦੇ ਨਾਲ ਨਹੀਂ ਇੱਕੇ ਦੀ ਗੱਲ ਕਰਨੀ ਹੈ, ਇੱਕ ਪਲੈਟਫਾਰਮ ਦੀ ਗੱਲ ਕਰਨੀ, ਸਗੋਂ ਇੱਕ ਦੂਸਰੇ ਦੀ ਬਾਹਾਂ ਬਣਨ ਦੀ ਗੱਲ ਕਰਨੀ ਹੈ। ਆਖਰੀ ਸਵਾਲ ਪੁੱਛਾਂਗੀ, ਆਪਣੇ ਪੰਥ ਦੇ ਵਿੱਚ ਇੱਕ ਹੋਰ ਪੰਥ ਦੇ ਨਾਮ ਤੇ ਰਿਫਰੈਂਡਮ ਚੱਲਿਆ ਹੈ ਕੈਨੇਡਾ ਦੇ ਵਿੱਚ, ਜਿਹਦੀ ਵੀਡੀਓ 'ਚ ਦਿਖ ਰਿਹਾ ਹੈ ਕਾਫੀ ਲੋਕ ਜਿਹੜੇ ਵੋਟਿੰਗ ਕਰਨ ਆਏ ਆ, ਫਿਰ ਉੱਥੇ ਆਪਣਾ ਪੰਥਕ ਏਕਤਾ ਕੀ ਹੈ, ਕੀ ਆਪਣੇ ਪੰਥ ਦੇ ਬਾਕੀ ਲੋਕ ਉਹਨੂੰ ਕਿਵੇਂ ਐਫੀਲੀਏਟ ਕਰਦੇ ਆ? ਤੁਸੀਂ ਲੋਕ, ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਆ, ਕਵਰ ਯੂਥ ਅਕਾਲੀ ਦਲ ਆਕਾਸ਼ ਐਂਡ ਰੋਬਿਨ ਬਹੁਤ ਇੰਪੋਰਟੈਂਟ ਸਾਡਾ ਯੂਥ ਆ ਜਿਹਨਾਂ ਦੇ ਆ ਜਿਹੜੀ ਸੋਚ ਅੱਗੇ ਆਉਣੀ ਚਾਹੀਦੀ, ਤੁਸੀਂ ਕਿਵੇਂ ਐਸੋਸੀਏਟ ਕਰਦੇ ਹੋ? ਪ੍ਰਭਜੋਤ ਧਾਲੀਵਾਲ ਜੀ, ਹਰੇਕ ਬੰਦੇ ਦੀ ਆਪਦੀ ਸੋਚ ਹੈ ਮੈਮ, ਜਿਵੇਂ ਪਹਿਲਾਂ ਸਾਡੇ ਸੀਨੀਅਰ ਬੰਦੇ ਜਵਾਬ ਦਿੰਦੇ ਹੁੰਦੇ ਸੀ ਕਿ ਅਸੀਂ ਖਾਲਿਸਤਾਨ ਮੰਗਦੇ ਨਹੀਂ, ਹਾਂ ਜੇ ਕੋਈ ਦੇ ਦੂਗਾ ਤਾਂ ਅਸੀਂ ਜਵਾਬ ਵੀ ਨਹੀਂ ਦਿੰਦੇ, ਤੇ ਹਰੇਕ ਦੀ ਆਪਦੀ ਸੋਚਣੀ ਆ, ਜੋ ਜਿੱਦਾਂ ਜੇ ਮੈਨੂੰ ਠੀਕ ਲੱਗਦਾ ਵਾ। ਅਸੀਂ ਤਾਂ ਕਹਿੰਦੇ ਹਾਂ ਵੀ ਅਸੀਂ ਲੜਾਈਆਂ ਲੜ ਕੇ ਦੇਸ਼ ਨੂੰ ਆਜ਼ਾਦ ਕਰਾਇਆ, ਸਾਨੂੰ ਇਸ ਦੇਸ਼ ਦੇ ਵਿੱਚ ਹੀ ਸਾਨੂੰ ਇੰਨਾ ਹੱਕ ਮਿਲੇ ਵੀ ਸਾਨੂੰ ਕਦੇ ਲੋੜ ਹੀ ਨਾ ਪਵੇ, ਨਾ ਕਦੇ ਸਾਡੀ ਸੋਚ ਦੇ ਵਿੱਚ ਆਵੇ, ਦਿਮਾਗ ਦੇ ਵਿੱਚ ਨਾ ਸਾਨੂੰ
ਕਦੇ ਇਦਾਂ ਦਾ ਮਹਿਸੂਸ ਹੋਵੇ ਵੀ ਹਾਂ ਸਾਨੂੰ ਇੱਕ ਅਲੱਗ ਦੇਸ਼ ਦੀ ਲੋੜ ਆ। ਜੀ ਜੀ ਕਵਰ ਚੜ ਸਿੰਘ ਜੀ। ਮੈਮ ਦੇਖੋ ਗੱਲ ਉਧਰ ਹੀ ਆ ਜਾਣੀ ਹੈ ਫਿਰ ਤੋਂ ਕਿ ਐਕਸੈਪਟ ਕਰਨਾ ਚਾਹੀਦਾ। ਤੁਸੀਂ ਕਹਿੰਦੇ ਹੋ ਕਿ ਜੋ ਵੀ ਜਥੇਬੰਦੀਆਂ ਕਰ ਰਹੀਆਂ ਉਹਨਾਂ ਨੂੰ ਐਕਸੈਪਟ ਕਰੋ। ਜੋ 80% 80% ਸਾਡਾ ਸੈਕਰੀਫਾਈਸ ਆ। ਕਾਹਦੇ ਲਈ ਕੀਤਾ ਸੀਗਾ ਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਹੰਡਾਈਆਂ, ਕਾਲੇ ਪਾਣੀ ਦੀ ਸਜ਼ਾ, ਫਾਂਸੀ ਦੇ ਜਿਹੜੇ ਹੈ ਫੰਦਿਆਂ ਉਹਨਾਂ ਤੱਕ ਨੂੰ ਚੁੰਮਿਆ। ਬਟ ਜਦੋਂ ਸਾਡੇ ਸਿੱਖਾਂ ਦੀ ਗੱਲ ਆਉਂਦੀ ਮੈਮ, ਕਿਤੇ ਨਾ ਕਿਤੇ ਵੇਖੋ ਜਿਹੜੇ ਬਾਹਰ ਬੈਠੇ ਸਿੱਖ ਨੇ ਉਹ ਚੀਜ਼ ਨੂੰ ਮਹਿਸੂਸ ਕਰਦੇ ਨੇ ਕਿ ਅਸੀਂ ਪੰਜਾਬ ਤੋਂ ਤਾਂ ਆ ਗਏ ਹਾਂ ਪਰ ਸਾਡਾ ਹੋਮਲੈਂਡ ਕੋਈ ਨਹੀਂ ਹੈਗਾ। ਸਾਨੂੰ 47 ਤੋਂ ਪਹਿਲਾਂ ਇਹ ਕਹਿ ਕੇ ਇੱਕ ਵੱਖਰਾ ਮੁਲਕ ਨਹੀਂ ਸੀ ਲੈਣ ਦਿੱਤਾ ਕਿ ਜੀ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਕ ਆਜ਼ਾਦ ਕਿੱਤਾ ਮਿਲੇਗਾ ਜਿੱਧਰ ਸਿੱਖ ਆਪਣੇ ਇਹ ਆਜ਼ਾਦੀ ਦਾ ਨਿੱਘ ਮਾਣਨ। ਜੀ ਪਰ ਪੰਜਾਬ 'ਚ ਬੈਠੇ ਹੋਏ ਅੱਜ ਦੇ ਮੌਜੂਦਾ ਸਿੱਖ ਤੁਸੀਂ ਵੇਖਦੇ ਆ, ਤੁਸੀਂ ਜਾਣਦੇ ਆ ਸਾਨੂੰ ਸਾਰਿਆਂ ਨੂੰ, ਇਹ ਗੱਲ ਇੱਥੇ ਨਹੀਂ ਆ। ਸੋ ਇੱਥੇ ਇੱਕ ਇੱਦਾਂ ਨਹੀਂ ਲੱਗਦਾ ਕਿ ਬਾਹਰੋਂ ਇਹ ਕੋਸ਼ਿਸ਼ਾਂ ਕਿਸ ਤਰ੍ਹਾਂ ਦੀਆਂ ਜਿਹਦੇ 'ਚ ਅਸੀਂ ਸ਼ਾਮਿਲ ਨਹੀਂ ਆ ਜਿਹੜੇ ਇਸ ਧਰਤੀ 'ਤੇ ਬੈਠੇ ਹੋਏ ਆ, ਜਿਹਨਾਂ ਨੂੰ ਇਹ ਕਿਹਾ ਜਾ ਰਿਹਾ ਅਮੈਰੀਕਾ ਕੈਨੇਡਾ ਦੇ ਵਿੱਚ ਕਿ ਸਾਡੀ ਰਾਜਧਾਨੀ ਸ਼ਿਮਲਾ ਬਣੇਗੀ। ਇਟਸ ਸੋ ਇਮਪ੍ਰੈਕਟੀਕਲ। ਅੱਛਾ ਠੀਕ ਹੈ, ਆਪਾਂ ਮੈਂ ਅਗਲਿਆਂ ਦੇ ਕੋਲ ਮੈਂ ਲਾਸਟ ਦੇ ਵਿੱਚ ਰੋਬਿਨ ਤੁਹਾਡਾ ਵਿਚਾਰ ਐਂਡ ਆਕਾਸ਼ ਦਾ ਪਲੀਜ਼। ਰੈਫਰੈਂਡਮ ਦੀ ਕਾਲ 'ਤੇ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ, ਕੀ ਇਹ ਪੰਥ ਦੀ ਕਾਲ ਹੈ? ਜੇ ਮੈਂ ਆਪਣਾ ਨਿੱਜੀ ਤੁਹਾਨੂੰ ਸੁਝਾਅ ਦਿਆਂ ਤਾਂ ਮੈਂ ਬਿਲਕੁਲ ਇਸਨੂੰ ਪੰਥ ਦੀ ਕਾਲ ਮੈਮ ਨਹੀਂ ਮੰਨਦਾ ਜੀ। ਇਹ ਤਾਂ ਜਿਹੜੇ ਬਾਹਰ ਕੈਨੇਡਾ, ਜੇ ਮੈਂ ਹੁਣ ਉਹਨਾਂ ਲੋਕਾਂ ਦਾ ਨਾਮ ਨਾ ਲਵਾਂ ਤਾਂ ਮੇਰੇ ਖਿਆਲ ਬਿਹਤਰ ਹੈ, ਫਿਰ ਲੋਕ ਕਮੈਂਟਸ 'ਚ ਕਈ ਬੜਾ ਕੁਛ ਕਹਿੰਦੇ ਆ ਜਾਂ ਆਪਣੇ ਕੌੜੀਆਂ ਕੌੜੀਆਂ ਗੱਲਾਂ ਲੋਕਾਂ ਨੂੰ ਲੱਗਦੀਆਂ, ਪਰ ਮੈਂ ਇਸਨੂੰ ਪੰਥ ਦੀ ਕਾਲ ਨਹੀਂ ਮੰਨਦਾ। ਦੇਖੋ ਭਾਈ ਸਾਹਿਬ ਵੀ ਬੈਠੇ ਹੈ, ਅਕਾਲੀ ਦਲ ਦੀ ਵੀ ਸਾਡੇ ਕੋਲ ਬੁਲਾਰੇ ਬੈਠੇ ਹੈ, ਕੋਈ ਵੀ ਇਸ ਕਿਸੇ ਨੇ ਵੀ ਅੱਜ ਤੱਕ ਰਿਫਰੈਂਡਮ ਦਾ ਨਾਮ ਲਿਆ? ਜੇ ਅਸੀਂ ਇਹਨਾਂ ਨੂੰ ਅਸੀਂ ਆਪਣੇ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਮੰਨਦੇ ਹਾਂ, ਸੋ ਇਹ ਜਿਹੜਾ ਸਾਰਾ ਜਿਹੜਾ ਜਿਹੜੀਆਂ ਸਟ੍ਰੈਟੇਜੀਜ਼ ਹੈ ਇੱਥੇ, ਜਿਹੜਾ ਆਪ ਖੁਦ ਅਮੈਰੀਕਾ 'ਚ ਬਹਿ ਕੇ, ਕੈਨੇਡਾ 'ਚ ਬਹਿ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ, ਜੋ ਮੇਰਾ ਖਿਆਲ ਮਾਹੌਲ ਪਹਿਲਾਂ ਬਣਿਆ ਠੀਕ ਹੈ, ਉਸ ਟਾਈਮ 'ਤੇ ਕੁਛ ਮੁੱਦੇ ਵੀ ਸਨ, ਪਰ ਮੇਰਾ ਪੂਰਾ ਖਾਲਿਸਤਾਨ ਦਾ ਮੁੱਦਾ ਮੈਂ ਅੱਜ ਦੇ ਟਾਈਮ 'ਤੇ ਇਸਦੀ ਬਿਲਕੁਲ ਮੈਂ ਸਮਝਦਾ ਇਹ ਪੰਥ ਦੀ ਕੌਲ ਨਾ ਹੈ ਅਤੇ ਨਾ ਹੋਣੀ ਚਾਹੀਦੀ। ਆਕਾਸ਼ ਤੁਸੀਂ ਕੀ ਕਹੋਗੇ, ਲਾਸਟ ਤੁਹਾਡਾ ਰਿਮਾਰਕ ਲੈ ਰਹੇ ਹਾਂ। ਮੈਮ ਮੇਰਾ ਪਰਸਨਲ ਓਪੀਨੀਅਨ ਵੀ ਆਹੀ ਹੈ। ਪਹਿਲੀ ਗੱਲ ਤਾਂ ਇਹ ਵੀ ਜਿਹੜੇ ਲੋਕ ਉੱਥੇ ਰੈਫਰੈਂਡਮ ਕਰਾ ਰਹੇ ਨੇ, ਜਿਨ੍ਹਾਂ ਦੀ ਅਗਵਾਈ ਦੇ ਹੇਠ ਆ ਚੀਜ਼ਾਂ ਹੋ ਰਹੀਆਂ, ਉਹ ਮੇਰਾ ਮੰਨਣਾ ਹੈ ਉਹ ਸਿੱਖਾਂ ਨੂੰ ਰਿਪ੍ਰੈਜੈਂਟ ਨਹੀਂ ਕਰਦੇ। ਜਿਹੜੇ ਉੱਥੇ ਲੋਕ ਨੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕਿ ਉਹ ਰਿਪ੍ਰੈਜੈਂਟ ਕਰਦੇ ਨੇ, ਸਾਡੇ ਹੱਕਾਂ ਨੂੰ ਰਿਪ੍ਰੈਜੈਂਟ ਕਰਦੇ ਨੇ, ਪਰ ਉੱਥੋਂ ਦੇ ਚੰਗੇ ਵਾਤਾਵਰਨ ਦੇ ਵਿੱਚ ਬਹਿ ਕੇ ਤੇ ਉੱਥੇ ਰਹਿ ਕੇ ਜੇ ਰੈਫਰੈਂਡਮ ਦੀਆਂ ਗੱਲਾਂ ਮਤਲਬ ਕਰਨੀਆਂ, ਤਾਂ ਰਿਐਲਿਟੀ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਅੱਜ ਯੂਥ ਨੂੰ ਖਾਲਿਸਤਾਨ ਦੀ ਮੰਗ ਨਹੀਂ ਗੀ, ਮੰਗ ਹੈ ਸਾਡੀ ਅਨਇੰਪਲੋਇਮੈਂਟ ਦੂਰ ਹੋਵੇ। ਜੋ ਇੱਥੇ ਜੋ ਹਾਦਸੇ ਵਾਪਰਦੇ ਨੇ, ਜੋ ਕਾਂਡ ਹੁੰਦੇ ਨੇ, ਕੋਈ ਇਹੋ ਜਿਹੇ ਕੁਛ ਇੰਸੀਡੈਂਟਸ ਹੁੰਦੇ ਨੇ, ਉਹਨਾਂ ਦਾ ਇਨਸਾਫ ਮਿਲੇ। ਮੰਗਾਂ ਇਹ ਨੇ, ਨਾ ਕਿ ਇਹ ਵੀ ਆਪਾਂ ਵੋਟਾਂ ਪਾ ਕੇ ਰੈਫਰੈਂਡਮ ਹੋ ਗਿਆ, ਰੈਫਰੈਂਡਮ ਹੋ ਜਾਂਦਾ, ਕੌਣ ਦੇ ਰਿਹਾ ਉਸ ਤੋਂ ਬਾਅਦ ਖਾਲਿਸਤਾਨ? ਕਿਸੇ ਕਿਸੇ ਨੇ ਨਹੀਂ ਦੇਣਾ। ਮੈਂ ਨਹੀਂ ਮੰਨਦਾ ਵੀ ਜਿਹੜੇ ਜਿਹੜੇ ਉੱਥੇ ਲੋਕ ਬੈਠੇ ਨੇ, ਮੈਂ ਨਹੀਂ ਮੰਨਦਾ ਉਹ ਸਿੱਖਾਂ ਨੂੰ ਰਿਪ੍ਰੈਜੈਂਟ ਕਰਦੇ ਨੇ, ਜਿਵੇਂ ਭੁੱਲਰ ਸਾਹਿਬ ਨੇ ਕਿਹਾ ਵੀ ਨਾਮ ਨਹੀਂ ਲੈਣੇ ਚਾਹੀਦੇ ਉਹਨਾਂ ਦੇ, ਤੇ ਉਹੀ ਗੱਲ ਹੈ ਵੀ ਮੈਂ ਵੀ ਇਹੀ ਮੰਨਦਾ ਵੀ ਨਹੀਂ ਉਹ ਰਿਪ੍ਰੈਜੈਂਟ ਕਰਦੇ। ਕੋਈ ਖਾਸ ਗੱਲ ਕਹਿਣੀ ਚਾਹੋਗੇ ਕਵਰ ਚਰਨ ਸਿੰਘ ਜੀ ਐਂਡ ਪ੍ਰਭਜੀਤ ਧਾਲੀਵਾਲ, ਫਿਰ ਆਪਾਂ ਨਹੀਂ ਤਾਂ ਇਹਨੂੰ ਵਾਈਂਡ ਅਪ ਕਰਦੇ ਹਾਂ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਦੇ ਹਿਰਦਿਆਂ ਦੀ ਗੱਲ ਜੇ ਸਰਕਾਰ ਸੁਣ ਲੈਂਦੀ ਤੇ ਮੇਰੇ ਖਿਆਲ ਨਾਲ ਅੱਜ ਇੰਨੀ ਵੱਡੀ ਰਿਟੈਲੀਏਸ਼ਨ ਜਿਹੜੀ ਆ ਉਹ ਨਹੀਂ ਸੀ ਆਉਣੀ। ਸਾਡੇ ਤੇ ਪਿੰਡ ਦੇ ਸਿੱਟੇ 25B ਲਗਾ ਦਿੱਤੀ ਗਈ, ਅੱਜ ਤੱਕ ਆਨੰਦ ਮੈਰਿਜ ਜਿਹੜਾ ਐਕਟ ਹੈ ਉਹ ਨਹੀਂ ਪਾਸ ਕੀਤਾ ਗਿਆ। ਰਿਪੇਰੀਅਨ ਲੋਜ਼ ਦੇ ਹਿਸਾਬ ਦੇ ਨਾਲ ਪਾਣੀਆਂ ਤੇ ਸਾਡਾ ਪਹਿਲਾ ਹੱਕ ਹੋਣਾ ਚਾਹੀਦਾ, ਉਹ ਨਹੀਂ ਸਾਨੂੰ ਦਿੱਤਾ ਗਿਆ। ਫਿਰ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚੋਂ ਕੱਢ ਕੇ ਬਾਹਰ ਮਾਰੇ, ਉਹ ਨਹੀਂ ਸਾਨੂੰ ਦਿੱਤੇ ਗਏ। ਸਾਡੇ ਬਿਰਦੀਆਂ ਹੋ ਰਹੀਆਂ ਨੇ, ਬਹਿਬਲ ਕਲਾਂ ਗੋਲੀਕਾਂਡ ਹੁਣੇ ਪੈਂਡਿੰਗ ਪਿਆ ਹੈ, ਤੇ ਨਿਰੰਤਰ ਹੀ ਕੋਈ ਨਾ ਕੋਈ ਇਨਜਸਟਿਸ ਜਿਹੜੀ ਆ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਤੇ ਸਿੱਖਾਂ ਦੀ ਜਿਹੜੀ ਆਰਥਿਕਤਾ ਤੇ ਜਿਹੜਾ ਵਾਰ ਹਮੇਸ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡੈਟ ਟੂ SGDP ਰੇਸ਼ੋ ਇਸ ਵੇਲੇ ਪੰਜਾਬ ਦੀ 50 ਨੂੰ ਟੱਚ ਕਰ ਗਈ ਹੈ, 70 ਤੱਕ ਇਕਨੋਮਿਕ ਕਲੈਪਸ ਆ ਜਾਂਦਾ ਹੈ, ਤੇ ਸਭ ਤੋਂ ਹਾਈ ਪੰਜਾਬ ਦੇ ਵਿੱਚ ਹੈ, ਅਸੀਂ ਰੋਲਾ ਪਾ ਰਹੇ ਹਾਂ ਇਸ ਚੀਜ਼ ਦਾ। ਤੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਤੇ ਬਾਹਰ ਬੈਠੇ ਵੀ ਤੇ ਕਈ ਆਰਗਨਾਈਜੇਸ਼ਨ ਇੱਧਰ ਵੀ ਨੇ ਜਿਹੜੇ ਇਸ ਚੀਜ਼ ਨੂੰ ਮਹਿਸੂਸ ਕਰਦੀਆਂ ਨੇ ਕਿ ਇੰਡੀਅਨ ਗਵਰਨਮੈਂਟ ਸਾਨੂੰ ਨਿਆਂ ਦੇਣ ਤੋਂ, ਕਿਉਂਕਿ ਇੱਕ ਨਿਆਂ ਇੱਕ ਜਿਹੜਾ ਇਹ ਲਾਅ ਇੱਕ ਕੰਸਟੀਟਿਊਸ਼ਨ ਸਿੱਖਾਂ ਦੇ ਲਈ ਵੱਖਰਾ ਕੀਤਾ ਹੋਇਆ, ਜਿਹੜਾ ਬਹੁਗਿਣਤੀ ਉਹਨਾਂ ਲਈ ਵੱਖਰਾ ਕੀਤਾ ਹੈ, ਸਾਡੇ ਤੋਂ ਬਹੁਤ 5 ਕੱਸੇ ਜਾਂਦੇ ਤੇ ਉਹਨਾਂ ਨੂੰ ਬਹੁਤ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ। ਇਸ ਚੀਜ਼ ਦੇ ਕਾਰਨ ਫਿਰ ਸਿੱਖ ਜਿਹੜੇ ਉਹ ਲੋੜ ਮਹਿਸੂਸ ਕਰਦੇ ਇਸ ਚੀਜ਼ ਦੀ, ਸਾਨੂੰ ਦੇ ਦਿੰਦੀ ਹੱਕ ਸਾਡੇ ਬੰਦੇ ਤੇ। ਮੇਰੇ ਖਿਆਲ ਇੱਧਰ ਤੱਕ ਇਹ ਨੌਬਤ ਜਿਹੜੀ ਹੈ ਉਹ ਨਹੀਂ ਸੀ ਆਉਣੀ। ਆਪਾਂ ਅਸੀਂ ਵੀ ਜਿਹੜੇ ਆਜ਼ਾਦੀ ਦੇ ਲਈ ਹੀ ਜਿਹੜੀਆਂ ਇਹ ਉਹ ਕੁਰਬਾਨੀਆਂ ਕੀਤੀਆਂ ਸੀਗੀਆਂ, ਕਿਸੇ ਗੁਲਾਮੀ ਦੇ ਲਈ ਨਹੀਂ ਸੀ। ਸੋ ਇਸ ਕਰਕੇ ਅੰਡਰਸਟੈਂਡ ਕਿ ਹਰ ਪਰਸਪੈਕਟਿਵ ਜਿਹੜਾ ਹੈ, ਪ੍ਰੋ ਐਂਡ ਕੌਨ ਜਿਹੜਾ ਹੈ, ਅਸੀਂ ਉਸਨੂੰ ਸਮਝ ਸਕਦੇ।
ਜੀ ਜੀ ਸੰਵਾਦ ਚੱਲਦਾ ਰਹਿਣਾ ਚਾਹੀਦਾ ਹੈ ਆਪਣੇ ਇਹ ਸਾਰੇ ਸਿੱਖ ਇਸ਼ੂਜ਼ ਦੇ ਉੱਤੇ। ਅੱਗੇ ਵੀ ਅੱਜ 1 ਘੰਟੇ ਤੋਂ ਵੱਧ ਦਾ ਸਮਾਂ ਆਪਣਾ ਹੋ ਚੱਲਾ ਹੈ, ਉਹਦੇ ਲਈ ਤੁਸੀਂ ਸਭ ਨੇ ਆਪਣਾ ਟਾਈਮ ਕੱਢਿਆ। ਕਵਰਚਰਤ ਸਿੰਘ ਜੀ, ਪ੍ਰਭਜੋਤ ਧਾਲੀਵਾਲ, ਰੋਬਿੰਦੀਪ ਸਿੰਘ ਭੁੱਲਰ, ਆਕਾਸ਼ਦੀਪ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।